ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿਗਾਹ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਟਾਈਮ ਵਿੱਚ ਮੈਂ ਹਾਂ ਨਵਜੀਤ ਹਰ ਰੋਜ਼ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਕੋਸ਼ਿਸ਼ ਕਰੀਦੀ ਹੈ ਕਿ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਤੁਹਾਡੇ ਸਾਹਮਣੇ ਰੱਖੀਏ ਸਮਾਜਿਕ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਬਹੁਤ ਸਾਰੀਆਂ ਰਾਜਨੀਤੀ ਨਾਲ ਸੰਬੰਧਿਤ ਖਬਰਾਂ ਵੀ ਹੁੰਦੀਆਂ ਨੇ ਦੇਸ਼ ਵਿੱਚ ਰਾਜਨੀਤੀ ਨੂੰ ਲੈ ਕੇ ਜਿਸ ਹਸਾਬ ਦੇ ਨਾਲ ਖਲਾਰਾ ਪਿਆ ਹੋਇਆ ਹੈ ਜਿਸ ਹਸਾਬ ਦੇ ਨਾਲ ਗੱਠਜੋੜ ਦੀਆਂ ਚਰਚਾਵਾਂ ਚੱਲਦੀਆਂ ਨੇ ਕਦੇ-ਕਦੇ ਉਹਨਾਂ ਗੱਠਜੋੜ ਦੀਆਂ ਚਰਚਾਵਾਂ ਤੋਂ ਇੱਕ ਅਚਾਨਕ ਇਸ ਤਰ੍ਹਾਂ ਦੀ ਖਬਰ ਆ ਜਾਂਦੀ ਹੈ ਕਿ ਲਓ ਜੀ ਸਿਆਸੀ ਪਟਾਕਾ ਪਿਆ ਹੀ ਹੈ ਕੁਝ ਦਿਨਾਂ ਤੱਕ ਬਹੁਤ ਵੱਡਾ ਧਮਾਕਾ ਹੋ ਜਾਣਾ ਹੈ ਪਾਰਟੀ ਦੇ ਕਿਸੇ ਪ੍ਰਧਾਨ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਫਿਰ ਖਬਰ ਆ ਜਾਂਦੀ ਹੈ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਅਜੇ ਤੱਕ ਤਾਂ ਬੰਦਿਆਂ ਤੇ ਡੋਰੇ ਪਾਏ ਜਾ ਰਹੇ ਨੇ ਥੋੜੇ ਜੱਤ ਤੱਕ ਆਪਣੇ ਵੱਲ ਖਿੱਚ ਲੈਣੇ ਆ ਇਹ ਸਾਰੀਆਂ ਖਬਰਾਂ ਅਚਾਨਕ ਸ਼ਾਂਤ ਹੋ ਜਾਂਦੀਆਂ ਨੇ ਦੋ ਦੇਸ਼ਾਂ ਦੇ ਮੁੱਦੇ ਕਿਹੜੇ ਵੇਲੇ ਖੜੇ ਹੋ ਜਾਂਦੇ ਨੇ ਜਾਂ ਕਰ ਦਿੱਤੇ ਜਾਂਦੇ ਨੇ ਪਤਾ ਨਹੀਂ ਲੱਗਦਾ ਚਲੋ ਉਹ ਦੇਸ਼ਾਂ ਦੇ ਮੁੱਦੇ ਐ ਸਰਕਾਰਾਂ ਦਾ ਕੰਮ ਐ ਕੁਰਸੀ ਤੇ ਬਹਿ ਕੇ ਟੇਬਲ ਟਾਕ ਦੇ ਰਾਹੀਂ ਉਹ ਮੁੱਦੇ ਹੱਲ ਕੀਤੇ ਜਾਣੇ ਚਾਹੀਦੇ ਆ ਪੰਜਾਬ ਦੇ ਵਿੱਚ ਵੀ ਜੇਕਰ ਇਸ ਤਰ੍ਹਾਂ ਦੇ ਮੁੱਦੇ ਸਿਆਸੀ ਤੌਰ ਤੇ ਖੜੇ ਹੁੰਦੇ ਨੇ ਇੱਕ ਦੂਸਰੇ ਤੇ ਦੋਸ਼ ਲੱਗਦੇ ਨੇ ਤਾਂ ਉਹ ਵੀ ਸਹਿਜ ਸੁਭਾਅ ਬੈਠ ਕੇ ਸਿਆਸਤਦਾਨਾਂ ਨੂੰ ਚਾਹੀਦਾ ਇਹ ਖਤਮ ਕਰ ਲਈਏ ਮਸਲੇ ਪੰਜਾਬ ਦਾ ਵਿਕਾਸ ਦਾ ਪੈਸਾ ਰੁਕਿਆ ਹੋਇਆ ਫੰਡ ਅੱਗੇ ਵੱਲ ਤੋਰੇ ਨਹੀਂ ਜਾ ਰਹੇ ਪੰਜਾਬ ਸਰਕਾਰ ਇਸ ਕਰਕੇ ਦੁਖੀ ਆ ਲੋਕ ਇਸ ਕਰਕੇ ਦੁਖੀ ਆ ਕਿ ਉਹਨਾਂ ਸੜਕਾਂ ਦੇ ਉੱਪਰੋਂ ਦੀ ਅਸੀਂ ਰੋਜ਼ ਲੰਗੀਦਾ ਸਰਕਾਰਾਂ ਵਾਅਦੇ ਕਰ ਦਿੰਦੀਆਂ ਦਾਅਵੇ ਕਰ ਦਿੰਦੇ ਆ ਕੋਈ ਨਹੀਂ ਜੀ 4-5 ਸਾਲ ਬਾਅਦ ਆਪਾਂ ਰਿਪੇਅਰ ਕਰਨੀ ਹੈ ਇੱਥੇ ਤਾਂ ਕੁਝ ਸਿਆਸਤਦਾਨ ਉਹ ਵੀ ਸੀਗੇ ਜਿਹੜੇ ਕਹਿੰਦੇ ਅਸੀਂ ਬਹੁਤ ਕੰਮ ਕੀਤਾ ਜੀ ਪੈਚ ਵਰਕ ਕਰਦੇ ਰਹੇ ਚਲੋ ਪੈਚ ਵਰਕ ਤੋਂ ਉੱਪਰ ਉੱਠ ਕੇ ਸੜਕਾਂ ਦੀ ਰਿਪੇਅਰ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਪਰ ਇਹ ਸਾਰੇ ਮਸਲੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਸਿਆਸਤਦਾਨਾਂ ਨੂੰ ਬਹੁਤਾ ਨਹੀਂ ਮਤਲਬ ਆਉਂਦੇ ਨੇ ਉਹਨਾਂ ਨੂੰ ਤਾਂ ਪਤਾ ਜਿੱਥੇ ਵੀ ਜਾਣਾ ਸੁਰੱਖਿਆ ਮਿਲੀ ਹੈ ਹੂਟਰ ਛੂਕਦੇ ਜਾਣੇ ਆ ਲੋਕਾਂ ਨੇ ਪਾਸੇ ਹੋ ਜਾਣਾ ਪਹਿਲੀ ਗੱਲ ਤਾਂ ਕਿਸੇ ਨੂੰ ਕੋਲ ਇੱਥੇ ਖੜੇ ਨਹੀਂ ਹੋਣ ਦਿੱਤਾ ਜਾਂਦਾ ਮੰਤਰੀ ਸਾਹਿਬ ਆ ਰਹੇ ਨੇ ਵਿਧਾਇਕ ਸਾਹਿਬ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਹੋਰ ਤੀਸਰੇ ਦੂਸਰੇ ਸਿਆਸਤਦਾਨ ਆ ਰਹੇ ਨੇ ਪਰ ਇਹਦੇ ਨਾਲ ਫਰਕ ਆਮ ਲੋਕਾਂ ਨੂੰ ਹਮੇਸ਼ਾ ਹੀ ਪੈਂਦਾ ਹੈ ਆਮ ਲੋਕ ਪਰੇਸ਼ਾਨ ਹੁੰਦੇ ਨੇ ਕਿਸੇ ਕਿਸੇ ਵੇਲੇ ਜਦੋਂ ਵੀਆਈਪੀ ਕਲਚਰ ਨੂੰ ਖਤਮ ਕਰਨ ਦੀਆਂ ਖਬਰਾਂ ਆਉਂਦੀਆਂ ਵੀ ਨੇ ਤਾਂ ਉਸੇ ਕਲਚਰ ਦੇ ਵਿੱਚ ਦੁਆਰਾ ਜਾਣ ਵਾਲੀਆਂ ਸਰਕਾਰਾਂ ਨੂੰ ਇਹ ਗੱਲ ਸੋਚਣੀ ਵਿਚਾਰਨੀ ਜ਼ਰੂਰ ਚਾਹੀਦੀ ਹੈ ਕਈ ਦਿਨਾਂ ਤੋਂ ਸਿਆਸੀ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ ਆਪਾਂ ਵੈਸੇ ਤਾਂ ਪੰਜਾਬ ਦੀ ਸਿਆਸਤ ਵਿੱਚ ਹਰ ਰੋਜ਼ ਕੁਛ ਨਾ ਕੁਛ ਆਉਂਦਾ ਹੀ ਰਹਿੰਦਾ ਹੈ ਪਰ ਕਿਸੇ ਵੇਲੇ ਇਸ ਤਰ੍ਹਾਂ ਦੇ ਮੁੱਦੇ ਆ ਜਾਂਦੇ ਆ ਜਿਨ੍ਹਾਂ ਦੇ ਹੇਠ ਦੱਬ ਕੇ ਸਾਰਾ ਕੁਝ ਰਹਿ ਜਾਂਦਾ ਪਰ ਨਾਲ ਨਾਲ ਕਦੀ ਕਦੀ ਕੁਝ ਕਿ ਖਬਰਾਂ ਮੋਟੀਵੇਸ਼ਨਲ ਵੀ ਹੁੰਦੀਆਂ ਨੇ ਜਿਹੜੀਆਂ ਪ੍ਰੇਰਣਾ ਦਿੰਦੀਆਂ ਨੇ ਜਿਸ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ ਉਹਦੇ ਵਿੱਚ ਇਹ ਬਿਲਕੁਲ ਦੱਬ ਹੋ ਕੇ ਗੱਲ ਰਹਿ ਗਈ ਹੈ ਕਿ ਇੱਕ ਨੌਜਵਾਨ ਜੱਜ ਬਣਦਾ 28 ਸਾਲ ਦੀ ਉਮਰ ਦੇ ਵਿੱਚ ਉਹ ਮਿਹਨਤ ਕਰਕੇ ਬਣਦਾ ਆਪਣੇ ਪਿਤਾ ਦੇ ਨਾਲ 12 12 13 13 ਘੰਟੇ ਦਿਨੇ ਕੰਮ ਕਰਵਾਉਂਦਾ ਰਿਹਾ ਫੇਰ ਰਾਤ ਨੂੰ 5 6 ਘੰਟੇ ਪੜ ਕੇ ਸਵੇਰ ਦੀ ਫੇਰ ਤਿਆਰੀ ਕਰਨੀ ਪੰਜਾਬ ਦੇ ਵਿੱਚ ਇਹ ਖਬਰਾਂ ਦਬ ਕੇ ਰਹਿੰਦੀ ਅੰਮ੍ਰਿਤਸਰ ਵਾਲੇ ਪਾਸੇ ਇੱਕ ਕੁੜੀ 11ਵੀਂ ਕਰਦੀ ਸੀ ਉਹਦੇ ਪਿਤਾ ਦਾ ਐਕਸੀਡੈਂਟ ਹੋ ਜਾਂਦਾ ਉਹਨੇ ਡੈਰੀਆਂ ਦੇ ਵਿੱਚ ਦੁੱਧ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਪਿਤਾ ਦੀਆਂ ਦੋਹਾਂ ਲੱਤਾਂ ਇੱਕ ਲੱਤ ਟੁੱਟ ਗਈ ਸੀ ਦੂਸਰੀ ਲੱਤ ਡਾਕਟਰਾਂ ਨੇ ਕਿਹਾ ਸੀ ਕਿ ਥੋੜੇ ਦਿਨ ਹੋਰ ਲੱਗਣਗੇ ਕਾਮਯਾਬ ਹੋਣ ਦੇ ਵਿੱਚ ਕੁੜੀ ਨੇ ਮੋਟਰਸਾਈਕਲ ਤੇ ਕੰਮ ਸ਼ੁਰੂ ਕੀਤਾ ਕਰਨਾ ਲੋਕਾਂ ਤੱਕ ਦੁੱਧ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਖਬਰਾਂ ਸਾਰੀਆਂ ਭੁੱਲ ਜਾਂਦੀਆਂ ਨੇ ਖਬਰਾਂ ਉਹ ਵੀ ਭੁੱਲ ਜਾਂਦੀਆਂ ਨੇ ਕਿ ਇੱਕ ਅਧਿਆਪਕ ਕਿਸ ਤਰ੍ਹਾਂ 22 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਤੇ ਅੱਗੇ 4 ਕਿਲੋਮੀਟਰ ਮੋਟਰਸਾਈਕਲ ਸੈੱਡ ਤੇ ਲਗਾ ਕੇ ਜਿੱਥੇ ਸੜਕ ਵੀ ਨਹੀਂ ਕੋਈ ਜਾਂਦੀ ਬੱਚਿਆਂ ਨੂੰ ਪੜਾਉਣ ਜਾਂਦਾ ਜਦੋਂ ਉਹਦੇ ਬਦਲੀ ਦੀ ਖਬਰ ਆਉਂਦੀ ਹੈ ਤਾਂ ਅਧਿਆਪਕ ਹੋਰ ਉੱਥੇ ਕੁਸ਼ਕ ਬੱਚੇ ਉੱਥੇ ਹੀ ਕੁਸ਼ਕ ਲੋਕ ਇਕੱਠੇ ਹੋ ਜਾਂਦੇ ਕਹਿੰਦੇ ਨਹੀਂ ਜੀ ਮਾਸਟਰ ਜੀ ਤੁਹਾਨੂੰ ਜਾਣ ਨਹੀਂ ਦੇਣਾ ਅਸੀਂ ਤੁਹਾਨੂੰ ਸੜਕ ਬਣਾ ਕੇ ਦੇਵਾਂਗੇ ਇਹ ਸਾਰੀਆਂ ਖਬਰਾਂ ਉਹ ਸੀਗੀਆਂ ਜਿਹੜੀਆਂ ਲੋਕਾਂ ਨੂੰ ਕਿਤੇ ਨਾ ਕਿਤੇ ਕਦੀ ਨਾ ਕਦੀ ਪ੍ਰੇਰਨਾ ਜੁੜ ਦਿੰਦੀਆਂ ਨੇ ਪਰ ਅੱਜ ਦੇ ਸਮੇਂ 'ਚ ਅਖਬਾਰ ਚੁੱਕੋ ਤਸਵੀਰ ਨੂੰ ਸਾਨੂੰ ਦੋ ਤਿੰਨ ਖਬਰਾਂ ਇੱਕ ਦੂਸਰੇ ਤੇ ਦੋਸ਼ ਲੱਗੇ ਹੁੰਦੇ ਆ ਫਲਾਣੇ ਸਿਆਸਤਦਾਨ ਨੇ ਆਹ ਕਹਿਤਾ ਉਹ ਨੇ ਆ ਕੀਤਾ ਇਧਰ ਹਾਸਾ ਹੋ ਗਿਆ ਇਧਰ ਕੋਈ ਐਦਾਂ ਦੀ ਘਟਨਾ ਵਾਪਰਦੀ ਹੈ ਜਿਹਦੇ ਨਾਲ ਸਵੇਰੇ ਹੀ ਦੰਦਾਂ ਦੇ ਵਿੱਚ ਉਂਗਲੀ ਆ ਜਾਂਦੀ ਹੈ ਤੇ ਲੋਕ ਵੇੜੇ ਦੇ ਵਿੱਚ ਪਈਆਂ ਅਖਬਾਰਾਂ ਚੱਕਣ ਤੋਂ ਵੀ ਅੱਜਕੱਲ ਡਰਦੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹ ਗੱਲਾਂ ਇਸ ਕਰਕੇ ਕੀਤੀਆਂ ਕਿਉਂਕਿ ਅੱਜ ਜ਼ਰੂਰਤ ਲੋਕਾਂ ਨੂੰ ਪ੍ਰੇਰਣਾ ਲੈਣ ਦੀ ਮੋਟੀਵੇਸ਼ਨ ਹੁੰਦੀ ਹੈ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਲੋਕ ਡੁੱਬੇ ਹੋਏ ਨੇ ਬਹੁਤ ਸਾਰੇ ਲੋਕ ਆਪਣੇ ਆਪ ਚ ਖਤਮ ਹੋ ਗਏ ਨੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨਹੀਂ ਜਿਹੜੇ ਕਹਿੰਦੇ ਸਾਡੇ ਤਾਂ ਕੰਮ ਹੀ ਨਹੀਂ ਬਣਦੇ ਗੱਲ ਹੀ ਨਹੀਂ ਬਣਦੀ ਪਰ ਨਹੀਂ ਸਾਰਾ ਕੁਝ ਠੀਕ ਹੋ ਜਾਂਦਾ ਬਸ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਮਿਹਨਤ ਕਰਨੀ ਨਹੀਂ ਛੱਡਣੀ ਚਾਹੀਦੀ ਪਰ ਮਿਹਨਤ ਬਹੁਤ ਸਾਰੇ ਬੱਚੇ ਕਰਦੇ ਆ ਅੱਜ ਕੱਲ੍ਹ ਕੁਝ ਬੱਚੇ ਇਸ ਤਰ੍ਹਾਂ ਦੇ ਆ ਜਿਹੜੇ ਅੱਗੇ ਵਧਣਾ ਚਾਹੁੰਦੇ ਆ ਅੱਗੇ ਵਧਣ ਦੇ ਨਾਲ ਨਾਲ ਬੱਚੇ ਆਨਲਾਈਨ ਦੁਨੀਆ ਦੇ ਵਿੱਚ ਜ਼ਿਆਦਾ ਖੋਹਦੇ ਪਏ ਆ ਬਹੁਤ ਸਾਰਾ ਸਮਾਂ ਲੋਕ ਫੋਨ ਤੇ ਬਤੋਂਦੇ ਪਏ ਆ ਉਹੀ ਬੈਠੇ ਉਂਗਲਾ ਮਾਰੀ ਜਾਣਗੇ ਰਾਤ ਨੂੰ ਸੌਣ ਲੱਗੇ ਲੋਕ ਜੇਕਰ ਇੱਕ ਸਟੇਟਸ ਪਾ ਦੇਣਗੇ ਉਹਨੂੰ ਦੇਖੀ ਜਾਣਗੇ ਕਿੰਨੇ ਕ ਲੋਕਾਂ ਨੇ ਦੇਖ ਲਿਆ ਫਿਰ ਇੱਕ ਤਸਵੀਰ ਪੋਸਟ ਕਰ ਦੇਣਗੇ ਉਹਨੂੰ ਦੇਖਣਗੇ ਬਾਰ ਬਾਰ ਕਿੰਨੇ ਕ ਲੋਕਾਂ ਨੇ ਦੇਖ ਲਿਆ ਸ਼ੁਰੂਆਤ ਹੈ ਜੋ ਉਸ ਖਬਰ ਤੋਂ ਕਰਨੀ ਹੈ ਜਿਹਨੂੰ ਲੈ ਕੇ ਹਾਈ ਕੋਰਟ ਨੇ ਚਿੰਤਾ ਪ੍ਰਗਟ ਕੀਤੀ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਬੱਚੇ ਗੁੰਮਰਾਹ ਹੋ ਰਹੇ ਨੇ ਅੱਜ ਕੰਟੈਂਟ ਇਸ ਤਰ੍ਹਾਂ ਦਾ ਪਰੋਸਿਆ ਜਾ ਰਿਹਾ ਹੈ ਜਿਹਦੇ ਕਰਕੇ ਉਹ ਕੰਟੈਂਟ ਬੱਚਿਆਂ ਤੱਕ ਪਹੁੰਚਦਾ ਮਾਨਸਿਕ ਤੌਰ ਤੇ ਬੱਚੇ ਪਰੇਸ਼ਾਨ ਵੀ ਹੋ ਜਾਂਦੇ ਆ ਮਾਨਸਿਕ ਤੌਰ ਤੇ ਬੱਚੇ ਕ੍ਰਾਈਮ ਦਾ ਸ਼ਿਕਾਰ ਵੀ ਹੋ ਰਹੇ ਨੇ ਇਹਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈ ਇਹਦੇ ਵਿੱਚੋਂ ਕੱਢਣ ਦੀ ਜ਼ਰੂਰਤ ਹੈ ਇਹਦੇ ਵਿੱਚੋਂ ਮਸਲਾ ਇਹ ਵੀ ਹੈ ਕਿ ਬੱਚਿਆਂ ਨੂੰ ਮਨੋਵਿਗਿਆਨੀ ਕੇਂਦਰ ਇਦਾਂ ਦੇ ਸਥਾਪਿਤ ਕਰਕੇ ਬੱਚਿਆਂ ਦਾ ਥੋੜਾ ਜਿਹਾ ਉੱਥੇ ਜੇਕਰ ਕਾਉਂਸਲਿੰਗ ਕੀਤੀ ਜਾਵੇ ਤਾਂ ਹੋ ਸਕਦਾ ਬਹੁਤ ਕੁਝ ਠੀਕ ਹੋ ਜਵੇ ਕਰਨਾਟਕ ਹਾਈ ਕੋਰਟ ਨੇ ਸਰਕਾਰ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਉਮਰ ਤੈਅ ਕਰਨ ਦੀ ਗੱਲ ਕਹੀ ਹੈ ਇਹ ਬਹੁਤ ਚੰਗਾ ਫੈਸਲਾ ਜੇਕਰ ਹੁੰਦਾ ਕਿਉਂਕਿ ਇੱਕ ਸਮਾਂ ਸੀ ਜਦੋਂ ਬੱਚੇ ਲਗਾਤਾਰ ਫੋਨ ਦੇ ਵਿੱਚ ਖੁੱਬਦੇ ਗਏ ਗੇਮਾਂ ਖੇលਦੇ ਗਏ ਅਸੀਂ ਗੇਮਾਂ ਦੀ ਗੱਲ ਵੀ ਬਾਅਦ ਵਿੱਚ ਕਰਾਂਗੇ ਕਿਉਂਕਿ ਅੱਜ ਇਹ ਬਹੁਤ ਵੱਡਾ ਇੱਕ ਧੰਦਾ ਬਣ ਚੁੱਕਿਆ ਹੈ ਸਰਕਾਰ ਨੇ ਪਿਛਲੇ ਨਹੀਂ ਦੇਖਿਆ ਕਿ ਇਹਦੇ ਉੱਪਰ ਵੀ ਥੋੜਾ ਜਿਹਾ ਟੈਕਸ ਲਗਾਉਣ ਦੀ ਜ਼ਰੂਰਤ ਹੈ ਜਿਹੜਾ ਕਦੀ 50 ਕਰੋੜ ਦਾ ਕਾਰੋਬਾਰ ਹੁੰਦਾ ਸੀ 10000 ਕਰੋੜ ਤੋਂ ਹੁੰਦਾ ਹੁੰਦਾ 29000 ਕਰੋੜ ਨੂੰ ਪਾਰ ਕਰਦਾ ਅੱਜ 50000 ਕਰੋੜ ਵੱਲ ਪਹੁੰਚਣ ਵਾਲਾ ਹੈ ਆਉਂਦੇ ਸਮੇਂ ਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਕਾਰੋਬਾਰ ਵਧਦਾ ਪਿਆ ਬੱਚਿਆਂ ਦਾ ਸਮਾਂ ਬਰਬਾਦ ਹੋ ਰਿਹਾ ਹੈ ਅਦਾਲਤ ਨੇ ਕਿਹਾ ਕਿ 17 ਤੋਂ 18 ਸਾਲ ਦੀ ਉਮਰ ਦੇ ਨੌਜਵਾਨ ਸੋਸ਼ਲ ਮੀਡੀਆ ਦੀ ਬਹੁਤ ਵਰਤੋਂ ਕਰਦੇ ਆ ਤੇ ਉਸ ਵੇਲੇ ਉਹਨਾਂ ਨੂੰ ਜਿਹੜਾ ਕੰਟੈਂਟ ਮਿਲਣਾ ਚਾਹੀਦਾ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਪਰ ਜਿਸ ਤਰ੍ਹਾਂ ਦਾ ਕੰਟੈਂਟ ਮਿਲਦਾ ਪਿਆ ਉਹਨਾਂ ਦੇ ਦਿਮਾਗ ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਿਹਾ ਹੈ ਮਨ ਨੂੰ ਪਰਿਸ਼ਟ ਕਰਨ ਵਾਲੀਆਂ ਅਜਿਹੀਆਂ ਗੱਲਾਂ ਨੂੰ ਨਾ ਸਿਰਫ ਸੋਸ਼ਲ ਮੀਡੀਆ ਤੋਂ ਸਗੋਂ ਇੰਟਰਨੈਟ ਤੋਂ ਵੀ ਹਟਾਇਆ ਜਾਣਾ ਚਾਹੀਦਾ ਹੈ ਇਹ ਜਿਹੜੀ ਗੱਲ ਅੱਜ ਕੀਤੀ ਗਈ ਹੈ ਇਹ ਚੰਗੀ ਹੈ ਤੁਹਾਡੀ ਸ਼ਮੂਲੀਅਤ ਇੱਥੇ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਅੱਜ ਸੋਸ਼ਲ ਮੀਡੀਆ ਤੇ ਜੋ ਕੁਝ ਵੀ ਪਰੋਸਿਆ ਜਾ ਰਿਹਾ ਹੈ ਜੋ ਕੁਛ ਵੀ ਮਿਲਦਾ ਪਿਆ ਉਸ ਕੰਟੈਂਟ ਨੂੰ ਤੁਸੀਂ ਕਿਵੇਂ ਦੇਖਦੇ ਆ ਆ ਦੋ ਤਿੰਨ ਪਲੇਟਫਾਰਮ ਇਸ ਤਰ੍ਹਾਂ ਦੇ ਆ ਜਿਹਦੇ ਉੱਪਰੇ ਪਿਛਲੇ ਦਿਨੀ ਬਹੁਤ ਰੌਲਾ ਪਿਆ ਨਗੇਸ ਬਹੁਤ ਵੱਧ ਗਿਆ ਵੀਡੀਓ ਲੋਕ ਇਸ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਨੇ ਇਸ ਤਰ੍ਹਾਂ ਦਾ ਲੋਕ ਆਪਣਾ ਕੰਟੈਂਟ ਬਣਾ ਬਣਾ ਕੇ ਵਾਇਰਲ ਕਰਦੇ ਪਏ ਆ ਕਿ 4 ਵਿਊ ਮਿਲ ਜਣ ਕਿਸੇ ਤਰੀਕੇ ਨਾਲ ਪਿਛਲੇ ਦਿਨੀ ਇੱਕ ਖਬਰ ਸਾਹਮਣੇ ਆਈ ਫਿਰੋਜ਼ਪੁਰ ਤੋਂ ਖਬਰ ਸਾਹਮਣੇ ਆਈ ਸੀ ਇੱਕ ਕੁੜੀ ਨੇ ਤੇ ਇੱਕ ਮੁੰਡੇ ਨੇ ਵੱਖ-ਵੱਖ ਖਬਰਾਂ ਸੀਗੀਆਂ ਉਹਨਾਂ ਨੇ ਵਿਊਜ਼ ਖੱਟਣ ਦੀ ਖਾਤਰ ਆਪਣੇ ਪਰਿਵਾਰਕ ਮੈਂਬਰਾਂ ਦੇ ਵੀਡੀਓ ਵੀ ਵਾਇਰ ਕਰ ਦਿੱਤੀਆਂ ਤੇ ਉਹ ਬੜੀਆਂ ਸ਼ਰਮਨਾਕ ਨਾਟਮਾ ਸੀ ਬੜੀਆਂ ਸ਼ਰਮਨਾਕ ਖਬਰਾਂ ਸੀਗੀਆਂ ਜੇਕਰ ਇਸ ਤਰ੍ਹਾਂ ਦੀਆਂ ਖਬਰਾਂ ਨਾ ਹੋਂ ਤੱਕ ਚੰਗਾ ਪਰ ਕਿਉਂ ਇਹ ਸਾਰਾ ਕੁਸ਼ਤੀਓ ਹੋ ਰਿਹਾ ਕੀ ਸਿਰਫ ਇੱਕ ਵਿਊ ਦੀ ਖਾਤਰ ਹੋ ਰਿਹਾ ਹੈ ਕੀ ਸਿਰਫ ਕਮੈਂਟ ਦੀ ਖਾਤਰ ਹੋ ਰਿਹਾ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਜਦੋਂ ਆ ਜਾਂਦੀਆਂ ਸਾਹਮਣੇ ਇੱਕ ਤਰ੍ਹਾਂ ਦੀ ਵੀਡੀਓ ਜਦੋਂ ਲੋਕ ਦੇਖਦੇ ਆ ਤਾਂ ਉਹ ਮੈਗਨਿਜ਼ਮ ਇਸ ਤਰ੍ਹਾਂ ਦਾ ਬਣਿਆ ਕਿ ਸਾਰੀਆਂ ਵੀਡੀਓ ਉਸੇ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਫਿਰ ਲੋਕ ਦੇਖਦੇ ਰਹਿੰਦੇ ਆ ਕੰਟੈਂਟ ਹਾਈ ਕੋਰਟ ਤੇ ਸੱਤ ਹੈ ਹਾਈ ਕੋਰਟ ਨੇ ਕਿਹਾ ਕਿ 17 ਤੋਂ 18 ਸਾਲ ਦੇ ਬੱਚੇ ਜਿਨ੍ਹਾਂ ਨੇ ਆਪਣਾ ਕਰੀਅਰ ਬਣਾਉਣਾ ਹੁੰਦਾ ਜਿਨ੍ਹਾਂ ਨੇ ਦੇਖਣਾ ਹੁੰਦਾ ਕਿ ਸਿੱਪ ਭਵਿੱਖ ਵਿੱਚ ਕਿੱਦਾਂ ਨੂੰ ਜਾਣਾ ਉਹਨਾਂ ਨੂੰ ਲੈ ਕੇ ਥੋੜਾ ਜਿਹਾ ਚੌਕਸ ਕਰਨ ਦੀ ਗੱਲ ਕੀਤੀ ਹੈ ਹਾਈ ਕੋਰਟ ਨੇ ਕਿਹਾ ਕਿ ਅਜਿਹਾ ਕੰਟੈਂਟ ਉਡਾ ਦੇਣਾ ਚਾਹੀਦਾ ਹੈ ਅਸਲ ਵਿੱਚ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ 2 ਫਰਵਰੀ 2021 ਤੋਂ 28 ਫਰਵਰੀ ਦੇ ਦਰਮਿਆਨ ਇਹਦੇ ਲਈ ਇੱਕ ਹੁਕਮ ਜਾਰੀ ਕੀਤਾ ਸੀ ਸੋਸ਼ਲ ਮੀਡੀਆ ਪਲੇਟਫਾਰਮ ਲਈ ਉਹਦਾ ਵੀ ਰੌਲਾ ਬਹੁਤ ਪਿਆ ਸੀ ਪਰ ਨਹੀਂ ਉਹਦਾ ਵੀ ਰੌਲਾ ਪੈ ਕੇ हट ਗਿਆ ਹੁਣ ਹੋ ਸਕਦਾ ਆਉਂਦੇ ਦਿਨਾਂ ਨੂੰ ਕੋਈ ਏਦਾਂ ਦਾ ਕਾਨੂੰਨ ਦੇਖਣ ਨੂੰ ਮਿਲ ਜਵੇ ਜਿਹਦੇ ਕਰਕੇ ਬੱਚਿਆਂ ਦਾ ਜਿਹੜਾ ਦਿਮਾਗੀ ਤੌਰ ਤੇ ਪ੍ਰਭਾਵ ਪੈ ਰਿਹਾ ਉਹ ਨਾ ਪਵੇ ਚੰਗਾ ਹੋਵੇਗਾ ਜੇਕਰ ਇਸ ਤਰ੍ਹਾਂ ਹੋਵੇਗਾ ਅੱਗੇ ਵੱਧਦੇ ਹਾਂ ਗੱਲ ਕਰਨੀਆਂ ਸਿਆਸਤ ਦੀ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਤੌਰ ਤੇ ਕਈ ਤਰ੍ਹਾਂ ਦੀਆਂ ਚਰਚਾਾਂਵਾਂ ਚੱਲਦੀਆਂ ਪਈਆਂ ਇੱਕ ਤਾਂ ਗੱਠਜੋੜ ਦੀ ਚਰਚਾ ਚੱਲਦੀ ਹੈ ਕੋਈ ਕਹਿੰਦਾ ਜੀ ਇੰਡੀਆ ਵਾਲੇ ਗੱਠਜੋੜ ਨੂੰ ਪੰਜਾਬ ਤਾਂ ਅਸੀਂ ਸੁਵਕਾਰ ਨਹੀਂ ਕਰਨਾ ਜੋ ਮਰਜ਼ੀ ਕਰ ਲੋ ਅਮਨਿੰਦਰ ਸਿੰਘ ਰਾਜਾ ਵੜਿੰਗ ਜੋ ਮਰਜ਼ੀ ਕਹੀ ਜਾ ਜਿਸ ਤਰ੍ਹਾਂ ਮਰਦੀ ਪ੍ਰਤਾਪ ਸਿੰਘ ਵਾਜਵਾ ਰੋਲਾ ਪਾਈ ਜਾਣ ਪਰ ਦੋ ਸਿਆਸਤਦਾਨਾਂ ਨੇ ਵੱਖਰਾ ਸਟੈਂਡ ਰੱਖਤਾ ਸੀਗਾ ਉਹਦੇ ਵਿੱਚ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਚਾਹੇ ਰਵਨੀਤ ਸਿੰਘ ਬਿੱਟੂ ਹੋਣ ਦੋਹਾਂ ਨੇ ਸਟੈਂਡ ਵੱਖਰਾ ਕਰ ਦਿੱਤਾ ਇੱਕ ਤਾਂ ਕਹਿੰਦੇ ਕਿ ਸਾਨੂੰ ਆਪਣੇ ਕੈਪਟਨ ਦੀ ਮੰਨਣੀ ਪੈਣੀ ਹੈ ਜੀ ਕੈਪਟਨ ਸਾਹਿਬ ਨੇ ਜੋ ਹਾਈ ਕਮਾਂਡ ਨੇ ਕਹਿਤਾ ਉਹ ਮੰਨਾਂਗੇ ਦੂਸਰੇ ਪਾਸੇ ਬਿੱਟੂ ਸਾਹਿਬ ਨੇ ਕਹਿ ਦਿੱਤਾ ਸੀਗਾ ਅਸਤੀਫੇ ਤਿਆਰ ਕਰ ਲਓ ਜਿਹਨੂੰ ਜਿਹਨੂੰ ਨਹੀਂ ਮਰਜ਼ੀ ਤੇ ਜਿਹਨੂੰ ਜਿਹਨੂੰ ਨਹੀਂ ਲੱਗਦਾ ਨਾਲ ਚੱਲ ਸਕਦੇ ਦੇ ਦਿਓ ਅਸਤੀਫੇ ਗੱਲ ਇੱਥੇ ਤੱਕ ਪਹੁੰਚ ਗਈ ਸੀ ਗੱਲ ਅਸਤੀਫੇ ਦੀ ਨਹੀਂ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੇ ਸਿਆਸ ਸਿਆਸਤ ਦੇ ਵਿੱਚ ਹਾਲਾਤ ਬਣੇ ਹੋਏ ਨੇ ਸਿਆਸਤਦਾਨਾਂ ਨੂੰ ਚਾਹੀਦਾ ਕਿ ਮਿਲ ਕੇ ਚੱਲੀਏ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਹੋਵੇ ਦੂਸਰੇ ਪਾਸੇ ਤੁਸੀਂ ਦੇਖੋ ਅੱਜ ਇੱਕ ਖਬਰ ਆਉਂਦੀ ਹੈ ਅਬੋਹਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਨੇ ਅਰुण ਨਾਰੰਗ ਉਹਰਾ ਨੇ ਪਾਰਟੀ ਦਾ ਸਾਥ ਛੱਡ ਦਿੱਤਾ ਅਰुण ਨਾਰੰਗ ਉਹੀ ਨੇ ਜਿਨ੍ਹਾਂ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆਈ ਸੀ ਮੈਂ ਉਸ ਵੀਡੀਓ ਦਾ ਜ਼ਿਕਰ ਇਸ ਕਰਕੇ ਨਹੀਂ ਕਰਨਾ ਉਹ ਵੀਡੀਓ ਨਾ ਜ਼ਿਕਰ ਕਰੀਏ ਤਾਂ ਚੰਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਦੀ ਕੁੱਟਮਾਰ ਹੋਈ ਸੀਗੀ ਤੇ ਉਦੋਂ ਤੱਕ ਪਰਿਵਾਰ ਤੱਕ ਵੀ ਉਹ ਵੀਡੀਓ ਪਹੁੰਚੀ ਸੀ ਉਹ ਚੰਗੀ ਨਹੀਂ ਸੀ ਅਸੀਂ ਉਸ ਨੂੰ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ ਜੇਕਰ ਇਹ ਨਾ ਘਟਣਾ ਵਾਪਰਦੀ ਤਾਂ ਚੰਗਾ ਹੁੰਦਾ ਕਿਉਂਕਿ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਵੀਡੀਓ ਲੰਬੇ ਸਮੇਂ ਪਈ ਰਹ ਜਾਂਦੀਆਂ ਨੇ ਅਰुण ਨਾਰੰਗ ਉਹੀ ਨੇ ਜਿਨ੍ਹਾਂ ਨੇ ਫਰਵਰੀ ਮਹੀਨੇ ਵਿੱਚ ਅਜੇ ਇਹ ਗੱਲ ਕਹੀ ਸੀ ਕਿ ਭਾਜਪਾ ਵਰਗੀ ਪਾਰਟੀ ਕੋਈ ਨਹੀਂ ਗਈ ਭਾਜਪਾ ਦੇ ਸਾਰੇ ਸਿਆਸਤਦਾਨ ਨਾਲ ਜੁੜ ਕੇ ਚੱਲਦੇ ਆ ਇੱਕ ਸਲਾਹ ਹੁੰਦੀ ਹੈ ਫਿਰ ਅੱਗੇ ਵੱਲ ਵਧਦੇ ਨੇ ਫਿਰ ਇਹਨਾਂ ਨੇ ਇਹ ਵੀ ਗੱਲ ਕਹੀ ਸ਼ਾਇਦ ਰੁਈਆ ਸਰਵਰ ਪਿੰਡ ਸੀਗਾ ਉੱਥੇ ਬਾਜ਼ਾਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਉੱਥੇ ਇਹਨਾਂ ਨੇ ਵਕ ਵਕ ਸਿਆਸਤਦਾਨਾਂ ਨਾਲ ਮਿਲ ਕੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਸੀਗਾ ਇਹ ਗੱਲ ਕਹੀ ਸੀ 9 ਫਰਵਰੀ ਤੋਂ ਲੈ ਕੇ ਅੱਜ ਸਤੰਬਰ ਤੱਕ ਹੁੰਦੇ ਹੁੰਦੇ ਹੀ ਇਹਨਾਂ ਨੇ ਆਪਣੀ ਸੋਚ ਬਦਲ ਲਈ ਅੱਜ ਭਾਜਪਾ ਦੇ ਸਾਰੇ ਅਹੁਦਿਆਂ ਤੋਂ ਪਹਿਲਾਂ ਹੀ ਵੈਸੀ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਅੱਜ ਸਾਰੇ ਅਹੁਦਿਆਂ ਨੂੰ ਇੱਕ ਪਾਸੇ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਦੋਂ ਅਰुण नारंग ਹੋਰਾਂ ਦੀ ਗੱਲ ਕਰਦੇ ਪਏ ਆ ਤਾਂ ਅਰुण नारंग ਜਿਹੇ ਸਾਹਬ ਦੇ ਨਾਲ ਅਚਾਨਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਭਾਜਪਾ ਦੇ ਕਈ ਲੀਡਰ ਛੱਡਣ ਨੂੰ ਤਿਆਰ ਬੈਠੇ ਨੇ ਇਹਦਾ ਮੁੱਖ ਕਾਰਨ ਕੀ ਹੈ ਜਿਸ ਦਿਨ ਦੀ ਜ਼ਿੰਮੇਵਾਰੀ ਸੁਨੀਲ ਜਾਖੜ ਹੋਰਾਂ ਨੂੰ ਸੌਂਪੀ ਗਈ ਹੈ ਉਸ ਦਿਨ ਤੋਂ ਲੱਗਦਾ ਪਏ ਬਹੁਤ ਸਾਰਿਆਂ ਦੇ ਵਿਚਾਰ ਨਰਾਜ਼ਗੀ ਕਿਤੇ ਨਾ ਕਿਤੇ ਹੈਗੀ ਹੈ ਹੁਣ ਜਲੰਧਰ ਦੇ ਵਿੱਚ ਵੀ ਇਹ ਚਰਚਾ ਚੱਲਦੀ ਪਈ ਸੀ ਵੈਸੇ ਤਾਂ ਪਿਛਲੇ ਦਿਨੀ ਜਿਹੜੀ ਕਾਰਜਕਰਨੀ ਦੀ ਇੱਕ ਲਿਸਟ ਸਾਹਮਣੇ ਆਈ ਹੈ ਉਹਦੇ ਵਿੱਚ ਰੁੱਸੀਆਂ ਨੂੰ ਮਨਾਉਣ ਦਾ ਯਤਨ ਕੀਤਾ ਗਿਆ ਲੰਬੇ ਸਮੇਂ ਤੋਂ ਸ਼ਵੇਤ ਮਲਿਕ ਹੁਣੀ ਵੀ ਦੂਜੇ ਪਾਸੇ ਬੈਠੇ ਸੀਗੇ ਥੋੜਾ ਜਿਹਾ ਮੁੱਖ ਮੋੜਿਆ ਸੀ ਕਿ ਤਨੇ ਕਿਤੇ ਉਹਲਾ ਤਾਂ ਕੀਤਾ ਹੀ ਸੀਗਾ ਪਰ ਉਹ ਵੀ ਪਰਦਾ ਚਾਕੇ ਥੋੜਾ ਜਿਹਾ ਜੇ ਸਾਬ ਨਾ ਬਾਹਰ ਲਿਆਂਦੇਗੇ ਦੂਜੀ ਸੂਚੀ ਵਿੱਚ ਨਾਮ ਉਹਨਾਂ ਦਾ ਵੀ ਸੀਗਾ ਜਲੰਧਰ ਦੇ ਵਿੱਚੋਂ ਜਿਹੜੇ ਸੀਨੀਅਰ ਸਿਆਸਤਦਾਨ ਕਦੀ ਕਹਿੰਦੇ ਆ ਕਿ ਨਾਰਾਜ਼ ਹੋ ਕੇ ਸਾਈਡ ਤੇ ਬੈਠੇ ਪਏ ਆ ਉਹਨਾਂ ਨੂੰ ਪਹਿਲੀ ਸੂਚੀ ਦੇ ਵਿੱਚ ਪਾ ਕੇ ਭਾਜਪਾ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਕੋਈ ਕਹਿੰਦਾ ਪਿਆ ਜੀ 70 30 ਦੀ ਰੇਸ਼ੋ ਹੈ ਕੋਈ ਕਹਿੰਦਾ 60 40 ਹੈ ਸਾਨੂੰ ਨਹੀਂ ਪਤਾ 60 40 ਦੀ ਹੈ 70 30 ਦੀ ਹੈ ਪਰ ਇਹਨਾਂ ਜ਼ਰੂਰ ਹੈ ਸੁਨੀਲ ਜਾਖੜ ਸਾਰੇ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਪਰ ਦੂਸਰੇ ਪਾਸੇ ਜਿਹੜੀ ਚਰਚਾ ਚੱਲਦੀ ਪਈ ਹੈ ਕਿ ਕਾਂਗਰਸ ਦੇ ਵਿੱਚੋਂ ਆਏ ਹੋਏ ਸਾਬਕਾ ਮੰਤਰੀ ਸਾਬਕਾ ਵ代ਕ ਜਾਖੜ ਸਾਹਿਬ ਉਹਨਾਂ ਦੇ ਨਾਲ ਕਰੀਬੀ ਨੇ ਨਜ਼ਦੀਕੀ ਨੇ ਉਹਨਾਂ ਨੂੰ ਨਾਲ ਲੈ ਕੇ ਅੱਗੇ ਵੱਲ ਵਧ ਰਿਹਾ ਜੇਕਰ ਇਹ ਗੱਲ ਸਹੀ ਹੈ ਤਾਂ ਫਿਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਦੌਰਾਨ ਭਾਜਪਾ ਦੇ ਕੁਝ ਕੋਸ਼ਕ ਹੋਰ ਲੀਡਰ ਸਾਥ ਛੱਡ ਜਾਣ ਇਹ ਤਾਂ ਨਹੀਂ ਕਹਿੰਨੇ ਕਿ ਪਾਰਟੀ ਦੇ ਵਿੱਚ ਹੀ ਚਲੇ ਜਾਣਗੇ ਪਰ ਇਹਨਾਂ ਜ਼ਰੂਰ ਹੈ ਸਾਥ ਉਹ ਕਿਤਨੇ ਕਿਤੇ ਛੱਡ ਸਕਦੇ ਹੈ ਜਿਹਦੇ ਕਰਕੇ ਆਉਂਦੇ ਦਿਨਾਂ ਨੂੰ ਭਾਜਪਾ ਦੀ ਸਮੱਸਿਆ ਲੱਗਦਾ ਵੱਲ ਸਕਦੀ ਹੈ ਪਰ ਭਾਜਪਾ ਪੈਰ ਪ੍ਰਸਾਰੀ ਹੈ ਜੇਕਰ ਭਾਜਪਾ ਦਾ ਜ਼ਿਕਰ ਕਰਦੇ ਪਏ ਹੈ ਤਾਂ ਇੱਥੇ ਕੋਸ਼ਕ ਵਰਗ ਨਾਲ ਸੰਬੰਧਿਤ ਵੋਟਾਂ ਨੇ ਮੈਂ ਕਦੀ ਵੀ ਜਾਂ ਅਸੀਂ ਕਦੀ ਵੀ ਇਹ ਨਹੀਂ ਕਿ ਹੈ ਕਿ ਆ ਭਾਈਚਾਰੇ ਦੀਆਂ ਵੋਟਾਂ ਇੰਨੀਆਂ ਨੇ ਪਰ ਫਿਰ ਵੀ ਪੰਜਾਬ ਦੀ ਸਿਆਸਤ ਕਿਤੇ ਨਾ ਕਿਤੇ ਜਾਤ ਦੇ ਆਧਾਰ 'ਤੇ ਵੀ ਟਿੱਕੀ ਹੋਈ ਹੈ ਐਵੇਂ ਤਾਂ ਨਹੀਂ ਧਾਰਮਿਕ ਸਥਾਨਾਂ ਤੇ ਵਕਫ ਵਕ ਡੇਰਿਆਂ ਤੇ ਗੀੜੇ ਵੱਧ ਜਾਂਦੇ ਉੱਥੇ ਕਿਉਂ ਜਾਂਦੇ ਕਿਉਂਕਿ ਵੋਟਾਂ ਆਪਣੇ ਵੱਲ ਖਿੱਚਣ ਦਾ ਯਤਨ ਹਮੇਸ਼ਾ ਹੀ ਹੁੰਦਾ ਹੁਣ ਵੀ ਪੰਜਾਬ ਦੇ ਵਿੱਚ ਭਾਜਪਾ ਹਰ ਇੱਕ ਭਾਈਚਾਰੇ ਨੂੰ ਨਾਲ ਜੋੜਨਾ ਚਾਹੁੰਦੀ ਹੈ ਚਾਹੇ ਉਹ ਸਿੱਖਾਂ ਦੀਆਂ ਵੋਟਾਂ ਹੋਣ ਚਾਹੇ ਹੋਰ ਭਾਈਚਾਰੇ ਦੀਆਂ ਹੁਣ ਨਾਲ ਜੋੜ ਕੇ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਇਕੱਠੇ ਹੋ ਕੇ ਅੱਗੇ ਵਧਾਂਗੇ ਸੋ ਵਧਾਂਗੇ ਕਿ ਨਹੀਂ ਪਤਾ ਨਹੀਂ ਪਰ ਵਿਰੋਧੀ ਸੁਰਜੇ ਸਾਹਿਬ ਦਾ ਤੇਜ਼ ਹੁੰਦੇ ਪਏ ਹੈ ਟਕਸਾਲੀ ਲੀਡਰ ਜਿਸ ਸਾਹਬ ਦੇ ਨਾਲ ਰੋਸ ਉਹਨਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਜਿਸ ਸਾਹਬ ਦੇ ਨਾਲ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਤਾਂ ਬਕਾਇਦਾ ਟਕਸਾਲੀ ਨਿਤਾਵਾਂ ਦੀ ਵਰਕਰਾਂ ਦੀ ਬੈਠਕ ਸੱਦ ਲਈ ਸੀਗੀ ਤੇ ਉਹ ਤੋਂ ਬਾਅਦ ਉਹਨਾਂ ਨੇ ਨਾਲ ਹੀ ਇਹ ਗੱਲ ਕਹਿਤੀ ਹੈ ਕਿ ਅਸੀਂ ਫੈਸਲਾ ਲਵਾਂਗੇ ਸ਼ਾਇਦ 24 ਨਵੰਬਰ ਨੂੰ ਉਹਨਾਂ ਨੇ ਇੱਕ ਬੈਠਕ ਰੱਖੀ ਹੈ ਤੇ ਉਹਦੇ ਵਿੱਚ ਚੰਡੀਗੜ੍ਹ ਵਿੱਚ ਭਾਰਤਪੁਰ ਸੂਬਾ ਦਫ਼ਤਰ ਦੇ ਵਿੱਚ ਉਹ ਬੈਠਕ ਹੈ ਦੇਖਦੇ ਹਾਂ ਉਹਦੇ ਵਿੱਚ ਕੀ ਫੈਸਲਾ ਹੁੰਦਾ ਪਰ ਕਿਤੇ ਨਾ ਕਿਤੇ ਨਾਰਾਜ਼ਗੀ ਜਿਸ ਸਾਹਬ ਦੇ ਨਾਲ ਵਧਦੀ ਜਾ ਰਹੀ ਹੈ ਸਮਸਿਆ ਸੁਨੀਲ ਜਾਖੜ ਲਈ ਵੀ ਹੋ ਸਕਦੀ ਹੈ ਸੁਨੀਲ ਜਾਖੜ ਸਾਹਿਬ ਲਈ ਰਾਹ ਰਾ ਸੌਖਾ ਨਹੀਂਗਾ ਕੋਈ ਕਹਿੰਦਾ ਜੀ ਉਹ ਦਿਨ ਤਾਜ ਪੋਸ਼ੀ ਹੋਈ ਹੈ ਇਹ ਤਾਜ ਪੋਸ਼ੀ ਨਹੀਂ ਕੰਡਿਆਂ ਦਾ ਤਾਜ ਵੀ ਹੈ ਕਿਉਂਕਿ ਜੇ ਸਾਬ ਨੇ ਰਾਹਾਂ ਦੇ ਵਿੱਚ ਕੰਡੇ ਨੇ ਆ ਨਾਲ ਲੈ ਕੇ ਚੱਲਣਾ ਸਾਰਿਆਂ ਨੂੰ ਸਭ ਤੋਂ ਵੱਡਾ ਟਾਰਗੇਟ ਜੇਕਰ ਕਿਸੇ ਨੇ ਕੀਤਾ ਤਾਂ ਇਹੀ ਕਹਿ ਕੇ ਕਰਨਾ ਕਿ ਤੁਸੀਂ ਕਾਂਗਰਸ ਦੇ ਨਾਲ ਸਿਆਸਤ ਦਾ ਜੋੜਿਆ ਸਾਨੂੰ ਕੁਝ ਨਹੀਂ ਪੁੱਛਦੇ ਪਰ ਟੀਮ ਤੁਹਾਡੀ ਆਪਣੀ ਹੈ ਚਲੋ ਗੱਲ ਸੱਚੀ ਹੈ ਕਿ ਨਹੀਂ ਸਾਨੂੰ ਪਤਾ ਨਹੀਂ ਪਰ ਆਉਣ ਵਾਲੇ ਦਿਨਾਂ 'ਚ ਬਹੁਤ ਕੁਝ ਹੋ ਸਕਦਾ ਹੈ ਅੱਗੇ ਬਾਦਿਆਂ ਗੱਲ ਕਰਨੀ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ਼ਤਿਹਾਰ ਅੱਜਕਲ ਅਖਬਾਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਤੁਸੀਂ ਵੀ ਸਾਰਿਆਂ ਨੇ ਦੇਖੇ ਹੋਣਗੇ ਤੁਹਾਡੀ ਵੀ ਤਵੱਜੋ ਚਾਹੀਦੀ ਐ ਤੇ ਦੇਖਿਓ ਜਿਸ ਹੱਬ ਦੇ ਨਾਲ ਹਰ ਰੋਜ਼ ਖਬਰਾਂ ਆਉਂਦੀਆਂ ਨੇ ਅਖਬਾਰ ਦੇ ਵਿੱਚ ਇਸ਼ਤਿਹਾਰ ਹੁੰਦਾ ਹੈ ਆਇਲਸ ਕੀਤੀ ਹੋਈ ਐ ਸੱਤ ਬੈਂਡ ਵਰਦੀ ਲੋੜ ਅਖੇ ਜੀ ਇੰਨਾ ਕੱਦ ਐ ਥੱਲੇ ਇੱਕ ਛੋਟੀ ਜੀ ਲਾਈਨ ਲਿਖੀ ਹੁੰਦੀ ਐ ਕਿ ਪੈਸਾ ਲਗਾਉਣ ਵਾਲਾ ਪਰਿਵਾਰ ਚਾਹੀਦਾ ਅੱਜਕੱਲ ਇਹ ਗੱਲ ਕਿ ਤੁਹਾਨੂੰ ਜਾਂਦੀ ਪਈ ਐ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਆਇਲ ਸੈਂਟਰ ਨੇ ਪੰਜਾਬ ਦੀ ਕ੍ਰੀਮ ਵਿਦੇਸ਼ ਦੇ ਵਿੱਚ ਜਾ ਰਹੀ ਹੈ। ਅਸੀਂ ਇਹ ਨਹੀਂ ਕਹਿੰਨੇ ਕਿ ਬਾਹਰ ਜਾਣਾ ਮਾੜਾ ਪਰ ਅਸੀਂ ਇਹ ਕਹਿੰਨੇ ਪਏ ਪੰਜਾਬ ਦੀ ਕ੍ਰੀਮ ਜਿਹੜੀ ਬਾਹਰ ਜਾ ਰਹੀ ਹੈ ਜਿਹਦੇ ਕਰਕੇ ਪੰਜਾਬ ਖਾਲੀ ਹੋ ਰਿਹਾ ਹੈ ਜਿਹਦੇ ਕਰਕੇ ਨਿਵੇਸ਼ ਦੇ ਮੌਕੇ ਵਧਾਉਣ ਦੀ ਜ਼ਰੂਰਤ ਹੈ ਪਰ ਸਾਰੇ ਪੰਜਾਬ ਦੇ ਵਿੱਚੋਂ ਬਾਹਰ ਨੌਜਵਾਨ ਪੀੜੀ ਜਾ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਵੈਸੇ ਇਹ ਰੋਕਿਆ ਜਾ ਸਕਦਾ ਹੈ ਜੇਕਰ ਵਧੀਆ ਤਰੀਕੇ ਨਾਲ ਪਾਲਸੀਆਂ ਲਈਆਂ ਜਾਣ ਪਰ ਜੇ ਨਹੀਂ ਜਾਣਾ ਤਾਂ ਜਾਣਾ ਹੀ ਹੈ। ਅੱਜ ਕੱਲ ਤੇ ਖੋਰ ਚਰਚਾ ਚੱਲਦੀ ਦੁਆਬੇ ਵਿੱਚ ਜਿੰਨੀਆਂ ਵੱਡੀਆਂ ਕੋਠੀਆਂ ਉਤੋਂ ਵੱਡੇ ਜਿੰਦੇ ਲੱਗੇ ਹੋਏ ਨੇ ਕੋਠੀਆਂ ਦੇ ਕੋਠੀਆਂ ਲਾਈਨਾਂ ਦੀਆਂ ਲਾਈਨਾਂ ਬਿਲਕੁਲ ਖਾਲੀ ਨੇ ਹੁਣ ਪਰਿਵਾਰਾਂ ਦੇ ਕਰਾ ਕੋਈ ਨਹੀਂ ਰਹਿ ਰਿਹਾ ਪਰ ਜਿਸ ਸਾਹਬ ਦੇ ਨਾਲ ਇਹ ਖਬਰਾਂ ਆਉਂਦੀਆਂ ਨੇ ਕਿ ਇਹ ਨੌਜਵਾਨ ਪੀੜੀ ਵਿਦੇਸ਼ ਜਾ ਰਹੀ ਹੈ ਰੋਕਣ ਦਾ ਯਤਨ ਵੀ ਕੌਣ ਕਰਦਾ ਪਿਆ 10ਵੀਂ 12ਵੀਂ 12ਵੀਂ ਤੋਂ ਬਾਅਦ ਖਾਸ ਕਰਕੇ ਆਇਲਸ ਕੀਤੀ ਹੈ ਸੌਖਾ ਕੰਮ ਹੈ ਵਿਦੇਸ਼ ਚਲ ਜਾਓ ਜਾਂ ਤਾਂ ਕੁੜੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਚੰਗਾ ਮੁੰਡਾ ਦੇਖ ਕੇ ਕਿਸੇ ਵੇਲੇ ਮਾਫ ਕਰਨਾ ਮੁੰਡੇ ਇਹ ਵੀ ਦੇਖਿਆ ਜਾਂਦਾ ਕਿ ਇਹ ਪਤਾ ਨਹੀਂ ਪੜ ਹੋਣਾ ਕਿ ਨਹੀਂ ਪੜ ਹੋਣਾ ਪੈਸਾ ਅਸੀਂ ਲਾ ਦਾਂਗੇ ਤਾਂ ਫਿਰ ਸਮਝੌਤਾ ਵੀ ਹੋ ਜਾਂਦਾ ਸਮਝੌਤਾ ਸ਼ਬਦ ਜਾਣ ਪੁੱਛ ਕੇ ਇੱਥੇ ਵਰਤਿਆ ਗਿਆ ਕਿਉਂਕਿ ਜਿਸ ਹਿਸਾਬ ਦੇ ਨਾਲ ਕਹਿੰਦੇ ਆ ਕੋਈ ਨਹੀਂ ਜੀ ਪੈਸੇ ਉਹ ਨਹੀਂ ਲਾ ਹੀ ਦੇਣੇ ਐ ਤੇ ਉਹਦੇ ਵਿੱਚ ਠੱਗੀ ਵੀ ਵੱਜਦੀ ਪਈ ਆ ਅੱਜ ਅਖਬਾਰਾਂ ਦੇ ਵਿੱਚ ਜਿਹੜੀ ਮੁੱਖ ਤੌਰ ਤੇ ਖਬਰ ਲੱਗੀ ਹੈ ਕਿ ਕੁੜੀਆਂ ਦੇ ਬੈਂਡ ਹੁੰਦੇ ਆ ਤੇ ਕੁੜੀਆਂ ਦੇ ਬਾਅਦ ਵਿੱਚ ਠੱਗੀ ਵੀ ਵੱਜ ਜਾਂਦੀ ਹੈ ਖਬਰਾਂ ਵੀ ਸਾਹਮਣੇ ਆਈਆਂ ਕਿ ਇਹ ਬਾਹਰ ਜਾ ਕੇ ਬਦਲ ਗਈ ਜੀ ਅਸੀਂ ਤਾਂ ਕਿਹਾ ਸੀਗਾ ਪੈਸਾ ਪੂਰਾ ਲਾਇਆ ਸੀ 25 ਲੱਖ ਲਾਤਾ 35 ਲੱਖ ਲਾਤਾ ਇੱਕ ਸਮਝੌਤਾ ਕੰਟਰੈਕਟ ਮੈਰਿਜ ਚੱਲਦੀ ਪਈ ਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਕੇਸ ਦੇਖਣ ਨੂੰ ਮਿਲ ਰਹੇ ਆ ਜਿਹਦੇ ਕਰਕੇ ਇਹ ਮਾਮਲੇ ਵੱਧਦੇ ਜਾ ਰਹੇ ਆ ਅਸੀਂ ਫਿਰ ਕਹਿੰਦੇ ਆ ਕਿ ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਨੌਜਵਾਨ ਪੀੜ੍ਹੀ ਨੂੰ ਇੱਥੇ ਕੰਮ ਨਹੀਂ ਮਿਲਦਾ ਪਿਆ ਰੋਜ਼ਗਾਰ ਨਹੀਂ ਮਿਲਦਾ ਪਿਆ ਆਪਣੇ ਬਿਹਤਰ ਭਵਿੱਖ ਦੇ ਲਈ ਉਹ ਵਿਦੇਸ਼ ਜਾਂਦੇ ਪਏ ਨੇ ਪਰ ਸਵਾਲ ਫਿਰ ਇੱਥੇ ਉਹੀ ਖੜਾ ਹੁੰਦਾ ਪਿਆ ਜਦੋਂ ਕੰਟਰੈਕਟ ਦੀ ਮੈਰਿਜ ਮੈਰਿਜ ਦੀ ਗੱਲ ਆਉਂਦੀ ਹੈ ਉਸ ਵੇਲੇ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਹੈ ਸਮਝੌਤੇ ਦਾ ਵਿਆਹ ਦਰਸਲ ਹੈ ਕੀ ਹੈ ਬਹੁਤ ਸਾਰੇ ਪਰਿਵਾਰਕ ਮੈਂਬਰ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਅ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਪੜਾ ਦੰਦੇ ਆ ਚਲੋ ਆਉਣ ਵਾਲੇ ਸਮੇਂ ਚ ਅਸੀਂ ਵਿਆਹ ਜੋਗੇ ਕਰਕੇ ਇਹਨਾਂ ਨੂੰ ਵਿਦੇਸ਼ ਕਿਸੇ ਨਾ ਕਿਸੇ ਤਰੀਕੇ ਭੇਜ ਦਈਏ ਪਰ ਕੰਟਰੈਕਟ ਮੈਰਿਜ ਦੇ ਚੱਕਰ ਦੇ ਵਿੱਚ ਅਜ ਨੁਕਸਾਨ ਹੋ ਰਿਹਾ ਖਬਰ ਇਹ ਕਹਿੰਦੀ ਹੈ ਕਿ ਸ਼ਿਕਾਇਤਾਂ ਐਨ ਆਰ ਆਈ ਥਾਣੇ ਦੇ ਵਿੱਚ ਮਿਲਣੀਆਂ ਸ਼ੁਰੂ ਹੋ ਗਈਆਂ 277 ਸ਼ਿਕਾਇਤਾਂ ਐਨ ਆਰ ਆਈ ਥਾਣੇ ਦੇ ਵਿੱਚ ਹੈ ਕਿ ਵਿਦੇਸ਼ ਜਾ ਕੇ ਬਾਅਦ ਚ ਮੁਕਰ ਗਏ ਕਿ ਤੁਹਾਡਾ ਪੁੱਤਰ ਬਾਹਰ ਨਿਲ ਜਾਣਾ ਇਹਦੇ ਕਰਕੇ ਪਿਛਲੇ ਦਿਨੀ ਕੁਝ ਕੁ ਨੌਜਵਾਨਾਂ ਨੇ ਆਤਮ ਹੱਤਿਆ ਵੀ ਕੀਤੀ ਹੈ ਚਿੰਤਾ ਦਾ ਵਿਸ਼ਾ ਇਹ ਨਾ ਹੋਵੇ ਤਾਂ ਸਭ ਚੰਗਾ ਪਰ ਵਿਦੇਸ਼ ਜਾਣ ਦੇ ਸੁਪਨੇ ਜੋ ਦੇਖਦੇ ਪਏ ਨੇ ਇੱਧਰ ਹੀ ਰਹਿ ਜਾਂਦੇ ਆ ਕਈਆਂ ਨੂੰ 4 ਸਾਲ ਹੋ ਗਏ ਕਈ 7-7 ਸਾਲ ਹੋ ਗਿਆ ਕਹਿੰਦੇ ਸਾਡਾ ਸੰਪਰਕ ਨਹੀਂ ਹੋਇਆ ਅਦਾਲਤਾਂ ਦੇ ਵਿੱਚ ਕੇਸ ਚੱਲਦਾ ਪਿਆ ਕੋਸ਼ਕ ਕੇਸ ਉਹ ਹੈ ਇਹ ਸਿਰਫ ਐਨਆਰਆਈ ਥਾਣੇ ਦੀ ਗੱਲ ਹੈ ਇਹ ਤੋਂ ਇਲਾਵਾ ਦੂਸਰੇ ਥਾਣੇ ਦੇ ਵਿੱਚ ਕਿੰਨੇ ਕੇਸ ਹੋਣਗੇ ਇਹ ਤਾਂ ਚਿੰਤਾ ਦਾ ਵਿਸ਼ਾ ਨਾ ਇੱਥੇ ਵੀ ਕਿਸੇ ਦਿਨ ਚਰਚਾ ਕਰਾਂਗੇ 15 ਐਨਆਰਆਈ ਥਾਣੇ ਆ ਪੰਜਾਬ ਦੇ ਵਿੱਚ ਤੇ ਉਹਦੇ ਵਿੱਚ ਜਨਵਰੀ 2017 ਤੋਂ ਅਗਸਤ 2023 ਦੇ ਤੱਕ 277 ਪਰਿਵਾਰਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਉਹਨਾਂ ਨੂੰ ਬੈਂਡ ਗਰਲਸ ਨੇ ਠੱਗ ਲਿਆ ਹੁਣ ਉਹਨਾਂ ਦੇ ਬੈਂਡ ਸੀਗੇ ਪਰਿਵਾਰਕ ਮੈਂਬਰਾਂ ਨੇ ਲੱਗਾ ਚਲੋ ਠੀਕ ਹੈ ਜੀ ਰਿਸ਼ਤਾ ਕਰ ਦੋ ਕੱਲ ਨੂੰ ਗੱਲ ਬਣ ਜਾਏਗੀ ਪਰ ਨਹੀਂ ਐਨਆਰਆਈ ਥਾਣੇ ਵਿੱਚ ਬਹੁਤੇ ਕੇਸ ਤਾਂ ਰਜ਼ਾ ਮੰਦੀ ਨਾਲ ਕਹਿੰਦੇ ਨਵੇੜ ਵੀ ਦਿੱਤੇ ਗਏ ਆ ਪਰ ਬਹੁਤੇ ਕੇਸ ਇਸ ਤਰ੍ਹਾਂ ਦੇ ਆ ਜਿਹੜੇ ਅਜੇ ਵੀ ਲਟਕਦੇ ਪਏ ਆ ਇਹਨਾਂ ਲਟਕਦੇ ਕੇਸਾਂ ਦਾ ਹੱਲ ਹੋਣਾ ਚਾਹੀਦਾ ਵੈਸੇ ਤਾਂ ਬਹੁਤ ਸੋਚ ਸਮਝ ਕੇ ਬਹੁਤ ਸੋਚ ਸਮਝ ਕੇ ਇਸ ਤਰ੍ਹਾਂ ਦੇ ਫੈਸਲੇ ਲੈਣੇ ਚਾਹੀਦੇ ਆ ਪਰ ਨਹੀਂ ਇੱਥੇ ਉਲਟਾ ਵੀ ਹੋਰ ਹੈ ਇਹ ਤੇ ਉਲਟਾ ਕਿਸੇ ਨੂੰ ਕੀ ਪਤਾ ਹੈ ਪਤਾ ਤਾਂ ਸਾਰਿਆਂ ਨੂੰ ਬਾਅਦ ਵਿੱਚ ਹੀ ਲੱਗਦਾ ਪਿਆ ਨਾ ਪਰ ਇਹ ਖਬਰ ਬਹੁਤ ਚਿੰਤਾਜਨਕ ਹੈ ਪੰਜਾਬ ਦੇ ਹਾਲਾਤਾਂ ਨੂੰ ਦੱਸਦੀ ਪਈ ਹੈ ਅੱਜ ਤੁਸੀਂ ਕੋਈ ਅਖਬਾਰ ਚੱਕ ਲਓ ਚਲੋ ਦੋ ਤਿੰਨ ਅਖਬਾਰਾਂ ਤੁਸੀਂ ਇਸ ਤਰ੍ਹਾਂ ਦੀਆਂ ਚੱਕੋ ਜਦ ਨੂੰ ਦੇਖ ਲਓ ਸ਼ਾਇਦ ਸ਼ੁੱਕਰਵਾਰ ਜਾਂ ਐਤਵਾਰ ਦਾ ਦਿਨ ਹੁੰਦਾ ਹੈ ਉਹਦੇ ਵਿੱਚ ਕਲਾਸੀਫਾਈਡ ਪੇਜ ਦੇ ਉੱਪਰ ਇਸ ਤਰ੍ਹਾਂ ਦੇ ਇਸ਼ਤਿਹਾਰ ਸ਼ਰਿਆ ਨੂੰ ਦਿੱਤੇ ਜਾਂਦੇ ਨੇ ਤੇ ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਥੱਲੇ ਉਹਨਾਂ ਨੂੰ ਤਾਂ ਛੋਟੀ ਜਿਹੀ ਲਿਖੀ ਹੁੰਦੀ ਹੈ ਕਿ ਜੇਕਰ ਕਿਸੇ ਦਾ ਕੋਈ ਕੇਸ ਹੁੰਦਾ ਤਾਂ ਉਹਦਾ ਨਵੇੜਾ ਜ਼ਿਲ੍ਹਾ ਅਦਾਲਤ ਵਿੱਚ ਹੋਵੇਗਾ ਬਸ ਇਹਨੇ ਕਹਿ ਕੇ ਗੱਲ ਇਹ ਦੰਦਿਆ ਥੱਲੇ ਕਿਸੇ ਨੇ ਵੀ ਕਿ ਲਿਖ ਦਿੱਤਾ ਹੁੰਦਾ ਅਖਬਾਰਾਂ ਵਾਲੇ ਨੇ ਕਿ ਸਾਡੀ ਇਹਦੇ ਵਿੱਚ ਕੋਈ ਅਧਿਕਾਰੀ ਤੌਰ ਤੇ ਅਸੀਂ ਸਾਡੀ ਜ਼ਿੰਮੇਵਾਰੀ ਨਹੀਂ ਅਧਿਕਾਰੀ ਤੌਰ ਤੇ ਜ਼ਿੰਮੇਵਾਰੀ ਵੀ ਨਹੀਂ ਫਿਰ ਵੀ ਸਾਰਾ ਕੁਝ ਚੱਲਦਾ ਪਿਆ ਅਸੀਂ ਇਹ ਵੀ ਨਹੀਂ ਕਹਿੰਨੇ ਕਿ ਇਦਾਂ ਰਿਸ਼ਤੇ ਪੁੱਗਦੇ ਨਹੀਂ ਬਹੁਤ ਸਾਰੇ ਰਿਸ਼ਤੇ ਵਧੀਆ ਤਰੀਕੇ ਨਾਲ ਹੋਏ ਵੀ ਹੈ ਪਰ ਸੋ ਸਮਝ ਕੇ ਫੈਸਲਾ ਲੈਣਾ ਚਾਹੀਦਾ ਕਿਉਂਕਿ ਬੈਂਡ ਗਰਲਸ ਜਿਹੜੀਆਂ ਕੁੜੀਆਂ ਲਗਾਤਾਰ ਇਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਮਾਮਲਾ ਥੋੜਾ ਜਿਆਦਾ ਗੰਭੀਰ ਹੈ ਪਿਛਲੇ ਦਿਨਾਂ ਤੋਂ ਇਹ ਚਰਚਾ ਸਿੱਖਾਂ ਤੇ ਚੱਲਦੀ ਪਈ ਹੈ ਸੋ ਲੋੜ ਲੋੜ ਹੈ ਇੱਥੇ ਵਿਚਾਰ ਕਰਨ ਦੀ ਬਹੁਤ ਸਾਰੇ ਪ ਠੱਗੇ ਜਾਂਦੇ ਨੇ ਦੂਜੇ ਸੂਬਿਆਂ ਤੋਂ ਵੀ ਖਬਰਾਂ ਆਈਆਂ ਨੇ ਤੇ ਜੇਕਰ ਠੱਗੀਬਾਜ਼ੀ ਵਾਲਾ ਕੰਮ ਚੱਲਦਾ ਰਿਹਾ ਤੇ ਲਈ ਜ਼ਿੰਮੇਵਾਰ ਕੌਣ ਹੈ ਕਾਰਵਾਈ ਕਰਨ ਦੀ ਜ਼ਰੂਰਤ ਹੈ ਅੱਗੇ ਵਧਦੇ ਹਾਂ ਗੱਲ ਕਰਨੀ ਹੈ ਪੰਜਾਬ ਦੀਆਂ ਸੜਕਾਂ ਦੀ ਪੰਜਾਬ ਦੀਆਂ ਸੜਕਾਂ ਦੇ ਇਸ ਵੇਲੇ ਕੁਸ਼ਕ ਹਾਲਾਤ ਬੜੇ ਮੰਦ ਭਾਗੇ ਨੇ ਹੁਣ ਇੱਕ ਇਸ ਕਰਕੇ ਕਹਿਣਾ ਪੈ ਗਿਆ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੋਂ ਸੜਕਾਂ ਟੁੱਟੀਆਂ ਹੋਈਆਂ ਨੇ ਕੁਸ਼ਕ ਥਾਵਾਂ ਤੇ ਸੜਕਾਂ ਤੇ ਟੋਏ ਨੇ ਕਿਤੇ ਕਿਤੇ ਟੋਿਆਂ ਦੇ ਵਿੱਚ ਵੀ ਸੜਕ ਹੈਗੀ ਥੋੜੀ ਜਹੀ ਵਿੱਤੀ ਸੰਕਟ ਪੰਜਾਬ ਤੇ ਚੱਲਦਾ ਪਿਆ ਜਿਹਦੇ ਕਰਕੇ ਆਉਣ ਵਾਲੇ ਦਿਨਾਂ ਨੂੰ ਪੰਜਾਬ ਮੰਡੀ ਬੋਰਡ ਲਿੰਕ ਸੜਕਾਂ ਲਈ ਕਰਜ਼ਾ ਲੈਣ ਜਾ ਰਹੀਆਂ ਨਵਾਰਤੋਂ ਏਵੀ ਖਬਰ ਸਾਹਮਣੇ ਆਈ ਹੈ ਕਿ ਰੂਰਲ ਡਿਵੈਲਪਮੈਂਟ ਦਾ ਫੈਸਾ ਜਿਸ ਹਿਸਾਬ ਦੇ ਨਾਲ ਫਸਿਆ ਹੋਇਆ ਹੈ ਆਰਡੀਐਫ ਪੈਸਾ ਕੇਂਦਰ ਸਰਕਾਰ ਵੱਲ ਨਹੀਂ ਦਿੱਤਾ ਜਾ ਰਿਹਾ ਉਹਦੇ ਕਰਕੇ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਪੰਜਾਬ ਸਰਕਾਰ ਨੇ ਛੇਵੀਂ ਚਿੱਠੀ ਸ਼ਾਇਦ ਮੁੱਖ ਮੰਤਰੀ ਸਾਹਿਬ ਨੇ ਉੱਪਰ ਲਿਖ ਦਿੱਤੀ ਹੈ ਕੇਂਦਰ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਸਾਡਾ ਬਕਾਇਆ ਵਾਪਸ ਕੀਤਾ ਜਾਵੇ 3600 ਕਰੋੜ ਰੁਪਏ ਤੋਂ ਵੱਧ ਦਾ ਇਹ ਬਕਾਇਆ ਬਣ ਗਿਆ ਪਰ ਬਕਾਇਆ ਦਿੱਤਾ ਕਿਉਂ ਨਹੀਂ ਜਾ ਰਿਹਾ ਇੱਕ ਚਰਚਾ ਇਹ ਚੱਲਦੀ ਹੈ ਕਿ ਪਿਛਲੀ ਸਰਕਾਰ ਨੇ ਸਹੀ ਤਰੀਕੇ ਨਾਲ ਕਿੱਥੇ ਕਿੱਥੇ ਪੈਸਾ ਖਰਚਿਆ ਕਿੱਥੇ ਕਿੱਥੇ ਨਹੀਂ ਖਰਚਿਆ ਇਹਦਾ ਹਸਾਬ-ਕਿਤਾਬ ਨਹੀਂ ਤਰੀਕੇ ਨਾਲ ਦਿੱਤਾ ਇਹਦੇ ਕਰਕੇ ਇੱਥੇ ਇੱਕ ਲੀਕ ਵੱਜ ਗਈ ਸੀ ਕੇਂਦਰ ਵਾਲੇ ਕਹਿੰਦੇ ਸਾਨੂੰ ਹਸਾਬ-ਕਿਤਾਬ ਦਿਓ ਫਿਰ ਇੱਕ ਵਾਰ ਪੰਜਾਬ ਸਰਕਾਰ ਨਵੀਂ ਸਰਕਾਰ ਨੇ ਕੇਂਦਰ ਵਾਲੇ ਪਾਸੇ ਪਹੁੰਚ ਵੀ ਕੀਤੀ ਉੱਤੇ ਦੱਸਿਆ ਵੀ ਕਿ ਸੀ ਇੱਥੇ-ਇੱਥੇ ਐਨੇ-ਐਨੇ ਪੈਸੇ ਖਰਚੇ ਆ ਪਿਛਲੀਆਂ ਸਰਕਾਰਾਂ ਵੇਲੇ ਆ ਕੁਛ ਹੋਇਆ ਸੀ ਇੱਕ ਰਿਪੋਰਟ ਬਣਾ ਕੇ ਪੇਸ਼ ਕੀਤੀ ਉਦੋਂ ਕੋਸ਼ਿਸ਼ ਅੱਧ ਤੱਕ ਸਮਝੌਤਾ ਵੀ ਹੋ ਗਿਆ ਪਰ ਬਾਅਦ ਵਿੱਚ ਫੋਟਾ ਨਹੀਂ ਫੇਰ ਕੀਆ ਫਿਰ ਉਹਨਾਂ ਨੇ ਕੁਝ ਨਿਯਮ ਬਦਲ ਦਿੱਤੇ ਉਹਨਾਂ ਨਿਯਮਾਂ ਦੇ ਤਹਿਤ ਨੂੰ ਫਿਰ ਕਿਹਾ ਗਿਆ ਕਿ ਜੇਕਰ ਆ ਨਿਯਮ ਤੁਸੀਂ ਨਹੀਂ ਮੰਨਦੇ ਅਸੀਂ ਉਦੋਂ ਤੱਕ ਪੈਸਾ ਨਹੀਂ ਦੇ ਸਕਦੇ ਹੁਣ 3600 ਕਰੋੜ ਰੁਪਇਆ 3600 ਕਰੋੜ ਰੁਪਇਆ ਥੋੜਾ ਨਹੀਂ ਹੁੰਦਾ ਪੰਚਾਇਤਾਂ ਦੀਆਂ ਚੋਣਾਂ ਆਉਣ ਵਾਲੀਆਂ ਨੇ ਸ਼ਾਇਦ ਦਸੰਬਰ ਮਹੀਨੇ ਵਿੱਚ ਜਾਂ ਨਵੰਬਰ ਛੋ ਜਣ ਹੁਣ ਉਸ ਤੋਂ ਪਹਿਲਾਂ ਪਹਿਲਾਂ ਜ਼ਰੂਰੀ ਹੁੰਦਾ ਵਿਕਾਸ ਦੇ ਲਈ ਪਿੰਡਾਂ ਨੂੰ ਗਰੰਟਾਂ ਦੇਣੀਆਂ ਪਰ ਪਿੰਡਾਂ ਨੂੰ ਅਜੇ ਤੱਕ ਗਰੰਟਾਂ ਨਹੀਂ ਦਿੱਤੀਆਂ ਗਈਆਂ ਪ੍ਰਬੰਧ ਕੀਤੇ ਗਏ ਸੀ ਪਿਛਲੇ ਦਿਨੀ ਜੋ ਰੋਕੀਆਂ ਗਈਆਂ ਗਰੰਟਾਂ ਬਾਅਦ ਦੇ ਵਿੱਚ ਕਹਿੰਦੇ ਜੀ ਅਸੀਂ ਰੋਕਤ ਹਟਾ ਦਿੱਤੀ ਐ ਪਰ ਫੰਡ ਕਿੱਥੇ ਕਿੱਥੇ ਦਿੱਤੇ ਗਏ ਫੰਡ ਤਾਂ ਨਹੀਂ ਦਿੱਤੇ ਸੀ ਕਿਸੇ ਨੂੰ ਵੀ ਹੁਣ ਇਹੀ ਰੋਲਾ ਚੱਲਦਾ ਪਿਆ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਜੇਕਰ ਰੂਰਲ ਡਿਵੈਲਪਮੈਂਟ ਦਾ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਬਹੁਤ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜੋ ਵਿਕਾਸ ਹੁਣਾ ਉਰਕ ਜਾਣਾ ਸਾਰਾ ਕੁਝ ਗਲੀਆਂ ਨਾਲੀਆਂ ਲਿੰਕ ਸੜਕਾਂ ਜੋ ਵੀ ਬਣਣੀਆਂ ਉਹ ਰੁਕ ਜਾਣਾ ਪਰ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਹੁਣ ਨਵਾੜ ਤੋਂ ਦਿਹਾਤੀ ਬੁਨਿਆਦੀ ਢਾਂਚਾ ਵਿਕਾਸ ਫੰਡ ਤਹਿਤ ਲੋਨ ਲੈ ਜਾਣ ਨੂੰ ਹਰੀ ਝੰਡੀ ਕਹਿੰਦੇ ਦੇ ਦਿੱਤੀ ਹੈ ਤੇ ਚਾਰ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਤਾਂ ਜੋ ਲਿੰਕ ਸੜਕਾਂ ਦੀ ਮੁਰੰਮਤ ਵਾਸਤੇ ਫੰਡ ਦਾ ਪ੍ਰਬੰਧ ਕੀਤਾ ਜਾ ਸਕੇ ਵੈਸੇ ਤਾਂ ਇਹ ਵੀ ਤਰਕ ਦਿੱਤਾ ਗਿਆ ਕਿ ਚਾਰ ਸੀਨਾਂ ਵਿੱਚ ਦਿਹਾਤੀ ਵਿਕਾਸ ਫੰਡ ਕੇਂਦਰ ਸਰਕਾਰ ਨਹੀਂ ਦੇ ਰਹੀ ਤੇ ਮਾਰਕੀਟ ਫੀਸ 3% ਤੋਂ ਘਟਾ ਕੇ 2% ਦੀ ਕਰ ਦਿੱਤੀ ਗਈ ਹੈ ਇਹਦੇ ਕਰਕੇ ਵੀ ਇੱਕ ਨੁਕਸਾਨ ਵੱਡੇ ਪੱਧਰ ਤੇ ਪੰਜਾਬ ਦਾ ਹੋਇਆ ਜਦੋਂ ਅਸੀਂ ਲਿੰਕ ਸੜਕਾਂ ਦੀ ਗੱਲ ਕਰਦੇ ਹਾਂ ਤਾਂ ਲਿੰਕ ਸੜਕਾਂ ਦੇ ਵਿੱਚ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਜਦੋਂ ਵੀ ਰਿਪੇਅਰ ਕਰਨੀ ਹੈ ਆਮ ਤੌਰ ਤੇ 4 ਜਾਂ 5 ਸਾਲਾਂ ਬਾਅਦ ਕੀਤੀ ਜਾਂਦੀ ਹੈ ਕਦੇ-ਕਦੇ 6 ਵੀ ਹੋ ਜਾਂਦੇ ਆ ਪਰ ਹੁਣ ਸਰਕਾਰ ਦੀ ਜਿਹੜੀ ਹੱਥ ਥੋੜਾ ਜਿਆਦਾ ਤੰਗ ਹੈ ਇਸ ਕਰਕੇ ਕਹਿੰਦੇ ਆ ਕਿ ਇਹ ਫੈਸਲਾ ਲਿਆਗਾ ਕੁਝ ਖਥਾਮਾਂ ਤੇ ਜੇਕਰ 7-8 ਸਾਲ ਵੀ ਨਿਕਲਦੇ ਪਏ ਤਾਂ ਕੱਢੇ ਜਾ ਸਕਦੇ ਪਿਛਲੀ ਸਰਕਾਰ ਨੇ ਵੀ ਇਦਾਂ ਕੀਤਾ ਸੀ ਉਹਨਾਂ ਨੇ ਤੇ ਚਲੋ ਕਹਿੰਦੇ ਰਿਪੇਅਰਾਂ ਹੀ ਨਹੀਂ ਕੀਤੀਆਂ ਵਿਰੋਧੀ ਧਿਰਾਂ ਨੇ ਸਿਆਸੀ ਮੁੱਦਾ ਇਹਨੂੰ ਬਣਾਤਾ ਕਿਉਂਕਿ ਸੂਬੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਿੱਚ 205 ਸੜਕਾਂ ਗਰਦਾਸਪੁਰ 361 ਲੁਧਿਆਣਾ 138 ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 173 ਤੇ ਤਰਨਤਾਰਨ ਤੇ 112 ਸੜਕਾਂ ਤੇ ਪਠਾਨਕੋਟ ਦੇ ਵਿੱਚ 100 ਅੱਖ ਸੜਕਾਂ ਦਾ ਮੰਦਾ ਹਾਲ ਐ ਇਸ ਵੇਲੇ ਇਹਦਾ ਮੋਟੀਆਂ-ਮੋਟੀਆਂ ਅਜੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੜਕਾਂ ਇਸ ਤਰ੍ਹਾਂ ਦੀਆਂ ਨੇ ਜਿੱਥੇ ਅਜੇ ਨਿਰਮਾਣ ਹੋਣ ਵਾਲਾ ਚਲੋ ਉਹਦੇ ਵਿੱਚ ਕੁਝ ਕੁ ਕੇਂਦਰੀ ਹਾਈਵੇ ਵੀ ਆਉਂਦੇ ਆ ਆਦਮਪੁਰ ਵਾਲਾ ਦੇਖ ਲਓ ਨਹੀਂ ਤਾਂ ਕਿਸੇ ਸਾਹਬ ਦੇ ਨਾਲ ਅਜੇ ਤੱਕ ਨਹੀਂ ਬਣਿਆ ਕਿੰਨੇ ਸਾਲ ਹੋ ਗਏ ਲੋਕਾਂ ਨੂੰ ਤੜਫਦਿਆਂ ਨੂੰ ਚਲੋ ਥੋੜਾ ਜਿਹਾ ਉੱਥੇ ਹਾਈਵੇ ਤਾਂ ਨਹੀਂ ਉਹਨਾਂ ਨੇ ਬਣਾਇਆ ਪਰ ਸੜਕ ਥੋੜੀ ਜਿਹੀ ਠੀਕ ਕਰ ਦਿੱਤੀ ਐ ਹਾਦਸੇ ਜਿਹੜੇ ਹੁੰਦੇ ਸੀ ਮੀਂਹ ਪੈਣ ਤੋਂ ਬਾਅਦ ਉਹ ਥੋੜੇ ਜਿਹੀ ਰੁਕੇ ਐ ਪਰ 6 ਮਰਿਆਂ ਦੇ ਮਗਰੋਂ ਜਦੋਂ ਸੜਕਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਜੇ ਸੱਤ ਵਰਿਆਂ ਦੇ ਮੱਦੇਨਜ਼ਰ ਜ਼ਰੂਰੀ ਹੁੰਦਾ ਉਹ ਕੰਮ ਹੁਣ ਠੱਪ ਹੋਇਆ ਪਿਆ ਜਿਹਦੇ ਕਰਕੇ ਸਰਕਾਰ ਕਰਜ਼ਾ ਲਹੇਗੀ ਚੰਗੀ ਗੱਲ ਐ ਜੇਕਰ ਇਹ ਸੜਕਾਂ ਬਣ ਜਾਣਗੀਆਂ ਪਰ ਮਾੜੀ ਗੱਲ ਇਹ ਐ ਕਰਜ਼ਾ ਲੈਣਾ ਪੈਣਾ ਪੰਜਾਬ ਸਰਕਾਰ ਦੇ ਸਿਰ ਤਾਂ ਪਹਿਲੇ ਹੀ ਬਹੁਤ ਕਰਜ਼ਾ ਵਕ ਵਕ ਥਾਮਾਂ ਤੋਂ ਕਰਜ਼ਾ ਲਿਆ ਹੋਇਆ ਕਿਸਾਨਾਂ ਦੇ ਸਿਰ ਵੱਖਰਾ ਕਰਜ਼ਾ ਪੰਜਾਬ ਦੇ ਸਿਰ ਵੱਖਰਾ ਕਰਜ਼ਾ ਹੋ ਸਕਦਾ ਇਹ ਕਰਜ਼ਾ 375000 ਕਰੋੜ ਰੁਪਏ ਦਾ ਹੋ ਜਵੇ ਪਰ ਪਿਛਲੇ ਦਿਨੀ ਹਰਪਾਲ ਸਿੰਘ ਚੀਮਾ ਨੇ ਦੋ ਮੁੱਦੇ ਚੁੱਕੇ ਜਦੋਂ ਜਲੰਧਰ ਦੀ ਜ਼ਿਮਨੀ ਚੋਣ ਸੀ ਚੀਮਾ ਸਾਹਿਬ ਨੇ ਕਿਹਾ ਕਿ ਆਰਡੀਐਫ ਦਾ ਮੁੱਦਾ ਬਹੁਤ ਗੰਭੀਰ ਹੈ ਤਿੰਨ ਦਿਨ ਦੇ ਵਿੱਚ ਤਿੰਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀਆਂ ਤਿੰਨੇ ਦਿਨ ਆਰਡੀਐਫ ਦੇ ਮੁੱਦੇ ਤੇ ਹੀ ਗੱਲਬਾਤ ਕੀਤੀ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਪੈਸਾ ਵਾਪਸ ਦਿੱਤਾ ਜਾਵੇ ਪੰਜਾਬ ਦਾ ਨਹੀਂ ਦਿੱਤਾ ਦੂਸਰੇ ਪਾਸੇ ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਦੋਂ ਇਹ ਜਾਣਕਾਰੀ ਦਿੱਤੀ ਕਿ ਅਸੀਂ 10000 ਕਰੋੜ ਰੁਪਏ ਤੋਂ ਸ਼ਾਇਦ 12000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਤੇ ਇਹ ਗੱਲ ਕਹੀ ਸੀ ਕਿ 9600 ਕਰੋੜ ਰੁਪਏ ਦਾ ਕਰਜ਼ਾ ਲਾ ਦਿੱਤਾ ਜੇਕਰ ਤਾਂ ਇਦਾਂ ਹੈਗਾ ਤਾਂ ਫਿਰ ਤਾਂ ਬਹੁਤ ਚੰਗੀ ਗੱਲ ਐ ਨਾਂ ਨਾਲ ਕਰਜ਼ਾ ਲਈ ਜਾਓ ਤੇ ਲੈ ਆਓ ਪਰ ਜੇਕਰ ਕਰਜ਼ਾ ਲਾਉਣ ਲਈ ਤੁਹਾਨੂੰ ਹੋਰ ਕਰਜ਼ਾ ਲੈਣਾ ਪਵੇ ਤਾਂ ਫਿਰ ਤਾਂ ਕੰਮ ਔਖਾ ਜਾਪਦਾ 1980 ਤੋਂ ਬਾਅਦ ਜਿਹੜੇ ਸੂਬਾ ਪਹਿਲੇ ਨੰਬਰ ਤੇ ਸੀਗਾ 1980 ਤੋਂ ਬਾਅਦ ਕਰਦੇ 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 ਇਸ ਅਰਥਵਿਵਸਥਾ ਦੇ ਵਿਕਾਸ ਦੇ ਵਿੱਚ ਪਹਿਲੇ ਨੰਬਰ ਤੇ ਸੀਗਾ ਪਰ ਕਰਦੇ 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 16ਵੇਂ ਨੰਬਰ ਤੇ ਇਸ ਕਰਕੇ ਪਹੁੰਚ ਗਿਆ ਕਿ ਕਰਜ਼ਾ ਨਹੀਂ ਦਿੱਤਾ ਜਾ ਰਿਹਾ ਸੀਗਾ ਲਾਇਆ ਜਾ ਰਿਹਾ ਸੀਗਾ ਕਦੀ 2 ਲੱਖ ਕਰੋੜ ਕਦੀ 1 ਲੱਖ ਕਰੋੜ ਤੋਂ ਸ਼ੁਰੂ ਹੁੰਦਾ 2 ਲੱਖ 3 ਲੱਖ 3 ਲੱਖ 75 ਹਜ਼ਾਰ ਕਰੋੜ ਆਉਣ ਵਾਲੇ ਦਿਨਾਂ ਚ ਹੋ ਜਾਣਾ ਤੇ ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਮੰਨ ਕੇ ਚੱਲੋ ਕਿ ਪਹਿਲਾਂ ਤੇ ਇਹ ਕਹਿੰਦੇ ਸੀ 10000 ਰੁਪਏ ਬੱਚੇ ਤੇ ਜੰਮਦੇ ਦੇ ਸਿਰ ਤੇ ਕਰਜ਼ਾ ਤੇ ਹੁਣ ਤਾਂ ਉਹ ਕਰਜ਼ਾ ਲਗਭਗ 1 ਲੱਖ ਰੁਪਏ ਨੂੰ ਹੋ ਜਾਣਾ ਤੇ ਫਿਰ ਉਹ ਕਰਜ਼ਾ ਲਾਉਣਾ ਕਿੱਦਾਂ ਸਰਕਾਰਾਂ ਕੋਸ਼ਿਸ਼ ਤਾਂ ਹੋ ਸਕਦਾ ਪਾਲਿਸੀ ਬਣਾ ਕੇ ਬੈਠੀਆਂ ਹੁਣ ਪਰ ਇੱਕ ਚੀਜ਼ ਵੱਲ ਧਿਆਨ ਜਾਂਦਾ ਜਦੋਂ ਸਰਕਾਰ ਜੇ ਸੱਤਾ ਵਿੱਚ ਆਉਣੀ ਸੀ ਤਾਂ ਉਸ ਵੇਲੇ ਇਹਨਾਂ ਨੇ ਸਭ ਤੋਂ ਵੱਧ ਜ਼ੋਰ ਦਿੱਤਾ ਕਿ ਅਸੀਂ ਨਜਾਇਜ਼ ਮਾਈਨਿੰਗ ਨੂੰ ਰੋਕਾਂਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੱਦਾ ਚੁੱਕਿਆ ਸੀ ਕਿ ਨਜਾਇਜ਼ ਮਾਈਨਿੰਗ ਤੋਂ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਕਿ ਉਹ ਨਜਾਇਜ਼ ਮਾਈਨਿੰਗ ਤੋਂ ਪੈਸਾ ਸਰਕਾਰ ਦੇ ਖਜ਼ਾਨੇ ਵਿੱਚ ਆ ਰਿਹਾ ਹੈ ਇੱਕ ਬਹੁਤ ਵੱਡਾ ਸਵਾਲ ਹੈ ਦੂਸਰੇ ਪਾਸੇ ਇਹ ਵੀ ਗੱਲ ਕਹੀ ਗਈ ਸੀ ਕਿ ਪੰਚਾਇਤੀ ਵਿਭਾਗ ਦੇ ਵਿੱਚ ਜਿਹੜੀਆਂ ਗੜਬੜੀਆਂ ਹੋਈਆਂ ਨੇ ਜੇਕਰ ਬਿਲਕੁਲ ਸਹੀ ਤਰੀਕੇ ਨਾਲ ਸੁਧਾਰ ਕੀਤਾ ਜਾਵੇ ਤਾਂ ਪੈਸਾ ਉਧਰੋਂ ਵੀ ਆ ਜਾਣਾ ਹਾਂ ਕੁਝ ਹੱਦ ਤੱਕ ਸੁਧਾਰ ਹੋਇਆ ਵੀ ਬਹੁਤ ਸਾਰੀਆਂ ਥਾਵਾਂ ਤੋਂ ਜ਼ਮੀਨਾਂ ਛੜਾਈਆਂ ਵੀ ਗਈਆਂ ਬਹੁਤ ਸਾਰੀਆਂ ਥਾਵਾਂ ਤੋਂ ਜਿਹੜੇ ਇਥੋਂ ਤੱਕ ਕਿ ਵੱਡੇ ਅਹੁਦਿਆਂ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਉਹਨਾਂ ਨੇ ਵੀ ਆਪ ਹੀ ਹੱਥ ਜੋੜ ਕੇ ਕੁਛਕਨੇ ਜ਼ਮੀਨਾਂ ਵਿੱਚੋਂ ਕਹਿਤਾ ਸੀ ਜੇ ਅਸੀਂ ਤਾਂ ਇਹਦੇ ਵੱਲ ਤਾਂ ਦੇਖਿਆ ਨਹੀਂ ਸੀਗਾ ਕੋਠੀਆਂ ਵੀ ਕਈਆਂ ਨੇ ਖਾਲੀ ਕੀਤੀਆਂ ਸੀ ਰੌਲਾ ਬਹੁਤ ਸੀਗਾ ਚਲੋ ਕੁਛ ਤਾਂ ਪੰਜਾਬ ਦੀ ਢੋਲੀ ਦੇ ਵਿੱਚ ਆਇਆ ਪਰ ਨਾਲ ਦੀ ਨਾਲ ਜਿੱਥੋਂ ਅਜੇ ਵੀ ਪੈਸੇ ਇਕੱਠੇ ਕੀਤੇ ਜਾ ਸਕਦੇ ਨੇ 4 ਤੋਂ 5 ਸੈਕਟਰ ਨੇ ਜਿਹਦੇ ਬਾਰੇ ਕਈ ਵਾਰੀ ਪੰਜਾਬ ਦੇ ਵਿੱਚ ਚਰਚਾ ਚੱਲੀ ਹੈ ਜਿਹਦੇ ਕਰਕੇ ਪੰਜਾਬ ਦਾ ਖਜ਼ਾਨਾ ਭਰ ਸਕਦਾ ਪਰ ਭਰਦਾ ਕਿੰਨੇ ਆ ਸਰਕਾਰ ਦੀ ਨੀਅਤ ਨੇ ਨੀਅਤ ਕਿਦਾਂ ਦੀ ਹੈ ਇਹ ਹੁਣ ਚਲੋ ਸਮੇਂ ਦੀ ਨਜ਼ਾਕਤ ਹੈ ਸਮੇਂ ਦੇ ਨਾਲ ਪਤਾ ਲੱਗਦੇ ਰਹਿਂਦਾ ਪਿਆ ਸਰਕਾਰ ਕਹਿੰਦੀ ਅਸੀਂ ਕੰਮ ਕਰ ਰਹੇ ਹਾਂ ਚੰਗੀ ਗੱਲ ਹੈ ਜੇਕਰ ਇਹ ਕਰਜ਼ਾ ਲੋਕਾਂ ਦੇ ਸਿਰੋਂ ਲਿੱਥੇਗਾ ਪੰਜਾਬ ਸਰਕਾਰ ਦੇ ਸਿਰੋਂ ਲਿੱਥੇਗਾ ਚੰਗੇ ਹੋਵੇਗਾ ਅੱਗੇ ਵੱਧਦੇ ਗੱਲ ਕਰਨੀਆਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਈ ਵਾਰ ਇਹ ਚਰਚਾ ਚੱਲੀ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋਇਆ ਲਓ ਫਿਰ ਚਰਚਾ ਚੱਲ ਪੰਦੀ ਹੈ ਕਿ ਨਹੀਂ ਨਹੀਂ ਕੋਈ ਗੱਠਜੋੜ ਨਹੀਂ ਕਿਸੇ ਤਰ੍ਹਾਂ ਦਾ ਕੋਈ ਗੱਠਜੋੜ ਨਹੀਂ ਕਰਨਾ ਆਪਾਂ ਪੰਜਾਬ ਦੇ ਵਿੱਚ ਲੜਨਾ ਤੇ ਇਕੱਲੇ ਚੂਨਾ ਲੜਨੀ ਆ ਜਦੋਂ ਪ੍ਰੇਮ ਸਿੰਘ ਚੰਦੂ ਮਾਇਰਾ ਉਹਦਾ ਬਿਆਨ ਆ ਜਾਂਦਾ ਗੱਠ ਜੋੜ ਦਾ ਕੀ ਹੈ ਇਹ ਤਾਂ ਸਿਆਸਤ ਹੈ ਸਿਆਸਤ ਦੇ ਵਿੱਚ ਚਲਦੀਆਂ ਰਹਿੰਦੀਆਂ ਕਿਸੇ ਨਾਲ ਸਾਂਝਾ ਪੈਂਦੀਆਂ ਕਿਸੇ ਨਾਲ ਟੁੱਟ ਜਾਂਦੀਆਂ ਹੁਣ ਇਹਦਾ ਮਤਲਬ ਇਹ ਵੀ ਹੁੰਦਾ ਕਿਸੇ ਵੇਲੇ ਕਿ ਆਉਂਦੇ ਦਿਨਾਂ ਨੂੰ ਕੁਝ ਵੀ ਹੋ ਸਕਦਾ ਅਸੀਂ ਕਈ ਵਾਰ ਪ੍ਰੋਗਰਾਮਸ ਜ਼ਿਕਰ ਕਰ ਚੁੱਕੇ ਹਾਂ ਪਰ ਸਿੱਧੇ ਤੌਰ ਤੇ ਜਿਹੜਾ ਕਹਿੰਦੇ ਨਾ ਆ ਜਾ ਬਾਈ ਦਰਵਾਜ਼ਾ ਖੁੱਲਾ ਆਵਾਜ਼ ਮਾਰਦੇ ਤੇ ਅੰਦਰ ਆਜੋ ਉਹ ਵਾਲਾ ਕੰਮ ਨਹੀਂ ਹੁੰਦਾ ਪਿਆ ਉਧਰੋਂ ਆਵਾਜ਼ ਨਹੀਂ ਮਾਰੀ ਜਾ ਰਹੀ ਇਧਰੋਂ ਖੁੱਲ ਕੇ ਦਰਵਾਜ਼ਾ ਨਹੀਂ ਖੜਕਾਇਆ ਜਾ ਰਿਹਾ ਪਰ ਅੰਦਰਖਾਤ ਤੇ ਜਿਹੜੇ ਖਬਰਾਂ ਆਉਂਦੀਆਂ ਨੇ ਕਿ ਲਓ ਜੀ ਸੈਟਿੰਗ ਹੋ ਚੁੱਕੀ ਐ ਤੁਸੀਂ ਕੁਐਸਚਨ ਦੇਖਿਓ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਦਿੱਲੀ ਵਿੱਚ ਬਹੁਤ ਮੀਟਿੰਗਾਂ ਕਰ ਲਈਆਂ ਬੀਬੀ ਹਰਸਿਮਰਤ कौर ਬਾਦਲ ਹੋਰਾਂ ਦੀਆਂ ਮੀਟਿੰਗਾਂ ਹੋ ਗਈਆਂ ਵੀਜਰ ਪਾਨੀ ਹੋਰਾਂ ਦਾ ਜਦੋਂ ਬਿਆਨ ਹੁੰਦਾ ਹੈ ਕਿ ਗੱਠਜੁੜ ਕਾ ਕੀ ਆ ਹੈ ਹਮ ਤੋ ਅਭੀ ਸ਼੍ਰੋਮਣੀ ਅਕਾਲੀ ਦਲ ਕੇ ਸਾਥ ਗੱਠਜੁੜ ਨਹੀਂ ਕਰੇਂਗੇ ਪਰ ਆਨੇ ਵਾਲੇ ਸਮੇਂ ਮੇ ਆਉਣ ਵਾਲੇ ਸਮੇਂ ਤੱਕ ਕਿਸੇ ਨੇ ਪਤਾ ਨਹੀਂ ਨਾ ਕਰਨਾ ਕਿ ਨਹੀਂ ਕਰਨਾ ਹੋ ਸਕਦਾ ਹੋ ਜਵੇ ਦਰਵਾਜ਼ੇ ਬੰਦ ਵੀ ਨਹੀਂ ਕਿ ਦਰਵਾਜ਼ੇ ਪੂਰੇ ਖੁੱਲੇ ਵੀ ਨਹੀਂਗੇ ਪਰ ਇੱਥੇ ਜਦੋਂ ਇਹ ਚਰਚ ਕੀ ਸਮਝੌਤਾ ਹੋ ਗਿਆ ਅਮਰਿੰਦਰ ਸਿੰਘ ਰਾਜਾਵੜੇ ਘੁਰਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਹਨੂੰ ਲੈ ਕੇ ਅਰਸ਼ਦੀਪ ਸਿੰਘ ਕਲੀਅਰ ਹੋ ਰਹੇ ਨੇ ਸਭ ਤੋਂ ਪਹਿਲਾਂ ਸਵਾਲ ਖੜਾ ਕਰਤਾ ਕਹਿੰਦੇ ਕਿਹੜਾ ਗੱਠ ਜੋੜ ਕਿਹੜੀ ਗੱਲਾਂ ਕਰਦੇ ਆ ਤੁਸੀਂ ਕਿਉਂਕਿ ਪਿਛਲੇ ਦਿਨੀ ਚਰਚਾ ਚੱਲੀ ਸੁਖਵੀਰ ਸਿੰਘ ਬਾਦਲਹੂਰੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਤੇ ਬਾਅਦ ਦੇ ਵਿੱਚ ਇਹ ਕੁਰਸੀ ਛੱਡ ਕੇ ਜਿਹੜੀ ਮੁੱਖ ਜ਼ਿੰਮੇਵਾਰੀ ਹੈ ਲੋਕਾਂ ਨੂੰ ਨਾਲ ਜੋੜਨਾ ਪਾਰਟੀ ਨੂੰ ਅੱਗੇ ਵੱਲ ਲੈ ਕੇ ਜਾਣਾ ਉਹਲੇ ਭਾਜਪਾ ਦੇ ਨਾਲ ਇਹਨਾਂ ਦੀ ਸੈਟਿੰਗ ਹੋ ਚੁੱਕੀ ਹੈ ਇਹ ਇੱਕ ਬੱਕਰੀ ਤਰ੍ਹਾਂ ਦੀ ਚਰਚਾ ਚੱਲੀ ਹੁਣ ਕਿੰਨਾ ਕਿ ਸੱਚ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾਵੜੇਂਘੂਰਾ ਨੇ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਕਾਲੀ ਦਲ ਦਾ ਭਾਜਪੀ ਦੇ ਨਾਲ ਸਮਝੌਤਾ ਹੋ ਗਿਆ ਤੇ ਪਰ ਭਾਜਪਾ ਨੇ ਸ਼ਰਤ ਰੱਖੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਅਹੁਦੇ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ ਪ੍ਰਧਾਨਗੀ ਦੇ ਅਹੁਦੇ ਤੋਂ ਇਹ ਕਿੰਨਾ ਕਿ ਸੱਚ ਹੈ ਅਸੀਂ ਪਹਿਲਾਂ ਇੱਥੇ ਅਰਸ਼ਦੀਪ ਕਲੇਰ ਹੋਰਾਂ ਨੂੰ ਸੁਣਦੇ ਹਾਂ ਕਿਉਂਕਿ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਇਹ ਗੱਲ ਕੀਤੀ ਹੈ ਉਹਨਾਂ ਦਾ ਨਜ਼ਰੀਆ ਕੀ ਹੈ ਜੈਕਰ ਸਾਹਿਬ ਵਿੱਚ ਕੀ ਕਹਿਣਗੇ ਪਤਾ ਨਹੀਂ ਪਰ ਰਾਜਾ ਵੜਿੰਗ ਸਾਹਿਬ ਨੇ ਇਹ ਗੱਲ ਕਿਉਂ ਕਹੀ ਹੈ ਆਓ ਦੇਖਦੇ ਹਾਂ ਦੇਖੋ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੇ ਅੱਜ ਇੱਕ ਬੇਤੁਕਾ ਬਿਆਨ ਦਿੱਤਾ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਅਲਾਈਅੰਸ ਤਾਂ ਹੋ ਗਿਆ ਪਰ ਬੀਜੇਪੀ ਨੇ ਸ਼ਰਤ ਰੱਖੀ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਸਤੀਫਾ ਦੇਣ ਤੁਹਾਡੀ ਇਸ ਗੱਲ ਤੇ 2 ਮਿੰਟ ਦਾ ਮੌਨ ਬਣਦਾ ਪਰ ਤੁਹਾਡੀ ਮਜਬੂਰੀ ਹੈ ਐਸੀਆਂ ਬੇਤੁਕੀਆਂ ਗੱਲਾਂ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਦੇ ਖਿਲਾਫ ਗਵੰਤ ਮਾਨ ਦੇ ਖਿਲਾਫ ਤੁਸੀਂ ਬੋਲ ਨਹੀਂ ਸਕਦੇ ਮਾੜੀ ਜੀ ਹਿੰਮਤ ਕਰਕੇ ਡਰਾਮਾ ਕਰਨ ਦੀ ਵੀ ਕੋਸ਼ਿਸ਼ ਕਰਦੇ ਹੋ ਉਹਦੀ ਉਹ ਬਸਾਂ ਦੀ ਚਾਸੀ ਵਾਲੀ ਫਾਈਲ ਬਾਹਰ ਆ ਜਾਂਦੀ ਹੈ ਤੁਹਾਡੀ ਬਾਹਮ ਰੋੜ ਦਿੰਦੇ ਨੇ ਤੇ ਤੁਸੀਂ ਚੁੱਪ ਕਰਕੇ ਬਹਿ ਜਾਂਦੇ ਹੋ ਪਰ ਫਿਰ ਖਬਰਾਂ ਦੇ ਵਿੱਚ ਤਾਂ ਬਣੇ ਰਹਿਣਾ ਹੀ ਹੈ ਕਿਤੇ ਲੋਕਾਂ ਨੂੰ ਇਹ ਨਾ ਲੱਗੇ ਕਿ ਕਾਂਗਰਸ ਦਾ ਪ੍ਰਧਾਨ ਜਮੰਦਰੀ ਵੜ ਗਿਆ ਫਿਰ ਤੁਸੀਂ ਐਸੇ ਬੇਤੁਕੇ ਬਿਆਨ ਦੇ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਭਾਈ ਰਾਜਾ ਵੜਿੰਗ ਹਲੇ ਕਾਂਗਰਸ ਦਾ ਪ੍ਰਧਾਨ ਹੈ ਬੱਸ ਤਾਂ ਮੇਰਾ ਫਰਜ਼ ਨਹੀਂ ਬਣਦਾ ਕਿ ਤੁਹਾਨੂੰ ਕੋਈ ਸਲਾਹ ਦਵਾਂ ਕਿ ਪਾਰਟੀ ਕਿਵੇਂ ਚਲਾਉਣੀ ਹੈ ਕਿਉਂਕਿ ਤੁਹਾਡਾ ਆਪਣਾ ਮਸਲਾ ਪਰ ਜਦੋਂ ਹੁਣ ਸਾਨੂੰ ਸਲਾਹ ਦੇਣ ਸਾਡੇ ਘਰੇ ਆ ਹੀ ਗਏ ਹੋ ਤਾਂ ਫਿਰ ਪੰਜਾਬੀਆਂ ਦਾ ਇੱਕ ਸੂਲ ਹੈ ਕਿ ਖਾਲੀ ਨਹੀਂ ਮੁੜਦੇ ਰਾਜਾ ਵੜਿੰਗ ਸਾਹਿਬ ਅੱਜ ਤੁਹਾਡੇ ਹਾਲਾਤ ਕੀ ਨੇ ਕਾਂਗਰਸ ਦਾ ਕੋਈ ਪੰਜਾਬ ਦਾ ਸੀਨੀਅਰ ਲੀਡਰ ਤੁਹਾਨੂੰ ਪ੍ਰਧਾਨ ਨਹੀਂ ਮੰਨਦਾ ਨਾ ਹੀ ਤੁਹਾਨੂੰ ਕੇਂਦਰੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਕੋਈ ਤਵੱਜੋ ਦਿੰਦੀ ਹੈ ਕਿਉਂਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਐਲਾਈਅੰਸ ਕਰ ਲਿਆ ਤੁਹਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਥੋੜੀ ਤਾਂ ਡਿਊਟੀ ਲਾਤੀ ਪਾਈ ਨੀਚੇ ਪੰਜਾਬ ਦੇ ਕਾਂਗਰਸੀਆਂ ਚ ਸਹਿਮਤੀ ਬਣਾ ਲਾ ਪਰ ਅੱਜ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਆਪਣਾ ਘਰ ਸੰਭੋ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਦੇ ਡੈਮੋਕਰੇਟਿਕਲੀ ਚੁਣੇ ਹੋਏ ਪ੍ਰਧਾਨ ਨੇ ਤੁਹਾਡਾ ਪ੍ਰਧਾਨ ਪੰਜਾਬ ਦਾ ਕਿਵੇਂ ਲੱਗਦਾ ਹੈ ਕੇਂਦਰ ਦੀ ਲੀਡਰਸ਼ਿਪ ਇੱਕ ਚਿੱਠੀ ਭੇਜਦੀ ਹੈ ਪ੍ਰਧਾਨ ਲੱਗ ਜਾਂਦਾ ਇੱਕ ਹੋਰ ਚਿੱਠੀ ਆਉਂਦੀ ਹੈ ਪ੍ਰਧਾਨਗੀ ਤੋਂ ਲਾਂਬੇ ਹੋ ਜਾਂਦਾ ਸੋ ਜਿਸ ਤਰੀਕੇ ਦਾ ਵਿਰੋਧ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ 'ਚ ਤੁਹਾਡੇ ਖਿਲਾਫ ਵੱਧ ਰਿਹਾ ਹੈ ਤੁਹਾਡੀ ਚਿੱਠੀ ਜਲਦੀ ਆਉਣ ਵਾਲੀ ਹੈ ਸੋ ਉਹਦੇ ਕੰਨੀ ਧਿਆਨ ਦਿਓ ਇਹ ਕੇਸਾਂ ਤੋਂ ਡਰ ਕੇ ਜਿਹੜੀ ਤੁਸੀਂ ਸਟੇਟ ਦੀ ਸਰਕਾਰ ਦੇ ਖਿਲਾਫ ਲੜਾਈ ਬੰਦ ਕੀਤੀ ਹੈ ਉਹਦੇ ਕੰਨੀ ਧਿਆਨ ਦਿਓ ਪੰਜਾਬ ਦੇ ਮੁੱਦਿਆਂ 'ਤੇ ਧਿਆਨ ਦਿਓ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਦਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਬੰਦੀ ਸਿੱਖਾਂ ਦੀ ਰਿਹਾਈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕਿਸਾਨਾਂ ਦੀ ਐਮਐਸਪੀ ਪਹਿਲਾਂ ਅਲਾਈਅੰਸ ਸਾਰੇ ਬਾਅਦ ਚ ਨੇ ਸਾਡੇ ਲਈ ਪੰਜਾਬ ਪਿਲ ਅਰਸ਼ਦੀਪ ਕਲੇਰ ਹੋਰਾਂ ਨੂੰ ਤੁਸੀਂ ਸੁਣਿਆ ਹੁਣ ਜਿਸ ਹਿਸਾਬ ਨਾਲ ਇਹ ਗੱਲ ਕਹੀ ਗਈ ਹੈ ਕਿ ਇਦਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂਗੀ ਅਸਤੀਫੇ ਦੇਣ ਦੀ ਕੋਈ ਗੱਲ ਨਹੀਂ ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜੇਕਰ ਇਸ ਵੇਲੇ ਅਸਤੀਫਾ ਦੇ ਦਿੱਤਾ ਤੇ ਕੰਮ ਹੋਰ ਵੀ ਖਰਾਬ ਹੋ ਸਕਦਾ ਇਹ ਅੰਦਰਖਾਤੇ ਕੁਝ ਕ ਸਿਆਸਤਦਾਨ ਕਹਿ ਰਿਹਾ ਪਰ ਜਦੋਂ ਇਹ ਗੱਲ ਚੱਲਦੀ ਪਈ ਹੈ ਪਰਮਿੰਦਰ ਸਿੰਘ ਢੀਂਸਾ ਇਹ ਗੱਲ ਕਹਿੰਦੇ ਆ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਸਾਡੀ ਨਾਰਾਜ਼ਗੀ ਜੇਕਰ ਹੈਗੀ ਆ ਤਾਂ ਉਹ ਸੁਖਵੀਰ ਸਿੰਘ ਬਾਦਲ ਹੋਰਾਂ ਦੀਆਂ ਨੀਤੀਆਂ ਦੇ ਨਾਲ ਜਦੋਂ ਸੁਖਦੇਵ ਸਿੰਘ ਢੀਂਸਾ ਇਹ ਗੱਲ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਬਹੁਤ ਕੁਝ ਤਾਂ ਹੁੰਦਾ ਰਹਿੰਦਾ ਪਰ ਨਾਲ ਦੀ ਨਾਲ ਸੁਖਵੀਰ ਸਿੰਘ ਬਾਦਲ ਦੀਆਂ ਨੀਤੀਆਂ ਸਹੀ ਨਹੀਂ ਗਈਆਂ ਵਰਕਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਪਏ ਉਹ ਨਾਲ ਮਿਲ ਕੇ ਨਹੀਂ ਚੱਲਦੇ ਇਹ ਸਾਰੀਆਂ ਸਮੱਸਿਆਵਾਂ ਤੋਂ ਉਹਨੇ ਜਾਣੂ ਕਰਵਾਇਆ ਹਾਲਾਂਕਿ ਅਸਲ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਹਾਲਾਤ ਇਸ ਵੇਲੇ ਕਿਸ ਤਰ੍ਹਾਂ ਦੇ ਨੇ ਸਭ ਨੂੰ ਪਤਾ ਹੈ ਪਰ ਉੱਪਰ ਉੱਠਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅੰਦਰਖਾਟ ਤੇ ਜਿਸ ਹਿਸਾਬ ਦੇ ਨਾਲ ਸੁਖਵੀਰ ਸਿੰਘ ਬਾਦਲਹੂਰਾਂ ਨੇ ਮੀਟਿੰਗਾਂ ਦਾ ਦੌਰ ਤੇਜ਼ ਕੀਤਾ ਹੋਇਆ ਇਹ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਪਰਿਵਰਤਨ ਹੋ ਸਕਦਾ ਪਿੰਡਾਂ ਦੇ ਵਿੱਚੋਂ ਪਰ ਕਿੰਨਾ ਕੁ ਔਖਾ ਕਿੰਨਾ ਕੁ ਸੌਖਾ ਕੰਮ ਇਹ ਕਹਿਣਾ ਅਜੇ ਔਖਾ ਹੈ ਪਰ ਇੱਕ ਗੱਲ ਇੱਥੇ ਹੋਰ ਜੁੜਿਆ ਜੇਕਰ ਗੱਠਜੋੜ ਦੀਆਂ ਚਰਚਾਂ ਚੱਲਦੀਆਂ ਪਈਆਂ ਨੇ ਤਾਂ ਭਾਜਪਾ ਨੇ ਪਿਛਲੇ ਦਿਨੀ ਇਹ ਗੱਲ ਹੋਰ ਕਹੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲਹੂਰਾਂ ਤੋਂ ਬਾਅਦ ਜੇਕਰ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਨੀਅਰ ਕੋਈ ਸਿਆਸਤਦਾਨ ਲੱਗਦਾ ਉਹਨਾਂ ਨੇ ਜਗ੍ਹਾ ਲੈ ਸਕਦਾ ਤਾਂ ਉਹ ਸੁਖਦੇਵ ਸਿੰਘ ਢੀਂਸਾ ਨੇ ਹੁਣ ਸੁਖਦੇਵ ਸਿੰਘ ਢੀਂਸਾ ਨੂੰ ਲੈ ਕੇ ਜਿਹੜੀ ਇਹ ਗੱਲ ਕਹੀ ਸੀ ਇਹਦਾ ਮਤਲਬ ਹੈ ਕਿ ਆਉਂਦੇ ਦਿਨੀ ਸੁਖਵੀਰ ਸਿੰਘ ਬਾਦਲ ਕੀ ਵਾਕਈ ਸੁਖਦੇਵ ਸਿੰਘ ਢੀਂਸਾ ਹੋਰਾਂ ਨੂੰ ਪ੍ਰਧਾਨਗੀ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲ ਜੇਗਾ ਸ਼੍ਰੋਮਣੀ ਕਾਲੀ ਦਲ ਦੇ ਨਹੀਂ ਹੋ ਸਕਦਾ ਉਹਨਾਂ ਦੀ ਸੰਯੁਕਤ ਪਾਰਟੀ ਸ਼੍ਰੋਮਣੀ ਕਾਲੀ ਦਲ ਸੰਯੁਕਤ ਪਾਰਟੀ ਜਿਹੜੀ ਹੈ ਉਹ ਨਾਲ ਨਾਲ ਚਲਾਉਣਗੇ ਤੇ ਸੁਖਵੀਰ ਸਿੰਘ ਬਾਦਲ ਹੋਰੀ ਸਾਰੇ ਭਾਜਪਾ ਦੇ ਵਿੱਚ ਇਕੱਠੇ ਹੋ ਕੇ ਇੱਕ ਵਾਰ ਫਿਰ ਤੋਂ ਸੁਖਦੇਵ ਸਿੰਘ ਢੀਂਸਾ ਦੇ ਅੰਤਰਗਤ ਚੱਲਣਗੇ ਉਹਨਾਂ ਦੇ ਨਾਲ ਨਾਲ ਚੱਲਣਗੇ ਜਾਂ ਫਿਰ ਉਹਨਾਂ ਦੇ ਕਹੇ ਦੇ ਅਨੁਸਾਰ ਚੱਲਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸ ਹੈਗਾ ਪਰ ਇੱਥੇ ਜਿਸ ਹੱਦ ਨਾਲ ਚੱਲਦੀਆਂ ਕਿ ਸੁਖਵੀਰ ਸਿੰਘ ਬਾਦਲ ਹੂਰਾ ਨੇ ਅਸਤੀਫਾ ਦੇ ਲੈਣਾ ਤੇ ਦੇਖ ਲਿਆ ਤੁਸੀਂ ਅਰਸ਼ਦੀਪ ਕਲੇਰ ਹੂਰਾ ਨੇ ਕਿਹੜੀ ਗੱਲ ਕਹੀ ਹੈ ਅੱਗੇ ਵੱਧਦੇ ਆ ਗੱਲ ਕਰਨੀ ਆ ਆਨਲਾਈਨ ਗੇਮਾਂ ਦੀ ਅਸੀਂ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ ਕਿ ਬਹੁਤ ਜ਼ਿਆਦਾ ਹਾਲਾਤ ਇਸ ਵੇਲੇ ਲੱਗਦਾ ਖਰਾਬ ਹੋ ਰਹੇ ਨੇ ਪਿਛਲੇ ਦਿਨ ਇੱਕ ਰਿਪੋਰਟ ਸਾਹਮਣੇ ਆਈ ਉਸ ਰਿਪੋਰਟ ਦੇ ਵਿੱਚ ਇੱਕ ਯੂਨੀਵਰਸਿਟੀ ਨੇ ਗੱਲ ਕਹੀ ਕਿ ਬੱਚੇ ਲਗਾਤਾਰ 4-4 5-5 ਘੰਟੇ ਗੇਮ ਖੇលਦੇ ਪਏ ਨੇ ਉਹਨਾਂ ਦੇ ਦਿਮਾਗੀ ਤੌਰ ਤੇ ਵੀ ਥੋੜਾ ਜਿਹਾ ਫਰਕ ਪੈ ਰਿਹਾ ਤੇ ਨਾਲ ਦੀ ਨਾਲ ਆ ਬਾਹਾਂ ਉਂਗਲਾਂ ਤੋਂ ਲੈ ਕੇ ਕੋਹਣੀਆਂ ਤੱਕ ਹੱਥ ਕਮਜ਼ੋਰ ਹੋ ਚੁੱਕੇ ਨੇ ਉਹਨਾਂ ਨੂੰ ਲਿਖਣ ਦੀ ਸਮੱਸਿਆ ਆ ਰਹੀ ਹੈ ਦਰਅਸਲ ਇਹ ਗੱਲ ਸੱਚ ਹੋ ਸਕਦੀ ਹੈ ਕਿਉਂਕਿ ਲਗਾਤਾਰ ਗੇਮ ਖੇលਦੇ ਰਹਿਣਾ ਕਿੰਨਾ ਕਿਤੇ ਮਾਨਸਿਕ ਰੂਪ ਚ ਬੱਚੇ ਨੂੰ ਪ੍ਰਭਾਵਿਤਤਾ ਕਰ ਹੀ ਦਿੰਦਾ ਹੈ ਪਿਛਲੇ ਜਿੰਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਲੀ ਸਾਹਮਣੇ ਆਈ ਉਹਦੇ ਵਿੱਚ ਇੱਕ ਚੰਗਾ ਕਾਰੋਬਾਰੀ ਸੀਗਾ ਅदमी ਹੁਣ ਉਹਦਾ ਪੁੱਤਰ ਗੇਮ ਖੇਡਦਾ ਸੀ ਦਿਮਾਗੀ ਤੌਰ ਤੇ ਜਿਸ ਦਾ ਉਹਨਾਂ ਨੂੰ ਫਰਕ ਪਿਆ ਸੀ ਗੱਡੀ ਦੇ ਵਿੱਚ ਇਲਾਜ ਕਰਵਾਉਣ ਲਈ ਉਹਨੂੰ ਲੈ ਕੇ ਜਾ ਰਹੇ ਸੀ ਹਸਪਤਲ ਉਸ ਵੇਲੇ ਵੀ ਚਰਚਾ ਚੱਲੀ ਕਿ ਬੱਚਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਮਾਪੇ ਇਹ ਸਮਝਦੇ ਹੈ ਕਿ ਬੱਚਿਆਂ ਨੂੰ ਆਨਲਾਈਨ ਕੰਮ ਦਿੱਤਾ ਸੀਗਾ ਮਾਪੇ ਇਹ ਸਮਝਦੇ ਹੈ ਕਿ ਬੱਚਿਆਂ ਨੂੰ ਸਕੂਲ ਦਾ ਕੰਮ ਮਿਲਿਆ ਤੇ ਉਹ ਕਰਦੇ ਹੋਣਗੇ ਕਰੋਨਾ ਕਾਲ ਦੇ ਦੌਰਾਨ ਵੀ اسی ਤਰ੍ਹਾਂ ਦੀਆਂ ਖਬਰਾਂ ਆਈਆਂ ਸੀ ਕਰੋਨਾ ਕਾਲ ਦੇ ਦੌਰਾਨ ਤਾਂ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਸੀਗੇ 2018 ਵਿੱਚ ਆਨਲਾਈਨ ਗੇਮ ਖੇਡਣ ਵਾਲਿਆਂ ਦੀ ਗਿਣਤੀ 26 ਕਰੋੜ ਤੇ 90 ਲੱਖ ਸੀ ਗਿਣਤੀ ਥੋੜੀ ਨਹੀਂ ਹੈ ਬਹੁਤ ਹੈ ਸਾਲ 2020 ਦੇ ਵਿੱਚ ਲਗਭਗ 36 ਕਰੋੜ ਤੇ 50 ਲੱਖ ਇਹਨਾਂ ਦੀ ਗਿਣਤੀ ਹੋਗੀ ਗੇਮ ਆਨਲਾਈਨ ਖੇਲਣ ਵਾਲਨ ਦੀ ਅੰਦਾਜ਼ਾ ਹੈ ਹੁਣ ਕਿ 2022 ਤੋਂ ਲੈ ਕੇ ਇਹ 2023 ਦੇ ਵਿੱਚ ਇਹ ਗਿਣਤੀ 55 ਕਰੋੜ ਤੇ ਪਹੁੰਚ ਗਈ ਸੀ ਤੇ ਆਉਣ ਵਾਲੇ ਦਿਨਾਂ 'ਚ ਇਹ 70 ਕਰੋੜ ਤੱਕ ਜਾ ਸਕਦੀ 2024 ਦੇ ਅਖੀਰ ਜਾਂ 25 ਦੇ ਸ਼ੁਰੂ ਵਿੱਚ ਹੁਣ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਗੇਮ ਖੇលਦੇ ਪਏ ਐ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਖਤਰਨਾਕ ਸਥਿਤੀ ਦੇ ਉੱਪਰ ਆ ਗਏ ਮੈਂ ਖਤਰਨਾਕ ਕਿਉਂ ਕਹਿ ਰਿਹਾ ਐ ਪਿਛਲੇ ਦਿਨੀ ਇੱਕ ਅਦਾਲਤ ਵਿੱਚ ਕੇਸ ਗਿਆ ਉਸ ਅਦਾਲਤ ਵਿੱਚ ਇੱਕ ਪਤੀ ਨੇ ਇਹ ਪਟੀਸ਼ਨ ਪਾਈ ਸੀ ਕਿ ਉਹਦੀ ਧਰਮ ਪਤਨੀ ਨਾਲ ਲੜਾਈ ਰਹਿੰਦੀ ਹੈ ਲੜਾਈ ਕਿਉਂ ਸੀਗੀ ਲੜਾਈ ਇਸ ਕਰਕੇ ਕਿ ਉਹ ਗੇਮ ਖੇਲਦੀ ਹੈ ਜਦੋਂ ਕੰਮ ਕਰਨ ਲਈ ਕਿਹਾ ਜਾਂਦਾ ਤਾਂ ਕਹਿੰਦੀ ਮੇਰੇ ਲੈਵਲ ਕਲੀਅਰ ਕਰਨ ਵਾਲੇ ਪਏ ਆ ਇਹਦੇ ਕਰਕੇ ਰੌਲਾ ਪੈ ਗਿਆ ਅਦਾਲਤ ਨੇ ਹਾਲਾਂਕਿ ਉਸ ਮਾਮਲੇ ਤੇ ਵਿਚਾਰ ਕਰਨ ਤੋਂ ਬਾਅਦ ਸੁਣਵਾਈ ਕੀਤੀ ਫਿਰ ਅਗਲੀ ਤਰੀਕ ਪਈ ਫਿਰ ਅਗਲੀ ਤਰੀਕ ਪਾਤੀ ਕਿਉਂਕਿ ਕੇਸ ਹੀ ਇਦਾਂ ਦਾ ਸੀਗਾ ਕਿ ਕੀ ਜਵਾਬ ਦਿੱਤਾ ਜਾਵੇ ਮਹਾਰਾ ਦੀ ਸਲਾਹ ਲੈਣੀ ਸੀਗੀ ਫਿਰ ਬਾਤ ਪਤਾ ਨਹੀਂ ਅਜ ਤੱਕ ਉਸ ਕੇਸ ਦਾ ਬਣਿਆ ਕੀ ਹੈ ਪਰ ਜਦੋਂ ਗੱਲ ਇੱਥੇ ਤੱਕ ਪਹੁੰਚਵੇ ਕਿ ਲੈਵਲ ਕਲੀਅਰ ਕਰਨ ਦੇ ਚੱਕਰ ਦੇ ਵਿੱਚ ਘਰ ਵਾਲਾ ਤੇ ਘਰ ਵਾਲੀ ਦੇ ਵਿੱਚ ਥੋੜਾ ਜਿਹਾ ਫਰਕ ਪੈ ਰਿਹਾ ਇਹ ਗੱਲ ਸੱਚੀ ਹੋ ਸਕਦੀ ਹੈ ਇਸ ਵੇਲੇ ਵੀ ਮੌਜੂਦਾ ਸਮੇਂ 'ਚ ਕੋਈ ਉਹ ਗੇਮ ਹੁੰਦੀ ਹੈ ਉਹ ਬਣਾਉਂਦੇ ਰਹਿੰਦੇ ਆ ਜੀ ਲੈਵਲ ਜਿਹੇ ਤੋੜਦੇ ਰਹਿੰਦੇ ਟੌਫੀਆਂ ਜਾਂ ਮਿਲਦੀਆਂ ਰਹਿੰਦੀਆਂ ਉਹ ਗੇਮ ਬਹੁਤ ਚੱਲੀ ਪਿਛਲੇ ਦਿਨੀ ਆਮ ਲੋਕ ਵੀ ਆ ਫਿਰ ਜਦੋਂ ਸੋਸ਼ਲ ਮੀਡੀਆ ਤੇ ਇੱਕ ਹੋਰ ਗੇਮ ਸਾਹਮਣੇ ਆ ਗਈ ਜਿੱਦੇ ਬੱਚੇ ਲੈਵਲ ਕਲੀਅਰ ਕਰਦੇ ਸੀ ਕਦੀ ਛੱਤ ਤੇ ਪਹੁੰਚ ਜਾਂਦੇ ਸੀ ਕਦੀ ਕਿਤੇ ਪਹੁੰਚ ਜਾਂਦੇ ਸੀ ਬੱਚਿਆਂ ਦੀਆਂ ਮੌਤਾਂ ਵੀ ਹੋਈਆਂ ਸਰਕਾਰ ਨੇ ਉਦੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਹਦਾਇਤ ਜਾਰੀ ਕੀਤੀ ਕਿ ਤੇ ਪਵੰਦੀ ਲਗਾਈ ਜਾਵੇ ਉਸ ਤੋਂ ਬਾਅਦ ਫਿਰ ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਇਹ ਗੇਮ ਲੜਾਈ ਝਗੜੇ ਵਾਲੀ ਸੀਗੀ ਬੱਚੇ 5 5 6 6 ਘੰਟੇ ਲਗਾਤਾਰ ਖੇਡਦੇ ਰਹੇ ਇੱਕ ਖਾਤੇ ਦੇ ਵਿੱਚੋਂ 13 ਲੱਖ ਇੱਕ ਦੇ ਵਿੱਚੋਂ 26 ਲੱਖ ਰੁਪਏ ਬੱਚਿਆਂ ਨੇ ਇਸੇ ਕਰਕੇ ਮਾਪਿਆਂ ਦਾ ਅੜਾ ਦਿੱਤਾ ਕਿ ਨਵੇਂ-ਨਵੇਂ ਹਥਿਆਰ ਪਰਚੇਸ ਕਰ ਰਹੇ ਸੀ ਖਰੀਦ ਰਹੇ ਸੀਗੇ ਜਦੋਂ ਇਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨਾ ਨੁਕਸਾਨ ਹੋ ਸਕਦਾ ਹੁਣ ਜਦੋਂ ਭਾਰਤ ਦੇ 23 ਸਾਲ ਤੱਕ ਦੇ ਜਿਹੜੇ ਲੋਕ ਨੇ 88% ਦੀ ਉਹਨਾਂ ਦੀ ਗਿਣਤੀ ਹੈ 88% ਦੀ ਨੌਜਵਾਨ ਘਰ ਤੋਂ ਘੱਟ ਵੀ ਗੇਮ ਜੇਕਰ ਖੇលਦੇ ਤਿੰਨ ਤੋਂ ਲੈ ਕੇ 4 ਘੰਟੇ ਜਾਂ 6 ਤੋਂ ਲੈ ਕੇ 7 ਘੰਟੇ ਸਮਾਂ ਉਹ ਔਨਲਾਈਨ ਗੇਮ ਤੇ ਬਤਾਉਂਦੇ ਐ ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਜਿਹੜੀ ਔਨਲਾਈਨ ਗੇਮ ਦਾ ਕਾਰੋਬਾਰ ਸੀਗਾ 10000 ਕਰੋੜ ਤੋਂ ਅੰਦਾਜ਼ਾ ਲੱਗਿਆ ਸੀਗਾ ਪਰ ਇਹ ਹੁਣ 50 ਹਜ਼ਾਰ ਕਰੋੜ ਦਾ ਪਾਰ ਕਰ ਚੁੱਕਿਆ ਹੈ bizness ਤੇ 46% ਦੀ ਗੇਮ ਖੇਡਣ ਵਾਲੇ ਬੱਚੇ ਇਸ ਕਰਕੇ ਗੇਮ ਖੇលਦੇ ਆ ਕਿ ਉਹਨਾਂ ਨੂੰ ਲੱਗਦਾ ਪਿਆ ਅਸੀਂ ਜਿੱਤ ਜਾਣਾ ਜਿੱਤ ਜਾਣਾ ਐਡਵੈਂਚਰ ਸਮਝਦੇ ਪਿਆ ਇਹਨੂੰ ਹੁਣ ਆਉਣ ਵਾਲੇ ਦਿਨਾਂ ਦੇ ਦੌਰਾਨ ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿੰਨਾ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ ਇਹ ਜਿਹੜਾ ਗੇਮ ਖੇਲਣਾ ਲਗਾਤਾਰ ਦੇਦੀ ਗਿਣਤੀ ਵੱਧਦੀ ਜਾਂਦੀ ਹੈ ਜਿੱਤੇ ਲਗਾਤਾਰ ਘੰਟੇ ਵਧੇ ਜਾਂਦੇ ਨੇ ਬੱਚਿਆਂ ਦਾ ਧਿਆਨ ਵੀ ਪੜ੍ਹਾਈ ਤੋਂ ਭਟਕਦਾ ਪਿਆ ਕਰੋਨਾ ਕਾਲ ਦੇ ਦੌਰਾਨ ਜਦੋਂ ਲਗਾਤਾਰ ਆਨਲਾਈਨ ਗੇਮਿੰਗ ਦਾ ਦਾਇਰਾ ਵੱਧ ਰਿਹਾ ਸੀ ਬੀਨਸ ਵੱਧ ਰਿਹਾ ਸੀ ਪੰਜਵੀਂ ਕਲਾਸ ਤੱਕ ਦੇ ਬੱਚੇ ਮੈਥੇਮੈਟਿਕਲ ਅਬਿਲਿਟੀ ਵਿੱਚ ਕਮਜ਼ੋਰ ਹੋ ਗਏ ਸ਼ਬਦ ਪੜ੍ਹਨ ਦੀ ਸਮੱਸਿਆ ਆਉਣ ਲੱਗੀ ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ ਦੇ ਵਿੱਚ ਇਹ ਖਬਰ ਸਾਹਮਣੇ ਆਈ ਸੀ ਕਿ ਉੱਥੇ ਵੀ ਵੱਡੀ ਗਿਣਤੀ ਵਿੱਚ ਬੱਚੇ ਜਿਹੜੇ ਨੇ ਲਿਖਣਾ ਭੁੱਲ ਚੁੱਕੇ ਨੇ ਸਾਡੇ ਵੀ ਇੱਥੇ ਖਬਰ ਆਈ ਸੀ ਪੰਜਵੀਂ ਤੱਕ ਦੇ ਬੱਚਿਆਂ ਦੀ ਲਿਖਾਈ ਵਿਗੜ ਚੁੱਕੀ ਹੈ ਕੈਲੀਗ੍ਰਾਫੀ ਖਰਾਬ ਹੋ ਚੁੱਕੀ ਹੈ ਸੁੰਦਰ ਲਿਖਣ ਦੀ ਕਲਾ ਉਹਨਾਂ ਦੀ ਇਹ ਕਿਉਂ ਹੋਇਆ ਕਿਉਂਕਿ ਕੰਮ ਸਾਰਾ ਕੁਝ ਆਨਲਾਈਨ ਹੋ ਗਿਆ ਸੀ ਉਦੋਂ ਦਾ ਪ੍ਰਭਾਵ ਪਿਆ 2023 ਤੱਕ ਵੀ ਨਹੀਂ ਖਤਮ ਹੋ ਰਿਹਾ ਅਜੇ ਤੱਕ ਇਹਦਾ ਮਤਲਬ ਹੈ ਲਗਾਤਾਰ ਬੱਚਿਆਂ ਦੇ ਮਾਨਸਿਕ ਤੇ ਜੋ ਪ੍ਰਭਾਵ ਪਿੰਦਾ ਪਿਆ ਇਹਨੂੰ ਰੋਕਣ ਦੀ ਜ਼ਰੂਰਤ ਹੈ ਵੱਡੇ ਪੱਧਰ ਤੇ ਖੋਜ ਦੱਸਦੀ ਹੈ ਮੰਨੇ ਚਾਹੇ ਕੋਈ ਨਾ ਮੰਨੇ ਬੱਚੇ ਇਹਨੂੰ ਐਡਵੈਂਚਰ ਸਮਝਦੇ ਪਏ ਹੈ ਬਹੁਤ ਸਾਰੇ ਮਾਪੇ ਵੀ ਸ਼ਿਕਾਰ ਹੋ ਰਹੇ ਨੇ ਤੁਸੀਂ ਆਮ ਤੌਰ ਤੇ ਘਰਾਂ ਵਿੱਚ ਦੇਖਿਓ ਅੱਜ ਇਹ ਬੱਚਾ ਸਿੱਖਦਾ ਕਿੱਥੋਂ ਹੈ ਕੁਝ ਕੁ ਪਰਿਵਾਰਾਂ ਵਿੱਚ ਹੁੰਦਾ ਕੀ ਹੈ ਆ ਬੱਚਾ ਚੁੱਪ ਨਹੀਂ ਕਰਦਾ ਰੋਂਦਾ ਜਿਹਨੂੰ ਕਾਰਟੂਨ ਲਗਾ ਦਿਓ ਇਹ ਚੁੱਪ ਨਹੀਂ ਕਰਦਾ ਇਹ ਰੋਟੀ ਨਹੀਂ ਖਾਂਦਾ ਇਹਨੂੰ ਫੋਨ ਦੇ ਦਿਓ ਫਿਰ ਕੀ ਹੁੰਦਾ ਕਿਸੇ ਵੇਲੇ ਤਾਂ ਇਹ ਵਾਸ਼ਰੂਮ ਵੀ ਨਹੀਂ ਜਾਂਦਾ ਇਹਨੂੰ ਫੋਨ ਦੇ ਦਿਓ ਜੀ ਇੱਥੋਂ ਤੱਕ ਤਾਂ ਬੱਚਿਆਂ ਦੀਆਂ ਆਤਾਂ ਵਿਗਾੜੀਆਂ ਹੋਈਆਂ ਨੇ ਵੱਡੀ ਗੱਲ ਇਹ ਵੀ ਹੈ ਕੰਮ ਕਰਨਾ ਜੀ ਰਸੋਈ ਦੇ ਵਿੱਚ ਰੋਟੀ ਬਣਾਉਣੀ ਹੈ ਬੱਚੇ ਰੋਂਦੇ ਪਏ ਕਹੀਏ ਕਿ ਫੋਨ ਫੜਾ ਦਿਓ ਜੀ ਇਹਨਾਂ ਨੂੰ ਕਾਰਟੂਨ ਲਗਾ ਕੇ ਚੁੱਪ ਕਰਕੇ ਬੈਠਾ ਰਹਿਣਾ ਕਈ ਮਾਪੇ ਇਸ ਗੱਲ ਦੇ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਉਹਨਾਂ ਦਾ ਬੱਚਾ ਟੱਚ ਸਕਰੀਨ ਚਲਾਉਣਾ ਸਿੱਖ ਗਿਆ ਜੀ ਆ ਦੇਖੋ ਕਿੰਨਾ ਸੋਹਣਾ ਟੱਚ ਕਰਦਾ ਆਪੇ ਫੋਨ ਦੇ ਵਿੱਚੋਂ ਗਾਣੇ ਕੱਢ ਲੈਂਦਾ ਆਪੇ ਵਿੱਚੋਂ ਵੀਡੀਓ ਚਲਾ ਲੈਂਦਾ ਇਹ ਮਾਨ ਵਾਲੀ ਗੱਲ ਨਹੀਂ ਇਹ ਬੱਚਿਆਂ ਨੂੰ ਤੁਸੀਂ ਗਲਤ ਰਸਤੇ ਤੇ ਪਾ ਰਹੇ ਹੋ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਆਨਲਾਈਨ ਗੇਮ ਖੇਲਣਾ ਕਿੰਨਾ ਕੁ ਸਰੀਰ ਲਈ ਖਤਰਨਾਕ ਹੋ ਚੁੱਕਿਆ ਇਹ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਲਗਾਤਾਰ ਲਗਾਤਾਰ ਉਹਨਾਂ ਦੇ ਕਾਰੋਬਾਰ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਪਰ ਨੁਕਸਾਨ ਬੱਚਿਆਂ ਦਾ ਹੋ ਰਿਹਾ ਹੈ ਅੱਜ ਇੱਥੇ ਤੱਕ ਵੀ ਕੁਝ ਲੋਕ ਪਹੁੰਚੇ ਨਹੀਂ ਜਿਹੜੇ ਕਹਿੰਦੇ ਸਾਡੇ ਬੱਚਿਆਂ ਦੀ ਦੂਰੀ ਸਾਡੇ ਤੋਂ ਵੱਧ ਚੁੱਕੀ ਹੈ ਮਾਪਿਆਂ ਦੀ ਬੱਚਿਆਂ ਦੀ ਦੂਰੀ ਵੱਧ ਚੁੱਕੀ ਹੈ ਐਸੇ ਕਰਕੇ ਹੈ ਘਰ ਦੇ ਵਿੱਚ ਤਿੰਨ ਜੀ ਹੋਣਗੇ ਚਾਰ ਮੋਬਾਈਲ ਹੋਣਗੇ ਤੇ ਚਾਰੇ ਆਪਣੇ ਆਪਣੇ ਖੁੰਜੇ ਦੇ ਵਿੱਚ ਬੈਠੇ ਹੋਣਗੇ ਕੋਈ ਬੈੱਡ ਦੇਸ ਖੁੰਜੇ ਤੇ ਹੁੰਦਾ ਕੋਈ ਉਸ ਖੁੰਜੇ ਤੇ ਹੁੰਦਾ ਹਾਲਾਤ ਥੋੜੇ ਜਿਹੇ ਬਦਲਣ ਦੀ ਜ਼ਰੂਰਤ ਹੈ ਇਹ ਆਪ ਇਹ ਸਾਰਾ ਕੁਝ ਬਦਲਣਾ ਨਹੀਂ ਤਾਂ ਔਖਾ ਹੋ ਜੂ ਅੱਗੇ ਵੱਧਦੇ ਹਾਂ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਕੱਲ ਵਾਪਰੇ ਉਸ ਹਾਸੇ ਦੀ ਜਿਹਨੂੰ ਲੈ ਕੇ ਸਾਰੇ ਪਾਸੇ ਚਰਚਾ ਚੱਲਦੀ ਪਈ ਹੈ ਦਰਅਸਲ ਮੁਖਸਰ ਤੋਂ ਕੋਟਕਪੂਰਾ ਰੋਡ ਤੇ ਇੱਕ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਬਸ ਅੰਮ੍ਰਿਤਸਰ ਜਾ ਰਹੀ ਸੀ ਉਸ ਬਸ ਦੇ ਵਿੱਚ ਕਿੰਨੀਆਂ ਸਵਾਰੀਆਂ ਸਵਾਰ ਸੀਗੀਆਂ ਹੈਰਾਨੀ ਦੀ ਗੱਲ ਹੈ ਕਿ 20 ਬਾਈ ਘੰਟੇ ਬਰਨ ਦੇ ਬਾਵਜੂਦ ਵੀ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਇਹ ਸਪਸ਼ਟ ਰੂਪ ਚ ਦੱਸ ਨਹੀਂ ਸਕਿਆ ਕੋਈ ਕਹਿੰਦਾ 60 ਕੋਈ ਕਹਿੰਦਾ ਜੀ ਸਵਾਰੀਆਂ 35 ਸੀਗੀਆਂ ਕੋਈ ਕਹਿੰਦਾ ਇਹਨੇ 40 ਸੀਗੀਆਂ ਕਿੰਨੀਆਂ ਸਵਾਰੀਆਂ ਸੀਗੀਆਂ ਸਾਨੂੰ ਨਹੀਂ ਪਤਾ ਅਸੀਂ ਇੰਤਜ਼ਾਰ ਫਿਰ ਕਰਾਂਗੇ ਪਰ ਉੱਥੇ ਹੀ ਹੁਣ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚੋਂ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਵਿੱਚ ਬੱਸ ਡਿੱਗਦੀ ਐ, ਰੇਲਿੰਗ ਟੁੱਟਦੀ ਐ। 8 ਲੋਕਾਂ ਦੀ ਮੌਤ ਹੋ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਐ। ਹੋ ਸਕਦਾ ਕਿਸੇ ਲਈ ਸਿਰਫ ਅਖਬਾਰ ਦੀ ਸੁਰਖੀ ਹੋਵੇ। ਅਖਬਾਰ ਦੇ ਵਿੱਚ ਲੱਗੀ ਹੋਈ ਖਬਰ ਨੂੰ ਪੜ੍ਹ ਕੇ ਕਿਸੇ ਨੇ ਪਾਸੇ ਕਰ ਦਿੱਤਾ ਪਰ ਇਹ ਹਾਸਾ ਪਹਿਲੀ ਵਾਰ ਨਹੀਂ ਹੋਇਆ। ਇਸੇ ਤਰ੍ਹਾਂ ਦਾ ਬਿਲਕੁਲ ਇਹੀ ਜਗ੍ਹਾ ਤੇ ਇੱਕ ਹਾਸਾ 1991 ਦੇ ਵਿੱਚ ਹੋਇਆ ਸੀ। ਉਸ ਵੇਲੇ 80 ਲੋਕਾਂ ਦੀ ਮੌਤ ਹੋ ਗਈ। ਜਗ੍ਹਾ ਵੀ ਉਹੀ ਸੀਗੀ। ਮੈਂ ਖਬਰਾਂ ਦੇਖ ਰਿਹਾ ਸੀਗਾ ਖਬਰਾਂ ਦੇ ਵਿੱਚ ਕੀ ਨਿਕਲ ਕੇ ਗੱਲ ਸਾਹਮਣੇ ਆਈ ਉਹ ਕਹਿੰਦੇ ਜੀ ਬੱਸ ਆ ਰਹੀ ਸੀਗੀ ਪਿੱਛੇ ਅੱਗੇ ਗੱਡੀ ਸੀਗੀ ਗੱਡੀ ਮੀਂਹ ਪੈ ਰਿਹਾ ਸੀਗਾ ਗੱਡੀ ਨੇ ਅਚਾਨਕ ਸਪੀਡ ਦਬ ਦਿੱਤੀ ਤੇ ਉੱਥੇ ਜਿਹੜੀ ਸੜਕ ਹੈ ਉਹ ਆਲੇ ਦੁਆਲੇ ਉਹ ਸੜਕ ਪਹਿਲਾਂ ਚੌੜੀ ਹੁੰਦੀ ਹੈ ਜਿੱਥੇ ਇੱਕ ਪੁਲੀ ਹੈ ਉੱਥੇ ਆ ਕੇ ਸੜਕ ਭੀੜੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਇਹ ਹਾਸਾ ਵਾਪਰ ਗਿਆ ਹੁਣ ਇਹਦੇ ਵਿੱਚ ਕੀ ਲੌਜਿਕ ਸੀਗਾ ਕੀ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਤੇ ਪਰ ਇੱਕ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਹਿੰਦੇ ਰਫ਼ਤਾਰ ਤੇ ਸੀਗੀ ਬਸ ਦੇ ਵਿੱਚੋਂ ਹੀ ਕੁਝ ਕੁ ਸਵਾਰੀਆਂ ਨੇ ਬਾਰ-ਬਾਰ ਕਿਹਾ ਕਿ ਤੁਸੀਂ ਬੱਸ ਹੌਲੀ ਚਲਾਓ ਰਫ਼ਤਾਰ ਕਹਿੰਦੇ ਵਾਕਈ ਤੇਜ਼ ਸੀਗੀ ਹੁਣ ਸੀਗੀ ਕਿ ਨਹੀਂ ਇਸ ਨੂੰ ਲੈ ਕੇ ਜਿਸ ਸਾਹਨ ਕੰਪਨੀ ਦੇ ਮਾਲਕ ਬੱਸ ਕੰਪਨੀ ਦੇ ਮਾਲਕ ਉਹ ਤਾਂ ਗੱਲ ਹੀ ਕੁਝ ਹੋਰ ਕਹਿ ਰਹੇ ਸੀ ਉਹ ਵੀ ਸੁਣਾਂਗੇ ਪਰ ਉਹ ਤੋਂ ਪਹਿਲਾਂ ਜਿਹੜੇ ਉੱਥੇ ਮੌਜੂਦ ਸਮੇਂ ਹਾਸਾ ਜਦੋਂ ਹੁੰਦਾ ਉੱਥੇ ਲੋਕ ਮੌਜੂਦ ਸੀਗੇ ਜਿਨ੍ਹਾਂ ਨੇ ਬਾਹਰ ਜ਼ਖਮੀ ਲੋਕਾਂ ਨੂੰ ਬਾਹਰ ਕੀ ਕੱਢਿਆ ਉਹਨਾਂ ਨੇ ਕੀ ਕਿਹਾ ਇੱਕ ਨਜ਼ਰ ਪਹਿਲਾਂ ਉਧਰ ਮਰਦੇ ਆ ਕੱਲ ਜਦੋਂ ਇੱਥੇ ਹਾਦਸਾ ਹੁੰਦਾ ਬੱਸ ਆਉਂਦੀ ਆ ਤਾਂ ਉਹ ਕੀ ਹਾਲਾਤ ਕੀ ਸੀ ਇਹ ਹੋਇਆ ਕਿਵੇਂ ਹਾਲਾਤ ਇਹ ਆ ਜੀ بارش ਪੈ ਰਹੀ ਸੀ ਕੋੜ ਕਪੂਰੇਆਂ ਨੂੰ ਕਾਰ ਆਉਂਦੀ ਸੀ ਮੁਕਸਰਾ ਨੂੰ ਇਹ ਗੱਡੀ ਜਾਂਦੀ ਸੀ ਇੱਥੇ ਪਤਾ ਨਹੀਂ ਅਚਾਨਕ ਹੀ ਕਿਵੇਂ ਘੱਟ ਵੱਜਾ ਬੱਸ ਅੱਧੀ ਨਹਿਰ ਚ ਲਟਕ ਗਈ ਤੇ ਅੱਧੀ ਬਾਹਰ ਆ ਗਈ ਪਾਣੀ ਚ ਵੜ ਗਈ ਅੱਧੀ ਬੱਸ ਅੱਛਾ ਜਿਹੜਾ ਮੂਹਲਾ ਹਿੱਸਾ ਸੀ ਬੱਸ ਹਾਂ ਮੂਹਲਾ ਹਿੱਸਾ ਜਿਹੜਾ ਵੀ ਉਹ ਪਾਣੀ ਚ ਵੜ ਗਿਆ ਅਸੀਂ ਨਾ ਕੋਈ ਬੰਦਾ ਨਹੀਂ ਸੀ ਇੱਥੇ ਅਸੀਂ ਉੱਠੇ ਇਟਾਂ ਇਟਾਂ ਚੁਕੀਆਂ ਤੇ ਛੀਸ਼ੇ ਪੰਨੇ ਮੁੰਡਾ ਚੜ ਗਿਆ ਬਸਦੇ ਉੱਤੇ ਅੱਛਾ ਇਟਾਂ ਨਾਲ ਛੀਸ਼ੇ ਪੰਨ ਕੇ 12 ਵਜ ਦੀ ਅਸੀਂ ਬੰਦੇ ਖਿੱਚੇ 20 22 ਹੂੰ 20 22 ਬੰਦੇ ਅੰਦਰ ਵੀ ਅਸੀਂ ਇਟਾਂ ਫੜਾਈਆਂ ਮੁੰਡੇ ਨੌਜਵਾਨ ਸੀ ਵੀ ਤੁਸੀਂ ਅੰਦਰੋਂ ਛੀਸ਼ੇ ਪੰਨਦਿਓ ਹੂੰ ਕੁਝ ਬੰਦਿਆਂ ਨੇ ਅੰਦਰੋਂ ਛੀਸ਼ੇ ਪੰਨੇ ਕੁਝ ਅਸੀਂ ਬਾਹਰੋਂ ਛੀਸ਼ੇ ਪੰਨੇ 20 22 ਜਾਨਾਂ ਤਾਂ ਅਸੀਂ ਲਈਆਂ ਬਚਾ ਬਾਕੀ ਹੋ ਸਕਦਾ ਪਤਾ ਨਹੀਂ 4 ਤਾਂ ਲਾਛਾਂ ਵੀ ਮਿਲ ਗਈਆਂ ਹੂੰ ਲਾਛ ਕਿੱਥੇ ਇੱਥੇ ਮਿੰਟ ਡੈਡ ਵੱਡੀ ਬਾਸੋ ਜਾ ਕੇ ਅੱਗੇ 25 30 ਕਦਮ ਤੇ ਹੂੰ 25 30 ਕਦਮ ਤੇ ਅੱਗੇ ਜਾ ਕੇ ਜਾਣਾ ਮਿਲਗਾ ਲਾਚਾ ਮਿਲਗਾ ਦੁਨੀਆਂ ਚ 200 ਸੈਕਦੀਆਂ ਸੀ ਤੇ ਦੋ ਖਤਮੀਆਂ ਹੋ ਗਈਆਂ ਸੀ ਇਹ ਕਿੰਨੇ ਕ ਵਿੱਚ ਉਸ ਟਾਈਮ ਬੱਸ ਦੇ ਵਿੱਚ ਗੱਲੀ ਪੈਸੈਂਜਰ ਕਿੰਨੇ ਸੀਗੇ ਪਾਸ ਸਾਨੂੰ ਦਾ ਯਾਰ ਜਿਹੜਾ ਬੰਦਾ ਇੱਕ ਜੈਥੋ ਤੋਂ ਨਿਕਲਿਆ ਸੀ ਉਹਨੂੰ ਬਾਹਰ ਬਿਠਾਇਆ ਉਹਨੂੰ ਹੋਸ਼ ਹੁਸ਼ ਆਇਆ ਤੇ ਉਹਨੂੰ ਪੁੱਛਿਆ ਅਸੀਂ ਵੀ ਕਿੰਨੇ ਕ ਬੰਦੇ ਸੀ ਗੱਡੀ ਚ ਤੇ ਉਹ ਸਾਨੂੰ ਕਹਿਣ ਲੱਗਿਆ ਵੀ 30 35 ਬੰਦੇ ਸੀ ਤੇ 30 35 ਜੋ ਸਮਿਲੋ ਤੁਸੀਂ ਵੀ 5-4 ਲਾਚਾਂ ਮਿਲ ਗਈਆਂ ਨੇ ਤੇ 22 ਤੇ ਹੀ ਕੱਢ ਦਿੱਤੇ ਆ ਇਹੋ ਜਿਹਾ ਲੱਛਣੀਆਂ ਜੀ ਬੱਚੇ ਬੱਚੇ ਤੇ ਲੇਡੀ ਵੀ ਸੀਗੇ ਬੱਚਾ ਕੋਈ ਨਹੀਂ ਦਿਸਿਆ ਲੇਡੀਜ਼ ਆਏ ਸੀ ਲੇਡੀਜ਼ ਪੰਜ ਹੀ ਕੱਢੀਆਂ ਨੇ ਤੇ ਬੱਚਾ ਕੋਈ ਨਹੀਂ ਨਿਕਲਿਆ ਜਦੋਂ ਬੱਸ ਵਿੱਚ ਡਿੱਗੀ ਆ ਤਾਂ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਦੇ ਰੁੜਨ ਦਾ ਵੀ ਕਿਤੇ ਨਾ ਕਿਤੇ ਖਤਰਾ ਹੈ ਕਿਉਂਕਿ ਜਿਹੜੀ ਬੱਸ ਤਾਂ ਮੂੰਹ ਪਾਣੀ ਦੇ ਵਿੱਚ ਚਲਾ ਗਿਆ ਸੀ ਤਾਂ ਸਾਰੀਆਂ ਸਵਾਰੀਆਂ ਅੱਗੇ ਸਾਨੂੰ ਵੀ ਖਤਰਾ ਸੀ ਸਾਨੂੰ ਵੀ ਖਤਰਾ ਸੀ ਜਿਹੜੇ ਅਸੀਂ ਸ਼ੀਸ਼ੇ ਪੰਨੀ ਜਾਂਦੇ ਸੀ ਬੱਸ ਤੇ ਛੜ ਕੇ ਅੱਛਾ ਹਾਂ ਸਾਨੂੰ ਵੀ ਖਤਰਾ ਸੀ ਅਸੀਂ ਵੀ ਆਪ ਦਾ ਬੇਪਰਵਾਹ ਹੋ ਕੇ ਗਏ ਵੀ ਕੋਈ ਗੱਲ ਨਹੀਂ ਯਾਰ ਬੰਦੇ ਤਾਂ ਡਿੱਗੇ ਕਾਰ ਗੱਡੀ ਵਾਲਾ ਕੋਈ ਨਹੀਂ ਰੁਕਿਆ ਇਧਰੋਂ ਆਇਆ ਇਹਨੂੰ ਭਜਾਈ ਲ ਜਾਵੇ ਉਧਰ ਵਾਲੇ ਆਏ ਇਹਨੂੰ ਭਜਾਈ ਲ ਜਾਣ ਮੈਂ ਵਿਚਾਲੇ ਖੜ ਗਿਆ ਇੱਥੇ ਸੜਕ ਤੇ ਐ ਸਾਫਾ ਕਰ ਖਲਾਰ ਕੇ ਹੂੰ ਇਹਾਂ ਚੋ ਬਚਾ ਲੋ ਹਾਂ ਭਈ ਮੈਂ ਕਿਹਾ ਯਾਰ ਬਸ ਨਹਿਰ ਚ ਡਿੱਗੀ ਪਈ ਐ ਮਤ ਕਰੋ ਯਾਰ ਕਢੋ ਫੇਰ ਕੱਟ ਹੋ ਗਿਆ ਹੂੰ ਫੇਰ ਕੱਟ ਹੋ ਗਿਆ ਫੇਰ ਰਲ ਮਿਲ ਕੇ ਬਥੇਰੇ ਦੇ ਰਸਤੇ ਪਾਪ ਅੱਗੇ ਪੱਗਾਂ ਲਾ ਲਾ ਕੇ ਤੁਸੀਂ ਆ ਪਰਨੇ ਆ ਪੱਗਾਂ ਨਾਲ ਹੀ ਪੱਗਾਂ ਨਾਲ ਹੀ ਅਸੀਂ ਬੰਦੇ ਬਚਾਏ ਆ ਤੇ ਸਾਫਿਆਂ ਨਾਲ ਵੀ ਖਿੱਚ ਖਿੱਚ ਕੇ ਬਾਹਰ ਕੱਢ ਕੱਢ ਕੇ ਬਚਾਏ ਆ ਹੂੰ ਉਦੋਂ 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 ਕਹੇ ਜੇ ਹਾਲਾਤ ਸੀ ਜਦੋਂ ਇਹ ਡਿੱਗੀ ਆ ਉਦੋਂ ਤਾਂ ਬਹੁਤ ਮਾੜੇ ਹਾਲਾਤ ਹੋਣੇ ਬਹੁਤ ਮਾੜੇ ਹਾਲਾਤ ਸੀ ਅੰਦਰ ਚੀਕ ਚੰਗਿਆੜਾ ਪਿਆ ਸੀ ਮਰ ਗਏ ਔ ਲੁੱਟੇ ਗਏ ਔ ਕੱਢ ਲੋ ਏ ਬਚਾ ਲੋ ਏ ਤੇ ਬੰਦਾ ਹੈ ਨਹੀਂ ਸੀ ਬੰਦੇ ਅਸੀਂ ਤਿੰਨ ਹੀ ਸੀ ਅੱਛਾ ਤਿੰਨ ਬੰਦੇ ਹੀ ਰਹਿ ਗਏ ਸੀ ਤਿੰਨ ਬੰਦੇ ਹੀ ਰਹਿ ਗਏ ਸੀ ਤਾਂ ਜਦੋਂ ਸ਼ੁਰੂ ਹੀ ਤਿੰਨ ਬੰਦਿਆਂ ਨੇ ਕੀਤੀ ਆ ਅਸੀਂ ਫਿਰ ਲਾਲਾ ਲਾਲਾ ਹੋਈ ਫਿਰ ਬੰਮਾ ਬੰਦੇ ਬੁੰਦੇ ਰੋਕੇ ਕਾਫੀ ਆ ਗਏ ਫਿਰ ਬੰਦੇ ਦੋ ਕੁ ਮੁੰਡੇ ਅਸੀਂ ਕੱਢ ਲੇ ਤਗੜੇ ਨਿਕਲਾ ਆ ਆਪ ਹੀ ਪੰਜ ਛੇ ਉਹ ਨਿਕਲਾ ਏ ਪੰਜ ਛੇ ਅਸੀਂ ਹੋ ਗਏ ਫਿਰ ਲਾਲਾ ਲਾਲਾ ਕਰਕੇ ਕ ਹੋ ਸਕਦਾ ਹੈ ਕੀ ਪਤਾ ਆਪਾਂ ਨੂੰ ਵੀ ਆਪਾਂ ਕਹੀਏ ਆਪਾਂ ਤਾਂ ਸੁਣੀ ਹੋ ਜਿਹੜਾ ਵਿੱਚੋਂ ਨਿਕਲਿਆ ਆਪਾਂ ਤਾਂ ਉਹਦੀ ਗੱਲ ਸੁਣਦੇ ਆਂ ਵੀ 30 35 ਸੀ ਆਪਾਂ ਨੂੰ ਹੁਣ ਪੱਕਾ ਤਾਂ ਹੈ ਨਹੀਂ 30 35 ਸੀ ਬਜਾ ਤੇ 40 45 ਵੀ ਹੋ ਸਕਦੇ ਨੇ ਕਿੰਨੀ ਇੱਕ ਮੁਸ਼ਕਿਲਾਂ ਸੀ ਭਾਈ ਜਦੋਂ ਤੁਸੀਂ ਬੰਦੇ ਕੱਢ ਰਹੇ ਸੀ ਪੁੱਛਣ ਵਾਲੀ ਗੱਲ ਨਹੀਂ ਜਣੇ ਦੀ ਐਸ ਤਰ੍ਹਾਂ ਨਾ ਕਿਸੇ ਦੀ ਵੀ ਜਾਨ ਬਚਾਉਣੀ ਬਹੁਤ ਔਖੀ ਹੈ ਠੀਕ ਜਿਹਾ ਕਿਹੜਾ ਮੱਚ ਗਿਆ ਚਾਰੇ ਪਾਸੇ ਬਹੁਤ ਪਾਸੇ ਚੰਗੇ ਆੜਾ ਮੱਜਾ ਛਾੜੀ ਗੱਲ ਬਹੁਤ ਜਣੇ ਦੀ ਇਹ ਭੇੜੀ ਗੱਲ ਹੋਈ ਹੈ ਹਾਸਾ ਬਹੁਤ ਗੰਦਾ ਹੋਇਆ ਐਡਾ ਹੋਣਾ ਨਹੀਂ ਚਾਹੀਦਾ ਕਹਿੰਦੇ ਕਹਿੰਦੇ ਲੋਕਾਂ ਦੀਆਂ ਅੱਖਾਂ ਦੇ ਮੂਰੇ ਨੇਰਾ ਆ ਗਿਆ ਜਦੋਂ ਦੇਖਿਆ ਵੀ ਆਹ ਕੀ ਹੋ ਗਿਆ ਬਿਲਕੁਲ ਬਿਲਕੁਲ ਸਾਡੀਆਂ ਨੇ ਆਣਾ ਹੀ ਸੀ ਅਸੀਂ ਤਾਂ ਬਿਲਕੁਲ ਹੀ ਸਾਹਮਣੇ ਸੀ ਯਾਰ ਅਸੀਂ ਤਾਂ ਹੁਣ ਇੱਥੇ ਦੁਕਾਨ ਤੇ ਬੈਠੇ ਸਾਡੇ ਤਾਂ ਸਾਹਮਣੇ ਡਿੱਗੀ ਜਾਂਦੀ ਆ ਬਿਲਕੁਲ ਸਾਡੇ ਸਾਹਮਣੇ ਡਿੱਗੀ ਆ ਯਾਰ ਘਾੜ ਤਾ ਪੁਲ ਚਾਹੀਦਾ ਅੱਛਾ ਹਾਂ ਇਹ ਟੂਲਸ ਆਲੇ ਹੁਣ ਚਾਹੀਦਾ ਯਾਰ ਮਿਟੀਰ ਰੁਪਿਆ ਇਹਦੇ ਪੁਲ ਕਿਉਂ ਨਹੀਂ ਬਣਾਉਂਦੇ ਬੱਸਾਂ ਦਾ 2 ਕਰੋੜ ਹੁੰਦੀਆਂ ਨਹੀਂ ਇਤੋਂ ਬੱਸਾਂ ਕਰੋੜ ਸੌਣ ਤੇ ਨਾ ਇਹੋ ਜਿਹੇ ਹੱਥੇ ਹੋਣ ਲੱਗਦਾ ਪੁਲ ਪੁਲ ਵੱਡਾ ਕਰਨ ਨੂੰ ਸਹੀ ਹੋਵੇ ਹਾਂ ਪੁਲ ਵੱਡਾ ਹੋਵੇ ਤਾਂ ਯਾਰ ਨਾ ਕੋਈ ਬੱਸ ਡਿੱ ਇਹ ਪਹਿਲਾਂ ਵੀ ਇੱਥੇ ਹਾਸੇ ਹੁੰਦੇ ਇੱਥੇ ਇਸ ਜਗ੍ਹਾ ਤੇ ਬਥੇਰੀਆਂ ਹੀ ਹਾਸੇ ਹੋਏ ਆ ਛੋਟੇ ਛੋਟੇ ਹੁੰਦੇ ਐ ਇੰਡਾ ਤਗੜਾ ਹਾਸਾ ਨਹੀਂ ਹੁੰਦਾਗਾ ਛੋਟੇ ਛੋਟੇ ਹੁੰਦੇ ਰਹਿੰਦੇ ਐ ਇੰਡਾ ਤਗੜਾ ਹਾਸਾ ਤਾਂ 93 ਚ ਹੋਇਆ 93 ਤੋਂ ਬਾਅਦ ਹੁਣ ਹੋਇਆ ਇੰਡਾ ਤਗੜਾ ਹਾਸਾ ਪਹਿਲਾਂ ਛੋਟੇ ਛੋਟੇ ਹਾਸੇ ਤਾਂ ਹੁੰਦੇ ਹੀ ਰਹਿੰਦੇ ਆ ਹੁਣ ਕੱਲ ਦੀ ਬੱਸ ਡਿੱਗੀ ਐ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇੱਥੇ ਕੋਈ ਲਿਆ ਸਾਰਾ ਸਿਸਟਮ ਕੀਤਾ ਸੈੱਟ ਕਾਦਾ ਯਾਰ ਸਿਸਟਮ ਸਾਨੂੰ ਤਾਂ ਕੋਈ ਪਤਾ ਨਹੀਂ ਵੀ ਕੀ ਸਿਸਟਮ ਕੀਤਾ ਇਹਨਾਂ ਨੇ ਮੈਂ ਤਾਂ ਕਹਿਣਾ ਉਲਟਾ ਪਬਲਿਕ ਨੂੰ ਰੋਕਿਆ ਇਹਨਾਂ ਨੇ ਵੜਨ ਤੇ ਕਾਨੂੰ ਕੰਮ ਹੁੰਦਾ ਇਹ ਕੋਈ ਨਾ ਕੋਈ ਤਾਂ ਤਾਜ਼ੇ ਹੀ ਨਾਲ ਦੀ ਨਾਲ ਕੱਢਦੇ ਜਿਉਂਦਿਆਂ ਨੂੰ ਯਾਰ ਬਿਲਕੁਲ ਉਹ 4 ਲਾਛਾ ਮਿਲ ਗਈਆਂ ਉੱਥੋਂ ਜਾ ਕੇ ਤੇ ਇੱਥੋਂ ਨਹੀਂ ਸੀ ਮਿਲ ਸਕਦੀਆਂ ਸਾਡੇ ਮੁੰਡੇ ਸਾਰੇ ਯਾਰ ਜਾਣਦੇ ਨੇ ਸਾਡੀਆਂ ਸਹਰਾਂ ਨਾਲਾਂ ਦੇ ਸਾਰੇ ਮੁੰਡੇ ਤਾਰੂਨ ਹੈ 10-10 ਸਾਲ ਦੇ ਸਾਡੇ ਬੱਚੇ ਖੇਡਦੇ ਨੇ ਅਸੀਂ ਬਹੁਤ ਬੰਦੇ ਕੱਢਦੇ ਆ ਇੱਥੋਂ ਅੱਛਾ ਹਾਂ ਆ ਬੰਦੇ ਨੇ 5-6 ਬੰਦੇ ਕੱਢੇ ਆ ਅੱਛਾ ਕਿੰਨੇ ਨਹੀਂ ਤੇ ਉਹ ਕੱਲ ਕਿੰਨੇ ਕ ਬੰਦੇ ਕੱਢੇ ਫਿਰ ਵੀ ਬੱਸ 20-22 ਬੰਦੇ ਕੱਢਦੇ ਸੀ 20-22 ਬੰਦੇ ਸੀਗੇ ਇਫਿਰ ਕੱਡੇ ਕਾਦੇ ਨਾਲ ਤੁਸੀਂ ਤੁਹਾਡੇ ਕੋਲੇ ਕੀ ਪੱਗਾਂ ਸੀਗੀਆਂ ਮੂਕੇ ਸੀਗੇ ਹੋਰ ਕੋਈ ਸਾਡੇ ਕੋਲੇ ਰਸੇ ਦਾ ਵੀ ਹੈ ਨਹੀਂ ਸੀ ਸਾਡੇ ਕੋਲੇ ਰੱਤਿਆਂ ਦੇ ਮਗਰੋਂ ਪ੍ਰਬੰਧ ਹੈ ਜਦੋਂ ਦਸਵੇਂ ਰੋੜਦੀ ਜਾ ਰਹੀ ਸੀ ਅੰਦਰ ਕਹਿੰਦੇ ਗਾਹ ਜਦੋਂ ਨਹੀਂ ਨਹੀਂ ਇੰਗਲੈਂਡ 'ਚ ਫਸੀ ਸੀ ਇੰਗਲੈਂਡ 'ਚ ਫਸੀ ਹੈਗੀ ਆ ਤਾਰ ਹੈਗੀ ਆ ਤਾਰ ਦੇ ਵਿੱਚ ਫਸ ਗਈ ਅੱਗੇ ਇੱਕ ਬੁਰਜੀ ਆ ਬੁਰਜੀ ਦੇ ਵਿੱਚ ਨਾਲ ਉਹਦਾ ਮੂੰਹ ਲੱਗ ਗਿਆ ਅੱਛਾ ਉਦੋਂ ਉਦੋਂ ਪਾਣੀ 'ਚ ਡੁੱਬੀ ਵੀ ਸੀ ਦੀ ਵਾਰ ਹਾਂਜੀ ਹਾਂ ਅਗਲਾ ਪਾਸਾ ਸਾਰਾ ਡੁੱਬਿਆ ਦੋ ਸੀਟਾਂ ਤੈਨੀਆਂ ਹੀ ਬਾਹਰ ਨਿਕੀਆਂ ਦੂਜੀਆਂ ਸਾਰੀ ਪਾਣੀ ਦੇ ਵਿੱਚ ਅੱਛਾ ਹਾਂ ਅੱਧੀ ਤੋਂ ਜ਼ਿਆਦਾ ਬੱਸ ਅਸੀਂ ਕਹਿ ਸਕਦੇ ਹਾਂ ਸਹਾਦੇ ਤਿੰਨ ਹੀ ਸੀਟਾਂ ਨੰਗੀਆਂ ਸੀ ਕਹਿ ਕੀ ਸਕਦੇ ਹਾਂ ਹੈ ਹੀ ਸੀ ਅੱਛਾ ਹੈ ਹੀ ਸੀ ਤਿੰਨ ਸੀਟਾਂ ਹੀ ਨੰਗੀਆਂ ਸੀ ਬਾਕੀ ਸਾਰੀ ਬੱਸ ਡੁੱਬੀ ਹੋਈ ਸੀ ਸਾਰੀ ਬੱਸ ਡੁੱਬੀ ਹਾਂ ਡੁੱਬੀ ਹੋਈ ਚੋਂ ਵੀ ਫਿਰ ਵੀ ਬੰਦੇ ਨਿਕਲੇ ਆ ਅੱਛਾ ਫਿਰ ਪਿੱਛੋਂ ਪਿਛਲੀ ਤਾਕੀ ਤੋੜ ਕੇ ਕੱਢੇ ਹਾਂ 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 ਪਿਛਲੀ ਤਾਕੀ ਤੋੜ ਕੇ ਦੇਖਦੇ ਸੀ ਨਾ ਉਨੀ ਫਿਰ ਪੰਨੀ ਪੰਨ ਕਿਤੇ ਦਵਾ ਦੋ ਕੱਢੀ ਸਵਾਰੀਆਂ ਉਸ ਵੇਲੇ ਮੌਜੂਦ ਉੱਥੇ ਲੋਕਾਂ ਨੇ ਦੱਸਿਆ ਕੀ ਕੀ ਹੋਇਆ ਪਰ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਇਸ ਤਰ੍ਹਾਂ ਦੀਆਂ ਜਿੱਥੇ ਅਜੇ ਵੀ ਪੁਲੀਆਂ ਚੌੜੀਆਂ ਨਹੀਂ ਗਈਆਂ ਅੱਜ ਤੋਂ ਇੱਕ ਮਹੀਨਾ ਪਹਿਲਾਂ ਪ੍ਰਾਈਮੇਸ਼ੀਆ ਟੀਵੀ ਦੇ ਪੱਤਰਕਾਰ ਨੇ ਗਵਿੰਦਰ ਜੰਗੀਆਂ ਉਹਨਾਂ ਨੇ ਵੀ ਏਸੀ ਇਲਾਕੇ ਦੇ ਵਿੱਚ ਇੱਕ ਰਿਪੋਰਟ ਕੀਤੀ ਸੀ ਕਿ ਕੁਝ ਕੁ ਥਾਵਾਂ ਤੇ ਰੇਲਿੰਗ ਟੁੱਟਣ ਵਾਲੀ ਆ ਤੇ ਸੜਕਾਂ ਕਮਜ਼ੋਰ ਨੇ ਪੁਲੀਆਂ ਕਮਜ਼ੋਰ ਨੇ ਕਿਸੇ ਵੇਲੇ ਵੀ ਕੋਈ ਹਾਸਾ ਵਾਪਰ ਸਕਦਾ ਹੈ ਤੇ ਅੱਜ ਉਹ ਹਾਸਾ ਵਾਪਰਿਆ 30 35 ਕਿਲੋਮੀਟਰ ਦਾ ਫਰਕ ਹੈ ਇਲਾਕੇ ਦਾ ਪਰ ਉਧਰਲੇ ਪਾਸੇ ਕੀ ਸੱਚਮੁੱਚ ਹੀ ਰੇਲਿੰਗ ਬੜੀ ਕਮਜ਼ੋਰ ਹੈ ਸੜਕਾਂ ਦੇ ਪੁਲੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਮੁਰੰਮਤ ਦਾ ਕੰਮ ਅਜੇ ਤੱਕ ਨਹੀਂ ਹੋਇਆ ਜੇਕਰ ਨਹੀਂਗਾ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਜਿਹੜੀ ਗੱਲ ਨਹੀਂ ਓਵਰ ਸਪੀਡ ਦੀ ਬੱਸਾਂ ਦੇ ਵਿੱਚ ਆਮ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਬਹੁਤ ਸਾਰੀਆਂ ਬੱਸਾਂ ਸਮੇਂ ਤੇ ਆਪਣੇ ਸਵਾਰੀਆਂ ਚੱਕ ਕੇ ਅੱਗੇ ਪਹੁੰਚਣਾ ਚਾਹੁੰਦੀਆਂ ਨੇ ਟਾਈਮ ਚੱਕਣਾ ਹੁੰਦਾ ਤੇ ਉਸ ਕਾਰਨ ਦੇ ਕਰਕੇ ਮੀਂਹ ਪੈਂਦਾ ਸੀਗਾ ਹੌਲੀ ਬੱਸ ਪਹਿਲਾਂ ਚੱਲਦੀ ਹੋਣੀ ਹੈ ਕਹਿੰਦੇ ਆ ਪਿੱਛੋਂ ਕਿ ਕੰਡਕਟਰ ਨੇ ਕਿਹਾ ਕਿ ਸਮਾਂ ਹੋਣ ਵਾਲਾ ਜਲਦੀ ਜਲਦੀ ਬੱਸ ਖਿੱਚ ਬਾਈ ਜੇਕਰ ਇਹ ਗੱਲ ਸਹੀ ਹੈ ਆਮ ਤੌਰ ਤੇ ਵੀ ਹੁੰਦਾ ਸੀਟੀਆਂ ਤੇ ਸੀਟੀਆਂ ਵੱਜਦੀਆਂ ਰਹਿੰਦੀਆਂ ਨੇ ਰਫ਼ਤਾਰ ਤੇਜ਼ ਹੁੰਦੀ ਰਹਿੰਦੀ ਹੈ ਰਾਤ ਦਿਨ ਹੀ ਦੇਖਿਆ ਜਾਂਦਾ ਕਿਉਂਕਿ ਸਵਾਰੀਆਂ ਅੱਡੇ ਤੋਂ ਚੱਕਣੀਆਂ ਹੁੰਦੀਆਂ ਨੇ ਬੱਸਾਂ ਦੀਆਂ ਰੇਸਾਂ ਲੱਗੀਆਂ ਹੁੰਦੀਆਂ ਨੇ ਬੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਇੱਕ ਧਿਆਨ ਦੇਣ ਦੀ ਇੱਧਰ ਵੀ ਜ਼ਰੂਰਤ ਹੈ ਸਖਤੀ ਕਰਨ ਦੀ ਜ਼ਰੂਰਤ ਹੈ ਦੂਸਰੇ ਪਾਸੇ ਕੋਸ਼ਿਸ਼ ਕਰ ਸਰਕਾਰੀ ਬੱਸਾਂ ਨੂੰ ਲੈ ਕੇ ਖਬਰ ਆ ਜਾਂਦੀ ਹੈ ਕਹਿੰਦੇ ਜੀ ਪਿਛਲੇ ਪਾਸੇ ਰੋਕ ਦਿੰਦੇ ਐ ਕੋਈ ਇਹ ਵੀ ਕਹਿੰਦਾ ਕਿ ਕੰਡੈਕਟਰ ਤਾਂ ਡਰਾਈਵਰ ਆਪ ਹੀ ਸੈਟਿੰਗ ਕਰ ਲੈਂਦੇ ਨੇ ਨਿੱਜੀ ਬੱਸਾਂ ਵਾਲਿਆਂ ਨਾਲ ਗੋਲਜਿਆ ਕਰਕੇ ਕਾਗਜ਼ ਆ ਫੜਾਉਂਦੇ ਉਹਨਾਂ ਨੂੰ ਤੂੰ ਕਹਿੰਦੇ ਗੀੜਾ ਕੀ ਚੱਕਣਾ ਤੈਨੂੰ ਤਾਂ ਮਿਲਦਾ ਹੀ ਰਹਿਣਾ ਜੋ ਮਿਲਦਾ ਤੂੰ ਅੱਗੇ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਰੋਲਾ ਸਮੇ ਸਮੇਤੇ ਪੈਂਦਾ ਰਹਿੰਦਾ ਦੂਸਰੇ ਪਾਸੇ ਜਦੋਂ ਇਹ ਘਟਨਾ ਵਾਪਰਦੀ ਹੈ ਇਸ ਮੌਕੇ ਤੇ ਬੱਸ ਮਾਲਕ ਦਾ ਕੀ ਕਹਿਣਾ ਆਓ ਨਜ਼ਰ ਮਾਰਦੇ ਹਾਂ ਡਰਾਈਵਰ ਤੇ ਕਨੈਕਟਰ ਬਿਲਕੁਲ ਠੀਕ ਆ ਜੀ ਸੱਟਾਂ ਡਰਾਈਵਰ ਦੇ ਵੀ ਵੱਜੀਆਂ ਸੀ ਕਾਫੀ ਸੱਟਾਂ ਕਨੈਕਟਰ ਦੇ ਵੀ ਵੱਜੀਆਂ ਸੀ ਪਰ ਠੀਕ ਸੀ ਉਹਨਾਂ ਦੋਨਾਂ ਨੂੰ ਅਸੀਂ ਥੋੜੀ ਬਹੁਤੀ ਟ੍ਰੀਟਮੈਂਟ ਉਹਨਾਂ ਦੀ ਕਰਾ ਕੇ ਹਸਪੀਟਲ ਦੇ ਵਿੱਚੋਂ ਪੁਲਿਸ ਸਟੇਸ਼ਨ ਦੇ ਵਿੱਚੋਂ ਉਹਨਾਂ ਨੂੰ ਪੇਸ਼ ਕਰਿਆ ਹੁੰਦਾ ਜੀ ਦੋਨੇ ਅੱਜਕੱਲ੍ਹ ਉਥੇ ਬਰੀ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ ਕਨੈਕਟਰ ਨੇ ਦੱਸਿਆ ਮੈਂ ਕਿੰਨੀਆਂ ਸਵਾਰੀਆਂ ਸੀ ਟੋਟਲ ਜਿਵੇਂ 35 ਸਵਾਰੀਆਂ ਸੀ ਜਿਹੜਾ ਮਤਲਬ ਕਿ ਸਾਨੂੰ ਕਨੈਕਟਰ ਦੱਸਦਾ ਵੀਕ ਟਿਕਟਾਂ ਕੱਟੀਆਂ ਸੀ ਕੁਝ ਕਹਿੰਦਾ ਜੀ ਮੇਰੀਆਂ ਕੱਟਣ ਵਾਲੀਆਂ ਰਹਿੰਦੀਆਂ ਸੀ ਜਿੱਦੋਂ ਇਹ ਹਾਦਸਾ ਹੋਪਰੇ ਆ ਇੱਕ ਸਵਾਲ ਵੀ ਠਾਏ ਜਾ ਰਹੇ ਜਿਵੇਂ ਬੀਮੇ ਨੂੰ ਲੈ ਕੇ ਕਹਿ ਲਿਏ ਜਾ ਕੇ ਕਿ ਓਵਰ ਸਪੀਡ ਹੈ ਤੇ ਤੁਹਾਡਾ ਕੀ ਕਹਿਣਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਜਵਾਬ ਦੇਵਾਂਗੇ ਜੀ ਬੀਬੇ ਵਾਲਾ ਇਹ ਤੇ ਜੀ ਇੱਕ ਚੀਜ਼ ਅੱਜ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਕਿ ਜੀ ਬੜੀਆਂ ਕੰਨ ਆਪਣਾ মিডিਏ ਵਾਲੇ ਨੇ ਜਿਹੜੇ ਕਿ अनऑथराइज्ड ਦਾ ਪਹਿਲੀ ਗੱਲ ਤਾਂ ਮੈਨੂੰ ਸਵਾਲ ਹੀ ਨਹੀਂ ਕਰ ਸਕਦੇ ਦੇ ਆਰ ਨਾਟ ਅਥੋਰਾਈਜ਼ਡ ਪਰ ਚਲੋ ਫਿਰ ਵੀ ਬਜਾਏ ਕਿ ਹਮਦਰਦੀ ਕਰਨ ਦੇ ਇਹ ਪੁੱਛਣ ਦੇ ਵੀ ਬਾਈ ਜੀ ਸਾਰੇ ਸਾਰੀਆਂ ਸਵਾਰੀਆਂ ਸੇਫ ਆ ਤੁਹਾਡਾ ਡਰਾਈਵਰ ਕਨੈਕਟਰ ਠੀਕ ਆ ਕਿੰਨਾ ਕ ਨੁਕਸਾਨ ਹੋ ਗਿਆ ਅਸੀਂ ਬੜੇ ਇਸ ਗੱਲ ਨੂੰ ਲੈ ਕੇ ਫਿਕਰਮੰਦ ਆ ਇਹ 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 ਗੱਲ ਨਹੀਂ ਪੁੱਛੀ ਉਹਨਾਂ ਨੇ ਸਿੱਧੇ ਹੀ ਡਾਇਰੈਕਟ ਬਾਈ ਅਸੀਂ ਸੁਣਿਆ ਗੱਡੀ ਦੀ ਫਿਟਨੈਸ ਹੈ ਨਹੀਂ ਬਾਈ ਅਸੀਂ ਸੁਣਿਆ ਗੱਡੀ ਦਾ ਬੀਮਾ ਹੈ ਨਹੀਂ ਮੈਂ ਤੁਹਾਨੂੰ ਕਾਹਦਾ ਵਿਖ ਰਵਾਂ ਜੇ ਸਾਡੀ ਬੱਸ ਦਾ ਬੀਮਾ ਹੈ ਨਹੀਂ ਸਪੋਜ਼ ਕਰੋ ਹੈ ਨਹੀਂ ਤੇ ਕੋਰਟ ਸਾਨੂੰ ਕਲੇਮ ਪਾ ਦੂਗੀ ਜੇ ਸਾਡੇ ਕੋਲੇ ਫਿਟਨੈਸ ਹੈ ਨਹੀਂ ਤਾਂ ਕੋਰਟ ਸਾਨੂੰ ਕਲੇਮ ਪਾ ਦੂਗੀ ਇਹ ਕੰਮ ਤਾਂ ਮਾਣੀਯੋਗ ਅਦਾਲਤਾਂ ਦਾ ਇਹਨਾਂ ਨੂੰ ਕਾਦੀ ਟੈਨਸ਼ਨ ਹੋਈ ਪਈ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਜਿਉਂ ਕੱਲ ਦੇ ਇਸੇ ਗੱਲ ਨੂੰ ਵੀ ਬੜਾ ਕੋਈ ਲੈ ਕੇ ਚੱਕੀ ਹੋ ਕੇ ਵਿੱਚ ਹੈ ਨਹੀਂ ਸਪੋਸ ਕਰੋ ਸਾਡੇ ਕੋਲੇ ਕੁਝ ਨਾ ਹੋਵੇ ਆ ਕਿ ਮਾੜੀ ਕੋਰਟ ਸਾਨੂੰ ਕਲੇਮ ਬਾਦੂਗੀ ਰਾਜੇ ਇਸ ਇਸ ਗੱਲ ਦਾ ਕਿਉਂ ਇਸ਼ੂ ਬਣਾਇਆ ਗਿਆ ਬੇਟਾ ਮਸਲਾ ਇਹ ਕੀ ਇਸ਼ੂ ਵਾਲੀ ਗੱਲ ਆ ਜੇ ਸਾਨੂੰ ਪਾਉਗੇ ਅਸੀਂ ਪੈਸੇ ਦੇ ਦਾਂਗੇ ਕੋਈ ਲੱਗਦਾ ਪੋਲੀਟਿਕਲ ਮੋਟਿਵ ਕੋਈ ਇਸ ਤੋਂ ਨਾ ਕੋਈ ਪੋਲੀਟਿਕਲ ਮੋਟਿਵ ਨਹੀਂ ਕਿ ਕੁਝ ਬੰਦੇ ਇਹੋ ਜਿਹੇ ਹੁੰਦੇ ਆ ਕਿਸੇ ਪੋਲੀਟਿਕਲ ਬੰਦੇ ਨੇ ਇੱਕ ਨੇ ਵੀ ਕੋਈ ਵੀ ਨੈਗੇਟਿਵ ਸਟੇਟਮੈਂਟ ਨਹੀਂ ਦਿੱਤੀ ਇਸ ਗੱਲ ਨੂੰ ਕੋਈ ਪੋਲੀਟਿਕਲ ਰੰਗਤ ਨਹੀਂ ਮੈਂ ਸਮਾਧੀ ਧੰਨਵਾਦ ਕਰਦਾ ਐਕਸੀਡੈਂਟ ਨੂੰ ਐਕਸੀਡੈਂਟ ਮੰਨ ਕੇ ਹੀ ਲਿਆ ਸਾਹਮਣੇ ਆਮ ਆਦਮੀ ਪਾਰਟੀ ਦੇ ਵੀ ਲੀਡਰ ਸਾਹਿਬਾਨ ਆਏ ਸੀ ਸਦਾ ਗੁਰਵਿੰਦਰ ਸਿੰਘ ਖੁੱਡੀਆਂ ਸਾਹਿਬ ਆਪਣਾ ਮੰਤਰੀ ਜੀ ਆਏ ਸੀ ਸਾਡੀ ਭੈਣ ਬਲਜੀਤ ਕੌਰ ਵੀ ਆਏ ਸੀ ਨਾ ਕਾਕਾ ਜੀ ਮੁਕਸਰ ਵਾਲੇ ਐਮਐਲਏ ਸਾਹਿਬ ਉਹ ਵੀ ਆਏ ਸੀ ਸਾਹਮਣੇ ਇਸ ਗੱਲ ਦਾ ਮਤਲਬ ਕਿ ਦੁੱਖ ਮਣਾ ਕੇ ਗਏ ਆ ਬਜਾਏ ਕਿ ਕੋਈ ਇਹੋ ਜੀ ਸਿਆਸਤ ਖੇਡਣ ਦੇ ਔਰ ਮੇਰੀ ਜਿਹੜੇ ਖਾਸ ਵਿਰੋਧੀ ਆ ਉਹਨਾਂ ਦਾ ਵੀ ਬਿਆਨ ਇਹੀ ਹੈ ਵੀ ਐਕਸਟ੍ਰੈਕਟ ਹੋਇਆ ਮੇਰੀ ਦੁੱਖ ਮੇਰੀ ਆਪਣਾ ਹਮਦਰਦੀ ਆ ਮੇਰੀ ਉਹਨਾਂ ਨਾਲ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਮਤਲਬ ਕਿ ਕੋਈ ਵੀ ਇਹੋ ਜੀ ਰੰਗਤ ਨਹੀਂ ਦਿੱਤੀ ਇਹ ਤਾਂ ਸਿਰਫ ਕੁਝ মিডিਆ ਵਾਲੇ ਆ ਜਿਹੜੇ ਹੁੰਦੇ ਆ ਜਿਨ੍ਹਾਂ ਨੇ ਆਪਦੀ ਟੀਆਰਪੀ ਕ੍ਰੀਏਟ ਕਰਨੀ ਹੁੰਦੀ ਆ ਉਹ ਐਓ ਜੀ ਗਲਤ ਤਰਕ ਤਾਂ ਕਰਦੇ ਆ ਵੀ ਕੋਈ ਨਾ ਕੋਈ ਮਚੰਮਸਾਲਾ ਤੇ ਆ ਕੇ ਤੇ ਅਸੀਂ ਗੱਲ ਬਣਾਈ ਅ ਸਵਾਰੀਆਂ ਨਾਲ ਕਿਸੇ ਨਾਲ ਰਾਬਤਾ ਹੋਇਆ ਜਿਹੜੇ ਕੋਈ ਇਸ ਹਾਦਸੇ ਚ ਬਚ ਕੇ ਆਏ ਜਾਂ ਹਾਂਜੀ ਹਾਂਜੀ ਹੋਇਆ ਕੀ ਹੋਇਆ ਉਹਨਾਂ ਨੂੰ ਮੈਂ ਮੈਂ ਪੁੱਛਿਆ ਵੀ ਕਾਰਨ ਕੀ ਬਣਿਆ ਐਕਸੀਡੈਂਟ ਹੋਣ ਦਾ ਕਾਰਨ ਕੀ ਬਣਿਆ ਤੇ ਬਾਅਦ ਚ ਅਸੀਂ ਵੀ ਉਸ ਚੀਜ਼ ਦੀ ਤਹਿਕੀਕਾਤ ਕੀਤੀ ਵੀ ਅਸਲ ਹਾਦਸੇ ਦਾ ਕਾਰਨ ਕੀ ਬਣਿਆ ਮੈਂ ਤਾਂ ਵੈਸੇ ਜਦੋਂ ਸਾਡੀ ਟਰਾਂਸਪੋਰਟ ਕੰਪਨੀ ਦੀ ਬੱਸ ਤੋਂ ਐਟਾ ਵੱਡਾ ਹਾਦਸਾ ਹੋਇਆ ਜੀ ਮੈਂ ਤਾਂ ਆਪ ਇਸ ਗੱਲ ਨੂੰ ਮੰਨਦਾ ਜੀ ਕਬੂਲ ਕੀਤਾ ਵੀ ਹਾਂ ਜੀ ਸਾਥੋਂ ਹੋਇਆ ਸਾਡੀ ਗਲਤੀ ਆ ਅਸੀਂ ਇਸ ਗੱਲ ਦੇ ਗਵਾਹ ਆ ਪਰ ਐਕਚੁਅਲ ਹਾਦਸੇ ਦਾ ਕਾਰਨ ਇਹ ਬਣਿਆ ਜੀ ਸੜਕ ਉੱਥੋਂ ਘੱਟੋ-ਘੱਟ 7-8 ਫੁੱਟ ਚੌੜੀ ਆ ਜਦੋਂ ਆਪਾਂ ਉਸ ਪੁਲ ਤੋਂ ਪਹਿਲਾਂ ਵੀ ਤੇ ਉਸ ਪੁਲ ਤੋਂ ਬਾਅਦ ਵੀ ਬੜੀ ਵੱਡੀ ਰੋਡ ਆ ਜੀ ਬਾਰਿਸ਼ ਜਾੜੇ ਹੋਣ ਕਰਕੇ ਨਾ ਜੀ ਜਾਂ ਆਪਾਂ ਰਾਤ ਨੂੰ ਵੀ ਜਾਈਏ ਤਾਂ ਆਪਾਂ ਇੱਕ ਰੋਡ ਦੀ ਕੰਨੀ ਪਕੜ ਲੈਂਦੇ ਆਂ ਆਪਾਂ ਨਾਲ-ਨਾਲ ਹੌਲੀ-ਹੌਲੀ ਤੁਰੇ ਜਾਂਦੇ ਆਂ ਉਹ ਬਾਰਿਸ਼ ਹੋਣ ਕਰਕੇ ਬੱਸ ਦੇ ਅੱਗੇ ਕਾਰ ਜਾ ਰਹੀ ਸੀ ਤੇ ਕਾਰ ਦੇ ਪਿੱਛੇ ਬੱਸ ਜਾ ਰਹੀ ਸੀ ਆਪਦੀਆਂ ਦੋਨੇ ਸਾਈਡ ਤੇ ਜਾ ਰਹੀਆਂ ਸੀ ਆਰਾਮ ਨਾਲ ਜਾ ਰਹੀਆਂ ਸੀ ਕੋਈ ਕੋਈ ਜ਼ਿਆਦਾ ਸਪੀਡ ਨਹੀਂ ਸੀ ਕਿਉਂਕਿ ਬਾਰਿਸ਼ ਇੰਨੀ ਤੇਜ਼ ਸੀ ਕਿ ਸਪੀਡ ਹੋਣ ਦਾ ਮਤਲਬ ਹੀ ਨਹੀਂ ਬਣਦਾ ਸੀ ਉਹ ਇੱਕਦਮ ਜਦੋਂ ਚੌੜੀ ਰੋਡ ਦੇ ਵਿਚਾਲੇ ਪੁਲ ਆ ਗਿਆ ਤੇ ਉਹ ਕਾਰ ਵਾਲੇ ਨੇ ਇੱਕਦਮ ਬ੍ਰੇਕ ਮਾਰ ਕੇ ਗੱਡੀ ਆਪਦੀ ਖਿੱਚ ਲਈ ਤੇ ਉਹ ਤਾਂ ਪੁਲ ਦੇ ਵਿੱਚ ਦੀ ਨਿਕਲ ਗਿਆ ਕਾਰ ਵਾਲਾ ਸਾ ਜਦੋਂ ਇਹਨੇ ਕਾਰ ਦੇ ਪਿੱਛੇ ਬ੍ਰੇਕ ਮਾਰੇ ਡਰਾਈਵਰ ਨੇ ਕਿਉਂਕਿ ਡਰਾਈਵਰ ਨੇ ਮੈਨੂੰ ਇਹ ਇਹ ਸਾਰੀ ਸਟੋਰੀ ਡਰਾਈਵਰ ਨੇ ਕੱਸ ਕਹਿੰਦਾ ਜਦੋਂ ਮੈਂ ਬ੍ਰੇਕ ਮਾਰੇ ਜੀ ਇੱਕਦਮ ਤੇ ਮੇਰੀ ਗੱਡੀ ਸਕਿਡ ਹੋਣ ਕਰਕੇ ਸਿੱਧੀ ਜਾ ਕੇ ਪੁਲ ਚ ਵੱਜ ਗਈ ਐਕਚੁਅਲ ਕਾਰਨ ਮੇਨ ਇਹ ਬਣਿਆ ਪੁਲ ਨਾ ਚੌੜਾ ਹੋਣ ਕਰਕੇ ਐਕਸੀਡੈਂਟ ਹੋਇਆ ਜੇ ਪੁਲ ਪੂਰਾ ਚੌੜਾ ਹੁੰਦਾ ਜੀ ਨਾ ਕਾਰ ਨੂੰ ਬ੍ਰੇਕ ਮਾਰਨ ਦੀ ਲੋੜ ਸੀ ਨਾ ਬਾਸੋਂ ਬ੍ਰੇਕ ਮਾਰਨ ਦੀ ਲੋੜ ਸੀ ਆਪਦੀ ਸਾਈਡ ਕਿਉਂ ਜਿਵੇਂ ਤੁਰੇ ਜਾਂਦੇ ਸਭ ਤੋਂ ਵੱਡੇ ਕਾਰਨ ਇਹ ਬੰਦਿਆ ਜੀ ਜਿਹੜੀਆਂ ਸੜਕਾਂ ਚੌੜੀਆਂ ਤੇ ਪੁਲ ਪੀੜੇ ਇਹਦੂ ਤਾਂ ਸੜਕ ਹੀ ਪੀੜੀ ਕਰ ਲੋ ਤੁਸੀਂ ਉਸੇ ਧਰ ਉਹਨਾਂ ਦਾ ਬੰਦਾ ਤੁਰਿਆ ਆਉਂਦਾ ਟੱਪ ਜਾਂਦਾ ਜੀ ਐਕਚੁਅਲ ਕਾਰਨ ਇਹ ਬੜਿਆ ਜੀ ਜਿਹੜਾ ਮੇਨ ਨਾ ਕੋਈ ਐਕਸਟੈਂਡ ਹੋਉਂਦਾ ਕਾਰਨ ਕਿਤਾ ਕੋਈ ਟੋਲ ਪਲਾਜ਼ਾ ਦੀ ਵੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਸੀ ਵੀ ਮੈਨੂੰ ਇਹ ਨਹੀਂ ਪਤਾ ਜੀ ਵੀ ਟੋਲ ਪਲਾਜ਼ਾ ਵਾਲਿਆਂ ਦੀ ਹੋਣੀ ਚਾਹੀਦੀ ਆ ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ ਸੜਕ ਵਾਲਿਆਂ ਦੀ ਬਹੁਤ ਵੱਡੀ ਇਹ ਗਲਤੀ ਆ ਤੁਸੀਂ ਰੋਡ ਐਡੀ ਚੌੜੀ ਕਰਦੇ ਹੋ ਔਰ ਚੌੜੀ ਕਰਕੇ ਰੋਡ ਦੇ ਵਿਚਾਲੇ ਤੁਸੀਂ ਪੁਲ ਬਣਾ ਲੈਂਦੇ ਹੋ ਜਾਂ ਤਾਂ ਪੁਲ ਉੱਡਾ ਚੌੜਾ ਕਰੋ ਤੇ ਜਾਂ ਫਿਰ ਸੜਕੀ ਤੁਸੀਂ ਉੱਡੀ ਚੌੜੀ ਰੱਖ ਲਓ ਕਿਉਂਕਿ ਬਾਰਿਸ਼ ਦੇ ਵਿੱਚ ਦਿੱਖਦਾ ਨਹੀਂ ਜੀ ਕੋਈ ਥੋੜੀ-ਥੋੜੀ ਤੁਹਾਨੂੰ ਦਿੱਖਦਾ ਇੱਕਦਮ ਕੋਲੇ ਗਿਆ ਗਿਆ ਤੋਂ ਦੇਖਿਆ ਹੈਵੀ ਗੱਡੀ ਸੀ ਹੁਣੇ ਨਹੀਂ ਬ੍ਰੇਕ ਮੰਨੇ ਜੀ ਇੱਕੋ ਤੇ ਚਿਕੜੀ ਹੋ ਜਾਂਦੀ ਹੈ ਜੀ ਤੁਸੀਂ ਦੇਖਿਆ ਹੋਣਾ ਉਸ ਥਾਂ ਦੇ ਉੱਤੇ ਨਾ ਮਿੱਟੀ-ਮੁੱਟੀ ਦੀ ਬਹੁਤ ਜ਼ਿਆਦਾ ਚਿਕੜੀ ਹੋ ਜਾਂਦੀ ਹੈ ਉਹ ਗੱਡੀ ਦੇ ਟਾਇਰਾਂ ਨੇ ਰੋਡ ਦੀ ਪਕੜੀ ਨਹੀਂ ਕੀਤੀ ਇੱਕਦਮ ਨਿਕਲ ਗਈ ਗੱਡੀ ਸੋ ਬੜੀ ਮੰਦਪਾ ਕੀ ਇਹ ਖਬਰ ਸੀਗੀ ਸਾਂਝੀ ਕੀਤੀ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਸੇ ਰੁਕਣੇ ਚਾਹੀਦੇ ਆ ਹਾਸੇ ਤੋਂ ਬਾਅਦ ਹੀ ਅੱਖਾਂ ਖੁੱਲਦੀਆਂ ਨੇ ਹੁਣ ਪੁਲ ਵੀ ਚੌੜੀ ਹੋ ਜਾਣਾ ਉੱਥੋਂ ਪੁਲੀ ਵੀ ਚੌੜੀ ਕਰਦਣੀ ਹੈ ਸਾਰਾ ਕੁਝ ਹੋਣਾ ਪਰ ਪੰਜਾਬ ਦੇ ਵਿੱਚ ਜਿਹੜੀਆਂ ਥਾਵਾਂ ਤੇ ਇਸ ਤਰ੍ਹਾਂ ਦੀਆਂ ਸੜਕਾਂ ਬਣੀਆਂ ਹੋਈਆਂ ਨੇ ਜਿੱਥੋਂ ਥੋੜਾ ਜਿਹਾ ਲੱਗਦਾ ਕੰਮ ਥੋੜਾ ਜਿਹਾ ਟਾਈਟ ਹੈ ਉੱਥੇ ਕਾਰਵਾਈ ਕਰਨ ਦੀ ਜ਼ਰੂਰਤ ਹੈ ਸਰਕਾਰ ਨੂੰ ਵੀ ਚਾਹੀਦਾ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤ ਜੀ ਤੋਂ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮਰ ਸ਼ਾ ਟੀਵੀ ਤੁਹਾਡਾ